ਮਿੱਤਰ ਪਿਆਰੇ ਪ੍ਰੋਗਰਾਮ ਦਿਲਜੀਤ ਬਰਾੜ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਤੁਸੀਂ ਦੇਖ ਰਹੇ ਹੋ ਵਿਨੀਪੈਗ ਹਲਚਲ ਟੀਵੀ ਚੈਨਲ। ਟਰੈਵਲ ਟਰੈਵਲ ਇੱਕ ਅਜਿਹੀ ਪ੍ਰਕਿਰਿਆ ਜਿਹਦੇ ਥਰੂ ਅਸੀਂ ਸਾਰੇ ਦੇ ਸਾਰੇ ਲੋਕ ਗੁਜ਼ਰਦੇ ਹਾਂ। ਅਸੀਂ ਆਪਣੇ ਪਿੰਡਾਂ ਤੋਂ ਚੱਲ ਕੇ ਟਰੈਵਲ ਕਰਕੇ ਇੱਥੇ ਆਏ ਹਾਂ। ਅਸੀਂ ਕੰਮ 'ਤੇ ਜਾਂਦੇ ਹਾਂ, ਭਾਵੇਂ ਇੱਕੋ ਦੇਸ਼ ਦੇ ਵਿੱਚ ਜਾਂਦੇ ਹਾਂ ਜਾਂ ਦੂਸਰੇ ਦੇਸ਼ ਦੇ ਵਿੱਚ ਜਾਂਦੇ ਹਾਂ, ਅਸੀਂ ਘੁੰਮਣ ਜਾਂਦੇ ਹਾਂ, ਅਸੀਂ ਵਕੇਸ਼ਨ 'ਤੇ ਜਾਂਦੇ ਹਾਂ, ਅਸੀਂ ਹਮੇਸ਼ਾ ਹੀ ਸਫ਼ਰ 'ਚ ਰਹਿੰਦੇ ਹਾਂ। ਸਫ਼ਰ ਅਤੇ ਸਿਹਤ ਦੋ ਬਹੁਤ ਮਹੱਤਵਪੂਰਨ ਚੀਜ਼ਾਂ ਨੇ, ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਕਿੰਨਾ ਕੁ ਜੋੜ ਕੇ ਦੇਖਦੇ ਹਾਂ। ਜਦੋਂ ਅਸੀਂ ਕਿਤੇ ਘੁੰਮਣ ਜਾਂਦੇ ਹਾਂ ਤਾਂ ਅਸੀਂ ਆਪਣਾ ਬੈਗ ਤਿਆਰ ਕਰਦੇ ਹਾਂ, ਅਸੀਂ ਆਪਣੇ ਕੱਪੜੇ ਤਿਆਰ ਕਰਦੇ ਹਾਂ, ਅਸੀਂ ਆਪਣੀਆਂ ਚੀਜ਼ਾਂ ਤਿਆਰ ਕਰਦੇ ਹਾਂ, ਅਸੀਂ ਲੋਕਾਂ ਦੀ ਲਿਸਟ ਬਣਾਉਂਦੇ ਹਾਂ, ਅਸੀਂ ਥਾਵਾਂ ਦੀ ਲਿਸਟ ਬਣਾਉਂਦੇ ਹਾਂ ਜਿੱਥੇ ਜਿੱਥੇ ਅਸੀਂ ਘੁੰਮਣ ਜਾਣਾ। ਕੀ ਅਸੀਂ ਆਪਣੀ ਸਿਹਤ ਨਾਲ ਸੰਬੰਧਿਤ ਚੀਜ਼ਾਂ ਦੀ ਲਿਸਟ ਬਣਾਉਂਦੇ ਹਾਂ ਕਿ ਸਾਨੂੰ ਸਿਹਤ ਨਾਲ ਸੰਬੰਧਿਤ ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਅਤੇ ਸਿਹਤ ਨਾਲ ਸੰਬੰਧਿਤ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੁਹਾਡੇ ਟਰੈਵਲ ਦੇ ਦੌਰਾਨ, ਤੁਹਾਡੇ ਸਫ਼ਰ ਦੇ ਦੌਰਾਨ, ਤੁਹਾਡੀ ਯਾਤਰਾ ਦੇ ਦੌਰਾਨ ਜਾਂ ਤੁਹਾਡੀ ਤੀਰਥ ਯਾਤਰਾ ਦੇ ਦੌਰਾਨ। ਅੱਜ ਇਸ ਅਹਿਮ ਵਿਸ਼ੇ 'ਤੇ ਗੱਲ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਡਾਕਟਰ ਹਰਜੋਤ ਚੌਹਾਨ। ਡਾਕਟਰ ਸਾਹਿਬ ਜੀ ਆਏ ਨੇ ਜੀ ਸਾਡੇ ਪ੍ਰੋਗਰਾਮ। ਬਹੁਤ ਬਹੁਤ ਥੈਂਕ ਯੂ ਤੁਹਾਡਾ ਦਿਲਜੀਤ ਜੀ ਅਤੇ ਬਾਈ ਜੀ ਦੀ ਗੱਲ ਇਸ ਤਰ੍ਹਾਂ ਆ ਕਿ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਅਸੀਂ ਹਮੇਸ਼ਾ ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਤੇ ਗੱਲ ਕਰਦੇ ਹਾਂ ਐਂਡ ਮੈਂ ਇਸ ਮੰਚ ਤੋਂ ਅਸੀਂ ਆਪਣੇ ਹਲਚਲ ਟੀਵੀ ਪ੍ਰੋਗਰਾਮ ਦਾ ਆਪਣੇ ਸੁਣਨ ਵਾਲੇ ਸਾਡੇ ਜਿਹੜੇ ਸੁਣਨ ਅਤੇ ਦੇਖਣ ਵਾਲੇ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਸਾਨੂੰ ਇੱਕ ਤਰ੍ਹਾਂ ਦੇ ਨਾਲ ਐਪਰੀਸ਼ੀਏਸ਼ਨ ਆ, ਇੱਕ ਮੰਚ ਆ ਜਿੱਥੋਂ ਅਸੀਂ ਉਹਨਾਂ ਦੇ ਨਾਲ ਕਨੈਕਟ ਹੋ ਸਕਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਟਰੈਵਲ ਦੇ ਬਾਰੇ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਹਮੇਸ਼ਾ ਤਿਆਰੀਆਂ ਕਰਦੇ ਹਾਂ, ਮੈਂ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਬਹੁਤ ਵਾਰੀ ਦੇਖਦੀ ਹਾਂ ਬਾਈ ਜੀ ਕਿ ਲੋਕ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਅਸੀਂ ਵਿਆਹ ਦੇਖਣ ਚੱਲੇ ਹਾਂ ਅਗਲੇ ਮਹੀਨੇ ਜੀ ਸਾਡੇ, ਜਾਂ ਅਗਲੇ ਹਫ਼ਤੇ ਸਾਡੇ ਬੇਟੇ ਦਾ, ਜਾਂ ਅੱਗੇ ਕਿਸੇ ਦਾ ਵਿਆਹ ਕਰਨ ਚੱਲੇ ਹਾਂ ਜਾਂ ਦੇਖਣ ਚੱਲੇ ਹਾਂ। ਕਈ ਵਾਰੀ ਕੋਈ ਦੁਰਘਟਨਾ ਹੋ ਜਾਵੇ, ਕਿਸੇ ਦੀ ਡੈਥ ਹੋ ਜਾਵੇ, ਸਾਨੂੰ ਆਪਣੇ ਦੇਸ਼ਾਂ ਦੇ ਵਿੱਚ ਜਾਣਾ ਪੈਂਦਾ। ਸੋ ਬਹੁਤ ਤਰ੍ਹਾਂ ਦੇ ਰੀਜ਼ਨਸ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਹੁਣ ਨਨਕਾਣਾ ਸਾਹਿਬ ਗੁਰੂ ਧਾਮਾਂ ਦੀ ਯਾਤਰਾ ਕਰਨ ਜਾਂਦੇ ਹਾਂ, ਜੇ ਅਸੀਂ ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਬਾਈ ਜੀ ਤੇ 4.5 ਮਿਲੀਅਨ ਕੈਨੇਡੀਅਨਸ ਟਰੈਵਲ ਕਰ ਰਹੇ ਨੇ ਇੰਟਰਨੈਸ਼ਨਲੀ। 45 ਲੱਖ ਲੋਕ, ਹਾਂਜੀ, ਇੰਨੇ ਦੇਖੋ ਲੋਕੀ ਟਰੈਵਲ ਕਰਦੇ ਨੇ ਫਰਵਰੀ ਤੇ ਮਾਰਚ ਦੇ ਮਹੀਨੇ ਦੇ ਵਿੱਚ। ਤੇ ਜਦੋਂ ਗੱਲ ਆਉਂਦੀ ਹੈਗੀ ਹੈ ਕਿ ਜਿਹੜੇ ਸਿਰਫ ਆਊਟਸਾਈਡ ਯੂਨਾਈਟਿਡ ਸਟੇਟਸ, ਹੁਣ ਇੱਕ ਤਾਂ ਥੋੜਾ ਇਦਾਂ ਨਾ ਕਿ ਅਸੀਂ ਨਾਰਥ ਅਮਰੀਕਾ ਦੇ ਵਿੱਚ ਕੁਝ ਸਾਡੇ ਜਿਹੜੇ ਲੋਕ ਨੇ ਉਹ ਸਿਰਫ ਯੂਨਾਈਟਿਡ ਸਟੇਟਸ ਤੱਕ ਹੀ ਜਾਂਦੇ ਨੇ, ਪਰ ਕੁਝ ਜਿਹੜੇ ਹੈਗੇ ਨੇ ਜਿਹੜੇ ਇੰਟਰਨੈਸ਼ਨਲ ਟਰੈਵਲ ਤੇ ਆ, ਉਹਦੇ ਚ ਆਲਮੋਸਟ 1 ਮਿਲੀਅਨ ਨੇ ਜਿਹੜੇ ਪ੍ਰੋਗਰਾਮ ਬਣਾਉਂਦੇ ਨੇ। ਹੁਣ ਦੇਖੋ 1 ਮਿਲੀਅਨ ਕੈਨੇਡੀਅਨ ਬਾਹਰ ਜਾ ਰਿਹਾ ਇੰਟਰਨੈਸ਼ਨਲੀ, ਹੁਣ ਉਹਦੇ ਵਿੱਚ ਆਪਾਂ ਜਿਹੜੇ ਇੰਡੀਅਨ ਓਰੀਜਨ ਦੇ ਨੇ, ਸਾਡੇ 90% ਤਾਂ ਅਸੀਂ ਜਾਵਾਂਗੇ ਆਪਣੇ ਦੇਸ਼ ਨੂੰ ਵਾਪਸ। ਸਾਡਾ ਇੱਥੋਂ ਦਾ ਮੌਸਮ ਬਹੁਤ ਠੰਡਾ ਹੋਣ ਕਰਕੇ ਸਾਨੂੰ ਆਪਣੇ ਦੇਸ਼ ਨੂੰ ਜਾਣਾ ਚੰਗਾ ਲੱਗਦਾ ਕਿਉਂਕਿ ਉੱਥੇ ਮੌਸਮ ਵਧੀਆ ਇਸ ਟਾਈਮ ਦੇ ਉੱਤੇ। ਫਿਰ ਬਾਈ ਜੀ ਆਪਣਾ ਮੈਕਸੀਕੋ ਹੋ ਗਿਆ, ਕਿਊਬਾ ਹੋ ਗਿਆ, ਫਿਰ ਆਪਾਂ ਜਿਹੜੀਆਂ ਕੰਟਰੀਜ਼ ਨੇ ਜਿਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਕੋਈ ਵਲੰਟੀਅਰ ਐਕਟੀਵਿਟੀਜ਼ ਦੇ ਲਈ ਜਾ ਰਹੇ ਨੇ, ਬਹੁਤ ਸਾਰੇ ਅਫਰੀਕਾ ਜਾਂਦੇ ਨੇ, ਕਿੰਨੀਆਂ ਜਾਂਦੇ ਨੇ ਕਿਉਂਕਿ ਕਈ ਕਈ ਸਾਡੇ ਜਿਹੜੇ ਆਪਣੀ ਕਮਿਊਨਿਟੀ ਦੇ ਨੇ ਉਹਨਾਂ ਦੇ ਅਜੇ ਤੱਕ ਵੀ ਪਰਿਵਾਰ ਉੱਥੇ ਰਹਿੰਦੇ ਨੇ। ਸੋ ਤੁਸੀਂ ਵਿਜ਼ਿਟ ਕਰਨ ਉਹਨਾਂ ਦੇਸ਼ਾਂ ਨੂੰ ਜਾ ਰਹੇ ਹੋ। ਇੱਕ ਬੜਾ ਇੰਟਰਸਟਿੰਗ ਫੈਕਟ ਹੈ ਕਿ ਇਸ ਤੋਂ ਬਿਨਾਂ ਜਿੱਦਾਂ ਹੁਣ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਚਲੋ ਗੱਲ ਕਰਦੇ ਹਾਂ, ਪਰ ਕਈ ਵਾਰੀ ਇੰਟਰਨੈਸ਼ਨਲ ਅਡੋਪਸ਼ਨ ਨੇ ਸਾਡੇ ਜਿਹੜੇ ਪਰਿਵਾਰ ਨੇ ਜਿਹਨਾਂ 'ਚ ਬੱਚੇ ਨਹੀਂ ਹੁੰਦੇ, ਕਈ ਵਾਰੀ ਸਾਨੂੰ ਟਰੈਵਲ ਕਰਨਾ ਪੈਂਦਾ ਦੂਜੇ ਦੇਸ਼ ਤੋਂ ਜਿੱਥੇ ਅਸੀਂ ਆਪਣਾ ਬੱਚਾ ਅਡੋਪਟ ਕਰਨ ਜਾਂਦੇ ਹਾਂ। ਦੇਖੋ ਇਹ ਵੱਖਰੇ ਵੱਖਰੇ ਕਾਰਨ ਹੋ ਗਏ, ਵੇਰੀਅਸ ਰੀਜ਼ਨਸ ਨੇ ਜਿਹਦੇ ਕਰਕੇ ਅਸੀਂ ਟਰੈਵਲ ਕਰਨ ਜਾਂਦੇ ਹਾਂ। ਹਾਂਜੀ, ਆਪਾਂ ਜੇ ਗੱਲ ਸ਼ੁਰੂ ਕਰੀਏ, ਸਾਨੂੰ ਇਹ ਦੱਸੋ ਵੀ ਇਹ ਟਰੈਵਲ ਹੈਲਥ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ, ਇਹ ਕਿਉਂ ਜ਼ਰੂਰੀ ਹੈ ਤੇ ਕਿੰਨੀ ਜ਼ਰੂਰੀ ਹੈ? ਹਾਂਜੀ, ਹੁਣ ਦੇਖੋ ਤੁਸੀਂ ਤੇ ਮੈਂ, ਅਸੀਂ ਇੱਥੇ ਬੈਠੇ ਹਾਂ, ਸਾਨੂੰ ਕੱਲ ਨੂੰ ਟਰੈਵਲ ਕਰਨਾ ਪੈ ਜਾਂਦਾ ਜੀ। ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਹੁਣ ਤੁਸੀਂ ਤਾਂ ਅਸੀਂ ਆਪਣੇ ਸਾਡੇ ਪਰਿਵਾਰਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਸੈਗਮੈਂਟ ਹੁਣੀ ਗੱਲ ਕਰਕੇ ਤੁਸੀਂ ਮੈਂਸ਼ਨ ਕੀਤਾ ਕਿ ਟਰੈਵਲ ਹੈਲਥ ਨੂੰ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਜੀ। ਹੁਣ ਜੇ ਤੁਸੀਂ ਇੰਡੀਆ ਚਲ ਗਏ ਤੇ ਜਾਂ ਆਪਣੇ ਕਿਤੇ ਵੀ ਟਰੈਵਲ ਕਰਨ ਚਲ ਗਏ ਤੇ ਤੁਹਾਡੀਆਂ ਵੈਕਸੀਨੇਸ਼ਨਸ ਪੂਰੀਆਂ ਨਹੀਂ, ਜਿਹੜੀਆਂ ਅਸੀਂ ਥੋੜ੍ਹਾ ਡਿਸਕਸ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕੁਝ ਮੈਡੀਕੇਸ਼ਨਸ ਤੁਹਾਡੇ ਨਾਲ ਲੈ ਕੇ ਜਾਣੀਆਂ ਜ਼ਰੂਰੀ ਨੇ, ਜਿਨ੍ਹਾਂ ਦੇ ਵਿੱਚ ਜੇ ਤੁਸੀਂ ਹੁਣ ਇੰਡੀਆ ਨੂੰ ਟਰੈਵਲ ਕਰ ਰਹੇ ਹੋ ਜਾਂ ਮੈਕਸੀਕੋ ਟਰੈਵਲ ਕਰ ਰਹੇ ਹੋ, ਉੱਥੇ ਤੁਸੀਂ ਡਾਕਟਰ ਨੂੰ ਵਿਜ਼ਿਟ ਨਹੀਂ ਕਰ ਸਕਦੇ ਕਿਉਂਕਿ ਕਈ ਵਾਰੀ ਟਰੈਵਲ ਇੰਸ਼ੋਰੈਂਸ ਵੀ ਨਾ ਹੋਵੇ, ਉਹ ਵੀ ਜ਼ਰੂਰੀ ਆ, ਬਟ ਉਹਦੇ ਵਿੱਚ ਇਸ ਤਰ੍ਹਾਂ ਕਿ ਵਿਜ਼ਿਟ ਨਹੀਂ ਹੋ ਰਹੀ ਜਾਂ ਕੋਈ ਐਮਰਜੈਂਸੀ ਪ੍ਰੋਬਲਮ ਆ ਜਾਂਦੀ ਆ। ਇਸ ਤੋਂ ਬਿਨਾਂ ਨਾ ਰੱਬ ਨਾ ਕਰੇ ਇੰਡੀਆ ਗਏ ਤੁਹਾਡਾ ਕਾਰ ਐਕਸੀਡੈਂਟ ਹੋ ਗਿਆ, ਹੁਣ ਤੁਸੀਂ, ਅਸੀਂ ਹਮੇਸ਼ਾ ਇੱਥੇ ਕੋਸ਼ਿਸ਼ ਕਰਦੇ ਹਾਂ ਪੇਸ਼ੈਂਟ ਨੂੰ ਆਪਣੀ ਡਰੱਗ ਦੀ ਲਿਸਟ ਆਪਣੇ ਨਾਲ ਰੱਖੋ, ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਮੈਡੀਕਲ ਬ੍ਰੇਸਲੈਟ ਪਾ ਕੇ ਰੱਖੋ। ਇਹ ਚੀਜ਼ਾਂ ਨੂੰ ਅਸੀਂ ਇੱਥੇ ਬਹੁਤ ਇੰਪੋਰਟੈਂਸ ਦਿੰਦੇ ਹਾਂ, ਪਰ ਜਦੋਂ ਅਸੀਂ ਆਪਾਂ ਦੇਸ਼ ਤੋਂ ਬਾਹਰ ਜਾ ਰਹੇ ਹਾਂ ਉੱਥੇ ਸਾਨੂੰ ਇਸ ਚੀਜ਼ ਦੇ ਬਾਰੇ ਕੋਈ ਸਾਨੂੰ ਨਹੀਂ ਜਾਣਦਾ ਕਿ ਸਾਨੂੰ ਕਿਸ ਚੀਜ਼ ਤੋਂ ਐਲਰਜੀ ਆ। ਹੁਣ ਮੈਨੂੰ ਜਿਸ ਡਰੱਗ ਤੋਂ ਐਲਰਜੀ ਆ ਤੁਹਾਨੂੰ ਕਿਸੇ ਡਰੱਗ
ਬਾਈ ਚਾਂਸ ਸਾਨੂੰ ਹਸਪੀਟਲਾਈਜ਼ਡ ਕਰਾਉਣਾ ਪੈ ਜਾਂਦਾ ਜਾਂ ਮੈਨੂੰ ਹਸਪੀਟਲਾਈਜ਼ਡ ਕਰਾਉਣਾ, ਅਸੀਂ ਕੀ ਕਰਾਂਗੇ ਉੱਥੇ ਜਾ ਕੇ? ਸਾਡੇ ਪਰਿਵਾਰ ਮੈਂਬਰਾਂ ਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਸ ਤੋਂ ਬਿਨਾਂ ਬਾਈ ਜੀ ਜਿਸ ਤਰ੍ਹਾਂ ਸਾਡੇ ਜਿਹੜੇ ਬਜ਼ੁਰਗ ਟਰੈਵਲ ਕਰ ਰਹੇ ਨੇ, ਜੇ ਉਹ 3 ਮਹੀਨੇ ਤੋਂ ਜ਼ਿਆਦਾ ਆਪਣੇ ਦੇਸ਼ ਜਾ ਰਹੇ ਨੇ, ਉਹਨਾਂ ਨੂੰ ਮੈਨੀਟੋਬਾ ਹੈਲਥ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਕਿ ਆਪਣੇ ਮੈਡੀਕੇਸ਼ਨ ਨਾਲ ਲੈ ਕੇ ਜਾਣ। ਉਹ ਡਿਫਰੈਂਟ ਕਾਰਡ ਪ੍ਰੋਵਾਈਡ ਕਰਦੇ ਨੇ। ਮੈਨੂੰ ਇਹ ਗੱਲ ਦੱਸੋ, ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਨਾ, ਬਜ਼ੁਰਗ ਆਮ ਤੌਰ ਤੇ ਦਵਾਈ ਤੇ ਹੁੰਦੇ ਆ, ਚਲੋ ਵੱਡੀ ਉਮਰ ਦੇ ਵਿੱਚ ਸਿਹਤ ਸਮੱਸਿਆਵਾਂ ਸਾਰਿਆਂ ਨੂੰ ਹੀ ਆਉਂਦੀਆਂ। ਮੰਨ ਲਓ ਮੈਂ ਆ, ਹਾਂਜੀ ਮੈਂ ਯੰਗ ਏਜ ਦੇ ਵਿੱਚ ਆ ਤੇ ਮੈਨੂੰ ਇਉਂ ਲੱਗਦਾ ਮੈਂ ਤੰਦਰੁਸਤ ਹਾਂ ਤੇ ਮੈਂ ਇੰਡੀਆ ਚੱਲਿਆ। ਪਹਿਲੀ ਤਾਂ ਗੱਲ ਮੈਨੂੰ ਇਹ ਲੱਗਦਾ ਹੀ ਨਹੀਂ ਮੈਂ ਬਾਹਰਲੇ ਮੁਲਕ ਚੱਲਿਆ, ਮੈਨੂੰ ਤਾਂ ਲੱਗਦਾ ਮੈਂ ਪਿੰਡ ਚੱਲਿਆ। ਬਿਲਕੁਲ ਬਿਲਕੁਲ, ਤੇ ਮੈਂ ਬੜਾ ਸਿਕਿਓਰ ਫੀਲ ਕਰਦਾ ਵੀ ਉੱਥੇ ਮੇਰੇ ਦੋਸਤ ਮਿੱਤਰ ਭੈਣ ਭਰਾ ਹੀ ਡਾਕਟਰ ਨੇ ਤੇ ਮੈਂ ਤਾਂ ਆਈ ਐਮ ਗੁੱਡ ਟੂ ਗੋ। ਹਾਂਜੀ, ਕਿੱਥੇ ਆਪਾਂ ਗਲਤੀ ਕਰਦੇ ਹਾਂ, ਕਿਹੜੀ ਚੀਜ਼ ਆਪਾਂ ਨਹੀਂ ਕਰਦੇ ਤੇ ਕਿਹੜੀ ਚੀਜ਼ ਸਾਨੂੰ ਕਰਨੀ ਚਾਹੀਦੀ ਹੈ ਇੱਕ ਤੰਦਰੁਸਤ ਜਿਹੜਾ ਸੈਲਾਨੀ ਹੈ, ਯਾਤਰੀ ਹੈ, ਟਰੈਵਲਰ ਹੈ, ਕੀ ਕਰਨਾ ਚਾਹੀਦਾ? ਬਿਲਕੁਲ ਜੀ, ਇੱਕ ਤਾਂ ਅਸੀਂ ਇਸ ਤਰ੍ਹਾਂ ਜਿੱਦਾਂ ਆਪਾਂ ਗੱਲ ਤੁਸੀਂ ਗੱਲ ਕੀਤੀ ਕਿ ਤੰਦਰੁਸਤ ਬੰਦਾ ਜਿਹਨੂੰ ਕੋਈ ਪ੍ਰੋਬਲਮ ਨਹੀਂ ਹੈ, ਇੱਕ ਤਾਂ ਹੋ ਗਏ। ਥੋੜ੍ਹਾ ਅਸੀਂ ਸੈਗਮੈਂਟ 'ਚ ਗੱਲ ਕਰਾਂਗੇ ਜਿਹੜੇ ਬੰਦੇ ਜ਼ਿਆਦਾ ਰਿਸਕ ਫੈਕਟਰ 'ਤੇ ਨੇ, ਜਿਹਨਾਂ ਨੂੰ ਸੱਚੀ ਮੁੱਚੀ ਲਾਈਕ ਵਿੱਚ ਬਹੁਤ ਕੌਸ਼ਨ ਦੀ ਲੋੜ ਹੈ। ਪਰ ਹੁਣ ਦੇਖੋ, ਤੁਸੀਂ 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 ਇੱਕ ਇੱਕ ਯੰਗ ਪੇਸ਼ੈਂਟ ਜਾਂ ਇੱਕ ਯੰਗ ਜਿਹੜਾ ਅਡਲਟ ਆ ਉਹ ਟਰੈਵਲ ਕਰ ਰਿਹਾ। ਹੁਣ ਦੇਖੋ, ਤੁਸੀਂ ਪਲੇਨ ਦੇ ਵਿੱਚ ਟਰੈਵਲ ਕਰਨਾ ਅਤੇ ਉਸ ਤੋਂ ਬਾਅਦ ਤੁਸੀਂ ਇੰਡੀਆ ਜਾਣਾ, ਜਦੋਂ ਬਾਈ ਜੀ ਇਹ ਹੁਣ ਕਿਹਾ ਜਾਂਦਾ ਕਿ ਜਦੋਂ ਤੁਸੀਂ 6 ਮਹੀਨੇ ਤੋਂ ਜ਼ਿਆਦਾ ਕਿਸੇ ਦੂਸਰੇ ਦੇਸ਼ ਦੇ ਵਿੱਚ ਰਹਿੰਦੇ ਹੋ, ਜਿਹਦਾ ਸੋਸ਼ੀਓ ਇਕਨੋਮਿਕ ਸਟੈਟਸ ਤੁਹਾਡੇ ਆਪਣੇ ਦੇਸ਼ ਦੇ ਨਾਲੋਂ ਬੈਟਰ ਆ। ਨੈਚੁਰਲੀ ਇੰਡੀਆ ਦਾ ਸਟੈਟਸ ਸਾਡੇ ਕੈਨੇਡਾ ਦੇ ਨਾਲੋਂ ਘੱਟ ਆ। ਅਸੀਂ ਅਸੀਂ ਇੱਥੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀਂਦੇ ਹਾਂ, ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹੜੀਆਂ ਕੰਡੀਸ਼ਨਸ ਨੇ, ਲਿਵਿੰਗ ਕੰਡੀਸ਼ਨਸ ਨੇ, ਜਿਹਨਾਂ ਵਿੱਚ ਹਾਈਜੀਨ ਆਉਂਦੀ ਹੈ, ਸਭ ਕੁਝ ਜ਼ਿਆਦਾ ਹੈ। ਹੁਣ ਤੁਸੀਂ ਇੰਡੀਆ ਚੱਲ ਗਏ, ਤੁਸੀਂ ਏਅਰਪੋਰਟ 'ਤੇ ਗਏ, ਔਲਦੋ ਤੁਸੀਂ ਬਾਟਲ ਜਿਹੜਾ ਉਹ ਪਾਣੀ ਵੀ ਤੁਸੀਂ ਬੋਟਲ ਦੇ ਵਿੱਚੋਂ ਪੀ ਰਹੇ ਹੋ, ਪਰ ਕੰਟੈਮੀਨੇਸ਼ਨ, ਕੋਈ ਤੁਸੀਂ ਗਲਾਸ ਚੱਕਿਆ ਜਿਹਦੇ ਵਿੱਚ ਤੁਸੀਂ ਪਾਣੀ ਪਾਇਆ ਤੇ ਕਿਸੇ ਨੇ ਕਿਹਾ ਬਾਈ ਜੀ ਗਰਮੀ ਬੜੀ ਹੈ, ਇੱਕ ਆਈਸ ਕਿਊਬ ਵੀ ਪਾ ਲਓ। ਜੀ 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 ਜੀ, ਠੀਕ ਹੈ ਜੀ, ਤੁਸੀਂ ਤਾਂ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪਿਆ, ਚਲੋ ਪਾ ਦਿਓ ਥੋੜ੍ਹੀ ਜਿਹੀ ਆਈਸ। ਹੁਣ ਵਾਟਰ ਆਈਸ ਦੇ ਵਿੱਚ ਜਿਹੜਾ ਗਿਆ ਉਹ ਡਿਫਰੈਂਟ ਤਰੀਕੇ ਦਾ, ਮੇਬੀ ਉਹ ਕੰਟੈਮੀਨੇਟਡ ਹੋ ਗਿਆ। ਤੇ ਤੁਸੀਂ ਉਹਨੇ ਇਮਿਊਨ ਨਾ ਹੋ, ਤੁਸੀਂ ਉਹਨੇ ਇਮਿਊਨ ਨਾ ਹੋਵੋ। ਹੁਣ ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਤੇ ਬਾਕੀਆਂ ਨੂੰ ਜਿਹੜੇ ਉਸ ਦੇਸ਼ ਦੇ ਵਿੱਚ ਰਹਿ ਰਹੇ ਨੇ, ਮਿੱਟੀ ਘੱਟੇ ਦੇ ਵਿੱਚ ਆਪਾਂ ਕਹਿੰਦੇ ਆਪਾਂ ਉਹਨਾਂ ਦੇਸ਼ਾਂ 'ਚ ਦੇ, 6 ਮਹੀਨੇ ਦੇ ਵਿੱਚ ਬੋਡੀ ਉਸ ਇਮਿਊਨਿਟੀ ਦੇ ਵਿੱਚੋਂ ਨਿਕਲ ਜਾਂਦੀ ਹੈ ਮੋਸਟ ਆਫ ਦਾ ਟਾਈਮਸ। ਸੋ ਤੁਸੀਂ ਉੱਥੇ 'ਚ ਗਏ, ਹੁਣ ਇਹ ਇੱਕ ਤਾਂ ਇਹ ਪ੍ਰੋਬਲਮ ਆ ਗਈ ਜਿਹੜੇ ਟਰੈਵਲਰ ਇੰਡਿਊਸਡ ਡਾਇਰੀਆ, ਕਈ ਵਾਰੀ ਇਹ ਫੂਡ ਇੰਡਿਊਸਡ ਹੁੰਦਾ ਭਾਈ ਜੀ। ਇਹਦੇ ਵਿੱਚ ਫੂਡ ਦੇ ਵਿੱਚ ਅਤੇ ਪਾਣੀ ਦੋ ਚੀਜ਼ਾਂ ਦਾ ਧਿਆਨ ਰੱਖਣਾ, ਇੱਕ ਤਾਂ ਜਿਹੜਾ ਤੁਸੀਂ ਖਾਣਾ ਖਾਂਦੇ ਹੋ ਉੱਥੇ ਜਾ ਕੇ। ਹੁਣ ਦੇਖੋ, ਅਸੀਂ ਇੱਥੋਂ ਜਾਂਦੇ ਹਾਂ ਨਾ ਖਾਣ, ਕਈ ਵਾਰੀ ਅਸੀਂ ਬਹੁਤ ਸਾਰੇ ਸਾਡੀਆਂ, ਮੈਂ ਗੱਲ ਕਰਾਂ ਆਪਣੀ ਫਾਰਮੇਸੀ 'ਚ, ਕਹਿੰਦੇ ਅਸੀਂ ਗੋਲ ਗੱਪੇ ਨਹੀਂ ਖਾਣਾ, ਬਸ ਫਿਰ ਸਾਨੂੰ ਹੋਇਆ। ਦੇਖੋ ਤੁਸੀਂ ਗੋਲ ਗੱਪੇ ਤਾਂ ਚਲੋ ਇੱਕ ਗੱਲ ਆ, ਉਹ ਤਾਂ ਸਿੱਧਾ ਗੰਨੇ ਦਾ ਰਸ ਭਾਈ ਜੀ, ਤੁਸੀਂ ਸੋਚ ਕੇ ਦੇਖੋ, ਗੰਨੇ ਦਾ ਰਸ ਤੁਸੀਂ ਪੀ ਲਿਆ ਜੀ। ਹੁਣ ਆਪਣੇ ਵੱਲੋਂ ਤਾਂ ਤੁਸੀਂ ਕਹਿੰਦੇ ਮੈਂ ਸਾਰੀ ਉਮਰ ਵੀ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਰਹੇ ਹਾਂ, ਪੀਂਦੇ ਹੀ ਰਹੇ ਹਾਂ। ਹੁਣ ਉਸ ਪਾਣੀ ਦੇ ਵਿੱਚ ਕੰਟੈਮੀਨੇਸ਼ਨ ਹੋ ਸਕਦੀ ਆ, ਜਿਹੜਾ ਜਿਹੜਾ ਫੀਕਲ ਰੂਟ ਆਪਾਂ ਕਹਿੰਦੇ, ਫੀਕਲ ਓਰਲ ਰੂਟ, ਫੀਕਲ ਹੁੰਦਾ ਕੋਈ ਆਪਾਂ ਕਹਿੰਦੇ ਕਿ ਫੀਲਡਸ ਦੇ ਵਿੱਚ ਗੰਦ ਜਾਂ ਲੈਟਰਿਨ ਕਿਸੇ ਨੇ ਕੀਤੀ ਹੋਵੇ ਅਤੇ ਉਹਦੇ ਤੋਂ ਹੱਥਾਂ ਦੇ ਨਾਲ ਕਿਸੇ ਨੇ ਹੱਥ ਵਾਸ਼ ਕਰਕੇ ਉਹ ਚੀਜ਼ ਨਾ ਬਣਾਈ ਹੋਵੇ। ਦੂਜੀ ਗੱਲ ਇਹ ਆ ਕਿ ਮੱਖੀਆਂ, ਉਹ ਜਦੋਂ ਇੱਕ ਚੀਜ਼ 'ਤੇ ਬੈਠ ਕੇ ਦੂਸਰੇ ਚੀਜ਼ 'ਤੇ ਆ ਰਹੀ ਆ, ਫਿਰ ਫੀਲਡਸ ਦੇ ਵਿੱਚੋਂ ਜਿਹੜਾ ਪਾਣੀ ਆ ਰਿਹਾ, ਜਿਹੜਾ ਪਾਣੀ, ਹੁਣ ਦੇਖੋ ਬਾਈ ਜੀ ਅਸੀਂ ਗੱਲ ਕਰ ਰਹੇ ਹਾਂ ਹਾਈਜੀਨ ਦੀ, ਹੁਣ ਤੁਹਾਨੂੰ ਪਤਾ ਜਿਹੜਾ ਗੰਨੇ ਦਾ ਰਸ ਵੇਚਦਾ ਬੰਦਾ ਉਹ ਕਿੰਨਾ ਹਾਈਜੀਨਿਕ ਕੰਡੀਸ਼ਨ ਦੇ ਵਿੱਚ ਕਰ ਰਿਹਾ, ਸਾਰਿਆਂ ਨੇ ਦੇਖਿਆ ਹੋਇਆ। ਲੱਸੀ, ਅਸੀਂ ਬਹੁਤ ਵਾਰੀ ਸੋਚਦੇ ਹਾਂ ਵੀ ਜਿਹੜੇ ਇਸ ਢਾਬੇ ਤੇ ਮੈਂ ਜਾਊਂਗਾ ਨਾ ਤਾਂ ਲੱਸੀ ਬੜੀ ਸਵਾਦ ਆ, ਤੇ ਮੈਂ ਬੜੇ ਸਾਲਾਂ ਬਾਅਦ ਇੰਡੀਆ ਵਾਪਸ ਆਇਆ। ਹੁਣ ਦੇਖੋ, ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਰਾ ਕੁਛ ਕੁਛ ਵੀ ਨਾ ਖਾਓ, ਪਰ ਜਿਹੜੇ ਕੁਛ ਚੀਜ਼ਾਂ ਨੇ ਜਿਹਦੇ ਵਿੱਚ ਅਸੀਂ ਫੈਕਟਰਸ ਨੂੰ ਆਪਾਂ ਫੋਲੋ ਕਰਦੇ ਹਾਂ, ਉਹਦੇ ਵਿੱਚ ਮੈਂ ਹਮੇਸ਼ਾ ਆਪਣੇ ਪੇਸ਼ੈਂਟ ਨੂੰ ਕਹਿੰਦੀ ਹਾਂ ਕਿ ਤੁਸੀਂ 3 ਚੀਜ਼ਾਂ ਯਾਦ ਰੱਖਣੀਆਂ, ਇੱਕ ਬੀ, ਇੱਕ ਸੀ ਤੇ ਇੱਕ ਆਪਣੀ ਫੀ। ਬੋਇਲ ਇਟ, ਜਦੋਂ ਪਾਣੀ ਪੀਣਾ ਬੋਇਲ ਕਰਕੇ ਪੀਣਾ। ਜੇ ਹੁਣ ਤੁਹਾਡੇ ਨਾਲ ਬਾਈ ਜੀ ਕੋਈ ਛੋਟਾ ਬੱਚਾ ਜਾ ਰਿਹਾ ਨਾ ਜੀ, ਜੇ ਤਾਂ 6 ਮਹੀਨੇ ਤੋਂ ਛੋਟਾ ਆ, ਅਸੀਂ ਕਹਿੰਦੇ ਹਾਂ ਕਿ ਬ੍ਰੈਸਟ ਮਿਲਕ ਸਭ ਤੋਂ ਵਧੀਆ ਉਸ ਬੱਚੇ ਲਈ, ਠੀਕ ਹੈ ਜੀ। ਜੇ ਬੱਚਾ ਫਾਰਮੂਲਾ ਮਿਲਕ ਪੀ ਰਿਹਾ ਤਾਂ ਅਸੀਂ ਇਹ ਕੋਸ਼ਿਸ਼ ਕਹਿੰਦੇ ਹਾਂ ਕਿ ਉਹਦਾ ਜਿਹੜਾ ਫਾਰਮੂਲਾ ਆ ਉਹ ਤੁਸੀਂ ਪਾਣੀ ਬੋਇਲ ਕੀਤੇ 'ਚ ਪਾ ਕੇ ਉਹ ਠੰਡਾ ਕਰਕੇ ਉਹ ਪਾਓ, ਠੀਕ ਹੈ। ਇਹ ਤੁਹਾਡੀ ਬੀ ਪਾਰਟ ਹੋ ਗਿਆ ਜਿਹਦੇ ਵਿੱਚ ਤੁਸੀਂ ਹਮੇਸ਼ਾ, ਅਤੇ ਕੋਸ਼ਿਸ਼ ਕਰਨੀ ਆ ਬੋਟਲ ਟੂ ਵਾਟਰ ਪੀਓ। ਜੇ ਬੋਟਲ ਟੂ ਵਾਟਰ, ਹੁਣ ਸਾਡੇ ਜਿਹੜੀ ਤੁਸੀਂ ਆਪ ਕੈਪ ਖੋਲੀ ਹੋਵੇ, ਖੁੱਲੀ ਨਾ ਇਹ ਇਸ ਤਰ੍ਹਾਂ ਨਾ ਹੋਵੇ, ਹੁਣ ਤੁਸੀਂ ਤੁਸੀਂ ਮੈਂ ਪਾਣੀ ਪੀਣ ਲੱਗਾ ਅਤੇ ਮੈਨੂੰ ਕਿਸੇ ਨੇ ਲਿਆ ਕੇ ਦੇ ਤਾ, ਮੈਂ ਵੀ ਉਹ ਪਾਣੀ। ਹੁਣ ਦੇਖੋ, ਅਸੀਂ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ, ਅਸੀਂ ਥੋੜ੍ਹੇ ਜਿਹੇ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਰਹਿੰਦੇ ਹਾਂ, ਇੱਦਾਂ ਵੀ ਹੋ ਜਾਂਦਾ ਕਈ ਵਾਰੀ ਜਿਹੜਾ ਬੰਦਾ ਪਾਣੀ ਵੇਚ ਰਿਹਾ ਉਹ ਮੇ ਬੀ ਟੈਪ ਵਾਟਰ ਪਾ ਕੇ ਵੇਚ ਰਿਹਾ ਹੋਵੇ ਜਾਂ ਕੁਛ ਵੀ ਇਸ ਤਰ੍ਹਾਂ। ਸੋ ਅਸੀਂ ਟਰੱਸਟ ਨਹੀਂ ਕਰਦੇ। ਸੋ ਕਹਿੰਦੇ ਨੇ ਕਿ ਤੁਸੀਂ ਆਪ ਕਰੈਕ ਓਪਨ ਕਰਕੇ ਉਹਨੂੰ ਕੀਤਾ ਜਾ ਸਕਦਾ। ਫਿਰ
ਜਿਹਦੇ ਵਿੱਚ ਆਪਣੇ ਹੁਣ ਸਬਜ਼ੀਆਂ ਆਉਂਦੀਆਂ ਨੇ। ਕਈ ਵਾਰੀ ਅਸੀਂ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਜਾਂਦੇ ਹਾਂ, ਇਸ ਜ਼ਰੂਰੀ ਨਹੀਂ ਕਿ ਆਪਾਂ ਇੰਡੀਆ ਨੂੰ ਟਰੈਵਲ ਕਰਨਾ। ਮੈਕਸੀਕੋ ਗਏ ਤੁਸੀਂ, ਕਿਤੇ ਟਰੈਵਲ ਕੀਤਾ, ਕੋਈ ਕੋਈ ਤੁਸੀਂ ਸੈਲਡ ਖਾਧਾ, ਕੋਈ ਫਰੂਟ ਖਾਧਾ, ਕੋਈ ਇਸ ਤਰ੍ਹਾਂ ਦੀ ਚੀਜ਼ ਆ ਜਿਹੜੀ ਤੁਸੀਂ, ਜਾਂ ਸਪੈਸੀਫਿਕਲੀ ਕੋਈ ਤਾਂ ਅਸੀਂ ਭਾਵੇਂ ਵੈਜੀਟੇਰੀਅਨ ਖਾਣੇ ਦੇ ਵਿੱਚ ਕੋਈ ਵੈਜੀਟੇਬਲ ਬਣਾ ਕੇ ਦਿੱਤੀ ਜਿਹੜੀ ਕਿ ਚੰਗੇ ਤਰੀਕੇ ਨਾਲ ਧੋਈ ਹੋਈ ਨਹੀਂ ਸੀ, ਤੇ ਉਹ ਕੱਚੀ ਖਾ ਕੋਈ ਵੀ ਚੀਜ਼ ਕੱਚੀ ਖਾ ਲਈ, ਕੱਚੀ ਖਾ ਲਈ, ਕੱਚੀ ਖਾ ਲਈ, ਫਰੂਟ ਖਾ ਲਿਆ। ਫਰੂਟ ਦੇ ਵਿੱਚ ਇਸ ਤਰ੍ਹਾਂ ਆ ਗਿਆ ਕਿ ਜਿੱਦਾਂ ਕਈ ਵਾਰੀ ਆਪਾਂ ਜਾਂਦੇ ਹਾਂ ਇੰਡੀਆ ਦੇ ਵਿੱਚ, ਜਾਂ ਕਿਸੇ ਨੇ ਖਰਬੂਜਾ ਜਾਂ ਤਰਬੂਜ ਕੱਟ ਕੇ ਰੱਖਿਆ ਤੁਹਾਡੇ ਸਾਹਮਣੇ, ਉਹਨਾਂ ਨੇ ਤਾਂ ਤੁਹਾਡੇ ਲਈ ਬਹੁਤ ਆਪਣੇ ਵੱਲੋਂ ਸੇਵਾ ਦੀ ਗੱਲ ਕੀਤੀ, ਮਹਿਮਾਨ ਨਵਾਜ਼ੀ ਕੀਤੀ। ਪਪੀਤੇ ਨੇ, ਸੋ ਕਈ ਵਾਰੀ ਉਹ ਕੱਟਿਆ ਹੋਇਆ ਫਰੂਟ ਤੇ ਇੱਕ ਵੀ ਮੱਖੀ ਬੈਠ ਗਈ ਨਾ ਜੀ, ਬਾਈ ਜੀ ਉਸ ਨੇ, ਉਹਨੇ ਸਾਰੇ ਨੇ ਇਨਫੈਕਟ ਹੋ ਜਾਣਾ। ਸਾਡੀ ਬਾਡੀ ਚ ਉਨੀ ਇਮਿਊਨਿਟੀ ਨਹੀਂ ਹੈਗੀ। ਮੇ ਵੀ ਤਾਂ ਉਸੇ ਟੇਬਲ ਤੇ ਬੈਠੇ ਹੋਰ ਲੋਕਾਂ ਚ ਹੈ ਜਿਹੜੇ ਸਾਲਾਂ ਵੱਧ ਇੰਡੀਆ ਚ ਰਹਿ ਰਹੇ। ਡੈਫੀਨੇਟਲੀ ਤੁਸੀਂ ਤੁਸੀਂ ਬਦਲ ਗਏ ਹੋ, ਤੁਸੀਂ ਬਦਲ ਗਏ ਹੋ, ਤੁਹਾਡੀ ਬਾਡੀ ਦਾ ਜਿਹੜਾ ਇਮਿਊਨ ਸਿਸਟਮ ਆ ਉਹ ਡਿਫਰੈਂਟ ਹੋ ਗਿਆ ਇਸ ਦੇਸ਼ ਦੇ ਵਿੱਚ ਆ ਕੇ। ਹੁਣ ਅਸੀਂ ਆਪਣੇ ਬੱਚਿਆਂ ਨੂੰ ਦੇਖੀਏ ਹੈ ਨਾ, ਕਿ ਛੋਟੇ ਛੋਟੇ ਸਾਡੇ ਬੱਚੇ ਇੰਡੀਆ ਚ ਜਾਂਦੇ ਆ ਸਾਰੀ ਛਿੱਕਾਂ ਮਾਰਨ ਲੱਗ ਪੈਂਦੇ ਨੇ, ਉਹਨਾਂ ਨੂੰ ਸਾਰੀ ਚੀਜ਼ਾਂ ਦਾ ਸਮੈਲ ਆਉਂਦੀ। ਅਸੀਂ ਆਪ ਬਾਈ ਜੀ ਉਸ ਦੇਸ਼ ਚੋਂ ਆਏ ਹਾਂ, ਸਾਨੂੰ ਸਮੈਲ ਆਉਣ ਲੱਗ ਪੈਂਦੀ ਚੀਜ਼ਾਂ। ਜੀ ਜੀ, ਸੋ ਇਹ ਜਿਹੜੀ ਜਿਹੜੀ ਸਾਡੀ ਜਿਹੜਾ ਸਿਸਟਮ ਆ ਉਹ ਅਡੈਪਟ ਕਰਦਾ ਜਦੋਂ ਅਸੀਂ ਦੂਸਰੇ ਦੇਸ਼ਾਂ ਦੇ ਵਿੱਚ ਜਾਂਦੇ ਹਾਂ। ਫਿਰ ਤੀਸਰੀ ਗੱਲ ਜਿਹੜੀ ਆਪਣੀ ਆਉਂਦੀ ਆ, ਪੀਲ ਇਟ। ਹਾਂਜੀ, ਉਹ ਹੀ ਫਰੂਟ ਖਾਣੇ ਜਿਹੜੇ ਤੁਸੀਂ ਪੀਲ ਕਰਕੇ ਖਾਓ, ਪੀਲ ਛਿੱਲਿਆ ਹੋਇਆ ਫਰੂਟ, ਛਿੱਲਿਆ ਔਰੇਂਜ ਆਉਂਦਾ, ਜਿੰਨਾ ਮਰਜ਼ੀ ਖਾ ਸਕਦੇ ਹੋ ਤੁਸੀਂ, ਸਾਫ਼ ਪਾਣੀ ਦੇ ਨਾਲ ਧੋ ਕੇ ਔਰੇਂਜ ਖਾਓ। ਬਨਾਨਾਸ ਖਾ ਸਕਦੇ ਹੋ, ਕੇਲੇ ਤੁਸੀਂ ਛਿੱਲ ਕੇ ਖਾਣਾ, ਤੇ ਅੰਬ ਖਾ ਸਕਦੇ ਹੋ ਜਦੋਂ ਅੰਬਾਂ ਦਾ ਮੌਸਮ ਹੈ, ਅੰਬ ਵੀ ਤੁਸੀਂ ਛਿੱਲ ਕੇ ਖਾਣਾ। ਅੰਬ ਦੇ ਵਿੱਚ ਕਿਸੇ ਨੇ ਨਹੀਂ ਜਾਣਾ, ਜੇ ਕੱਟਿਆ ਹੋਇਆ ਨਹੀਂ ਤਾਂ ਫਿਰ ਉਹਦੇ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ। ਮੈਂ ਥੋੜੀ ਗੱਲ ਇੱਥੇ ਕਰਦਾ, ਚਲੋ ਆਪਾਂ ਟੈਕਨੀਕਲ ਗੱਲਾਂ ਕਰੀ ਜਾਂਦੇ ਹਾਂ, ਹੈਲਥ ਦੀਆਂ, ਸਾਇੰਸ ਦੀਆਂ ਗੱਲਾਂ ਕਰੀ ਜਾਂਦੇ ਹਾਂ, ਹਾਈਜੀਨ ਦੀਆਂ ਗੱਲਾਂ ਕਰੀ ਜਾਂਦੇ ਹਾਂ। ਇੱਕ ਸੋਸ਼ਲ ਪ੍ਰੈਸ਼ਰ ਹੈ ਨਾ, ਇੱਕ ਸੋਸ਼ਲ ਚੀਜ਼ ਹੈ, ਤੁਹਾਡਾ ਇੱਕ ਕਲਚਰ ਹੈ, ਤੁਹਾਡੇ ਬਾਰੇ ਲੋਕ ਕਿਵੇਂ ਸੋਚਦੇ ਆ, ਤੁਸੀਂ ਲੋਕਾਂ ਬਾਰੇ ਕਿਵੇਂ ਸੋਚਦੇ ਹੋ। ਮੈਂ ਇੰਡੀਆ ਤੋਂ ਆਇਆ, ਮੈਂ ਪਿੰਡਾਂ ਦੇ ਵਿੱਚ ਰਿਹਾ, ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਪਿੰਡਾਂ ਦੇ ਵਿੱਚ, ਅੱਜ ਵੀ ਰਹਿੰਦੇ ਚਾਚੀਆਂ ਤਾਈਆਂ ਭੂਆ ਮਾਸੀਆਂ, ਉਹਨਾਂ ਨੂੰ ਮੈਂ ਮਿਲਣ ਜਾਣਾ। ਜੇ ਮੈਂ ਉਹਨਾਂ ਨੂੰ ਕਹਾਂ ਵੀ ਮਾਸੀ ਮੈਨੂੰ ਤਾਂ ਉਬਾਲ ਕੇ ਪਾਣੀ ਲੈ ਕੇ ਦੇ, ਉਹਨੇ ਕਹਿਣਾ ਵੀ ਚੋਜ ਕਰਦਾ ਕੈਨੇਡਾ ਤੋਂ ਆਇਆ, ਹਾਊ ਟੂ ਹੈਂਡਲ ਦੈਟ ਪ੍ਰੈਸ਼ਰ। ਦੇਖੋ ਹੁਣ ਦੇਖੋ, ਅਸੀਂ ਹਮੇਸ਼ਾ ਇੱਦਾਂ ਕਹਿੰਦੇ ਹਾਂ ਵੀ ਕੁਛ ਚੀਜ਼ਾਂ ਦੇ ਲਈ ਸਾਨੂੰ ਅਪ ਫਰੰਟ ਹੋਣਾ ਪੈਣਾ। ਅਸੀਂ ਤੁਸੀਂ ਕਹੋ ਵੀ ਦੇਖ ਬੀਬੀ ਤੈਨੂੰ ਮਿਲਣ ਆਇਆ ਨਾ, ਤੇਰੇ ਨਾਲ ਟਾਈਮ ਸਪੈਂਡ ਕਰਨ ਆਇਆ, ਹੁਣ ਜੇ ਮੈਨੂੰ ਵੀ ਤੇ ਟੱਟੀਆਂ ਲੱਗ ਗਈਆਂ ਜਾਂ ਮੈਨੂੰ ਡਾਇਰੀਆ ਹੋ ਗਿਆ ਜਾਂ ਮੈਨੂੰ ਹਸਪੀਟਲਾਈਜ਼ਡ ਹੀ ਕਰਾਉਣਾ ਪੈ ਗਿਆ, ਤੇਰੇ ਨਾਲ ਤਾਂ ਮੈਂ ਇੱਕ ਮਿੰਟ ਨਹੀਂ ਸਪੈਂਡ ਕਰਨ ਲੱਗਿਆ, ਉਹਦੇ ਵਿੱਚ ਤਾਂ ਮੈਨੂੰ ਲੱਗ ਜਾਣਾ ਆਪਣੇ ਤਿੰਨ ਦੋ ਹਫ਼ਤੇ ਵਾਲੇ ਤੈਨੂੰ ਮਿਲਣਾ, ਹੁਣ ਤੇਰੇ ਹੱਥ 'ਚ ਆ। ਜੇ ਤਾਂ ਤੂੰ ਚਾਹੁੰਦੀ ਆ ਕਿ ਤੇਰੇ ਨਾਲ ਬੈਠ ਕੇ ਗੱਲਾਂ ਕਰਾਂ ਤਾਂ ਬੋਇਲ ਕਰਕੇ ਪੜਾ ਦੇ, ਤੇ ਜੇ ਚਾਹੁੰਦੀ ਆ ਕਿ ਹਸਪੀਟਲ ਜਾ ਕੇ ਬੈੱਡ ਤੇ ਬੈਠਾ ਤਾਂ ਫਿਰ ਤੂੰ ਜਿਸ ਤਰ੍ਹਾਂ ਮਰਜ਼ੀ ਸੋਚ ਲਾ। ਸਪਸ਼ਟ 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 ਉਸ ਡਰ ਚੋਂ, ਉਸ ਚੇਪ ਚੋਂ ਨਿਕਲਣਾ। ਦੇਖੋ ਦੇਖੋ ਬਾਈ ਜੀ, ਸਾਡੇ ਨਾ ਕਮਿਊਨਿਟੀ ਦੇ ਵਿੱਚ ਜਦੋਂ ਅਸੀਂ ਗਰੋ ਹੋਏ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਅਸੀਂ ਬਹੁਤ ਹੈਸੀਟੈਂਟ ਫੀਲ ਕਰਦੇ, ਅਸੀਂ ਕਿਸੇ ਦੇ ਘਰ ਜਾਣਾ, ਅਸੀਂ ਹਮੇਸ਼ਾ, ਅਸੀਂ ਪਿਛਲੀ ਵਾਰੀ ਜਦੋਂ ਆਪਾਂ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਡਾਇਬਟੀਜ਼ ਦੇ ਬਾਰੇ ਗੱਲ ਕੀਤੀ ਸੀ ਕਿ ਜੇ ਸ਼ੂਗਰ ਦੇ ਬਾਰੇ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ, ਅਸੀਂ ਇਹ ਕਹਿੰਦੇ ਹਾਂ ਹੁਣ ਫਰੂਟ ਕੱਟ ਕੇ ਜਿਸ ਤਰ੍ਹਾਂ ਅਸੀਂ ਕਿਹਾ ਕਿਸੇ ਨੇ ਪਲੇਟ 'ਚ ਪਾ ਕੇ ਰੱਖਿਆ ਤੁਸੀਂ ਨਹੀਂ ਖਾਣਾ, ਅਗਲਾ ਸਿਰਫ ਸਾਨੂੰ ਹੀ ਨਹੀਂ ਜਿਹੜੇ ਸਾਡੇ ਰਿਸ਼ਤੇਦਾਰ ਇੰਡੀਆ 'ਚ ਰਹਿੰਦੇ ਨੇ ਉਹਨਾਂ ਨੂੰ ਵੀ ਆਪਣੀ ਮੈਂਟੈਲਿਟੀ ਥੋੜ੍ਹੀ ਜਿਹੀ ਚੇਂਜ ਕਰਨ ਦੀ ਜ਼ਰੂਰਤ ਬਦਲਣੀ ਪੈਣੀ ਹੈ। ਜਿੱਦਾਂ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਕਹਿ ਦਿੰਦੇ ਬਾਈ ਜੀ ਕਿ ਤੁਸੀਂ ਜੇ ਤੁਹਾਡਾ ਨਹੀਂ ਦਿਲ ਕਰਦਾ ਤਾਂ ਨਾ ਖਾਓ, ਕੋਈ ਗੱਲ ਨਹੀਂ, ਜੋ ਜਦੋਂ ਤੁਹਾਨੂੰ ਭੁੱਖ ਲੱਗੀ ਜਾਂ ਜੋ ਤੁਸੀਂ ਕਹੋਗੇ ਉਹ ਅਸੀਂ ਬਣਾ ਦਿੰਦੇ। ਉਹੀ ਗੱਲ ਸਾਡੇ ਵੱਡੀਆਂ ਭੈਣਾਂ ਨੂੰ, ਮੇਰੀਆਂ ਨੂੰ, ਮਾਵਾਂ ਨੂੰ ਇਹ ਗੱਲ ਅੰਡਰਸਟੈਂਡ ਕਰਨੀ ਪੈਣੀ ਹੈ, ਕਿਉਂਕਿ ਜੇ ਅਸੀਂ ਇੱਕ ਵਾਰੀ, ਬਾਈ ਜੀ ਇਹ ਗੱਲ ਨਹੀਂ ਕਿ ਤੁਸੀਂ ਇੰਡੀਆ 'ਚ ਸਿੱਖ ਹੋ ਗਏ ਅਤੇ ਉੱਥੇ ਹੀ ਤੁਹਾਡੀ ਸਿੱਖਨੈਸ ਖਤਮ ਹੋ ਗਈ। ਕਈ ਵਾਰੀ ਉਹ ਇਨਫੈਕਸ਼ਨ ਜਿਹੜੀ ਉਹ ਤੁਹਾਡੀ ਬਾਡੀ ਦੇ ਵਿੱਚ ਰਹਿੰਦੀ ਆ, ਉਹ ਜਾਨ ਲੇਵਾ ਵੀ ਹੋ ਸਕਦੀ ਹੈ, ਇੱਥੇ ਲੈ ਕੇ ਆਉਂਦੇ ਹਾਂ। ਅਸੀਂ ਸੈਗਮੈਂਟ 'ਚ ਅੱਗੇ ਜਾ ਕੇ ਗੱਲ ਕਰਾਂਗੇ। ਜੇ ਤੁਹਾਨੂੰ ਮਲੇਰੀਆ ਦਾ ਜਿਸ ਤਰ੍ਹਾਂ ਆ, ਕਈ ਵਾਰੀ ਤੁਹਾਨੂੰ 3 ਮਹੀਨੇ ਦੇ ਵਿੱਚ ਫੀਵਰ ਹੋਵੇ ਨਾ, ਇੰਡੀਆ ਤੋਂ ਤੁਸੀਂ ਵਾਪਸ ਕੈਨੇਡਾ ਆਓ ਤਾਂ 3 ਮਹੀਨਿਆਂ ਦੇ ਵਿੱਚ ਤੁਹਾਨੂੰ ਫੀਵਰ ਹੋ ਗਿਆ, ਹੁਣ ਡਾਕਟਰ ਨੇ ਮਲੇਰੀਆ ਚੈੱਕ ਕਰਨਾ। ਹੁਣ ਦੇਖੋ ਜੇ ਤੁਸੀਂ ਇੰਡੀਆ ਗਏ ਸੀ ਤੇ, ਜਾਂ ਫਿਰ ਜੇ ਤੁਹਾਨੂੰ ਹੁਣ ਟਾਈਫਾਇਡ ਹੈ, ਟਾਈਫਾਇਡ ਫੀਵਰ ਜਿਹੜਾ ਉਹ ਫੂਡ ਦੇ ਥਰੂ ਹੁੰਦਾ ਹਨਾ, ਟਾਈਫਾਇਡ ਕਈ ਵਾਰੀ 28 ਡੇਜ਼ ਦਾ ਉਹਦਾ ਸਾਈਕਲ ਹੈ ਇਨਕੂਬੇਸ਼ਨ ਦਾ। ਜਦੋਂ ਹੁਣ 28 ਦਿਨਾਂ ਬਾਅਦ ਤੁਹਾਨੂੰ ਫੀਵਰ ਹੋਇਆ ਕੈਨੇਡਾ ਜਾ ਕੇ, ਉੱਥੇ ਦਾ ਤੁਸੀਂ ਆਪਣੀ ਬੀਬੀ ਦਾ ਦਿਲ ਰੱਖਿਆ, ਆਪਾਂ ਭੈਣਾਂ ਮਾਵਾਂ ਨੂੰ ਕੁਛ ਨਹੀਂ ਕਿਹਾ, ਪਰ ਹੁਣ 28 ਦਿਨਾਂ ਬਾਅਦ ਤੁਸੀਂ ਬਿਮਾਰ ਹੋ ਗਏ ਇੱਥੇ ਆ ਕੇ, ਤੇ ਜਦੋਂ ਟਾਈਫਾਇਡ ਫੀਵਰ ਇੱਕ ਵਾਰੀ ਫਿਰ ਤੁਹਾਨੂੰ ਹੋਇਆ, ਫਿਰ ਤੁਹਾਨੂੰ ਪੂਰੀ ਆਪਣੀ ਟ੍ਰੀਟਮੈਂਟ ਦੀ ਜ਼ਰੂਰਤ ਹੈ। ਸੋ ਉਹ ਜਿਹੜੀ ਚੀਜ਼ ਆ, ਉਸ ਪੁਆਇੰਟ ਤੇ ਕਹਿਣਾ ਬੜਾ ਮੁਸ਼ਕਲ ਆ ਕਿਸੇ ਨੂੰ, ਪਰ ਜੇ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਉਸ ਬੰਦੇ ਨੂੰ ਇਹ ਗੱਲ ਕਹੀਏ ਕਿ ਮੈਂ ਇਹ ਮੇਰੀ ਮਜਬੂਰੀ ਸਮਝ ਲਾ, ਜੇ ਮੈਨੂੰ ਮੇਰੀ ਸਿਹਤ ਦਾ ਧਿਆਨ ਰੱਖਣਾ। ਦੇਖੋ ਅਸੀਂ ਹਮੇਸ਼ਾ ਅਸੀਂ ਕਹਿੰਦੇ ਕਿ ਆਫ ਟੋਪਿਕ ਨਹੀਂ ਜਾਣਾ, ਪਰ ਜੋ ਵੀ ਅਸੀਂ ਮਰਜ਼ੀ ਕਰੀਏ ਜ਼ਿੰਦਗੀ ਦੇ ਵਿੱਚ, ਭਾਈ ਜੀ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੀ,
ਕਿਸੇ ਭੈਣ ਨੇ, ਕਿਸੇ ਮਾਂ ਨੇ, ਕਿਸੇ ਹਸਬੈਂਡ ਨੇ, ਕਿਸੇ ਬੱਚੇ ਨੇ ਤੁਹਾਡੀ ਕੇਅਰ ਨਹੀਂ ਕਰਨੀ। ਨਹੀਂ ਇਹ ਗੱਲ ਵਾਕਈ ਵਾਕਈ ਇੰਪੋਰਟੈਂਟ। ਦੇਖੋ ਇਹਦੇ 'ਚ ਨਾ ਮੈਂ ਆਪ ਮਹਿਸੂਸ ਕਰਦਾ ਇਹ ਦੋਨੋਂ ਧਿਰਾਂ ਨੂੰ ਸਪਸ਼ਟ ਹੋਣ ਦੀ ਲੋੜ ਹੈ। ਸਿਚੁਏਸ਼ਨ ਬੜੀ ਖਰਾਬ ਉਦੋਂ ਹੁੰਦੀ ਹੈ ਜਦੋਂ ਇੱਕ ਧਿਰ ਸਪਸ਼ਟ ਹੋ ਜਾਂਦੀ, ਦੂਜੀ ਨਹੀਂ ਹੁੰਦੀ। ਹਾਂਜੀ ਬਿਲਕੁਲ। ਆਪਣੇ ਉਦਾਹਰਣ ਜੇ ਆਪਾਂ ਲਈਏ, ਮੇਰੇ ਘਰੇ ਕੋਈ ਆਇਆ, ਠੀਕ ਹੈ ਜੀ, ਤਾਂ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਚਾਹ ਪੀਓਗੇ ਕਿ ਰੋਟੀ ਖਾਓਗੇ, ਉਹ ਹੈਜ਼ੀਟੈਂਟ ਨੇ। ਬਿਲਕੁਲ ਉਹ ਹੈਜ਼ੀਟੈਂਟ ਨੇ ਬਾਈ ਨੇਚਰ। ਉਹ ਕਹਿੰਦੇ ਵੀ ਨਹੀਂ ਚਲੋ ਚਾਹ ਪੀ ਲੈਂਦੇ ਹਾਂ, ਅਤੇ ਮੈਂ ਕਹਿੰਦਾ ਵੀ ਚਲੋ ਮੈਂ ਚਾਹ ਬਣਾ ਤੀ। ਹਾਂਜੀ ਹਾਲਾਂਕਿ ਉਹਨਾਂ ਨੇ ਰੋਟੀ ਖਾਣੀ ਸੀ ਐਕਚੁਅਲੀ। ਹਾਂ ਬਿਲਕੁਲ। ਹੁਣ ਉਹ ਐਕਸਪੈਕਟ ਕਰਦੇ ਸੀ ਵੀ ਦਿਲਜੀਤ ਪਾਲ ਨੇ ਦੂਜੀ ਵਾਰੀ ਤਾਂ ਪੁੱਛਿਆ ਨਹੀਂ। ਦਿਲਜੀਤ ਪਾਲ ਸਪਸ਼ਟ ਇੰਨਾ ਹੈ ਵੀ ਉਹਨੇ ਬਾਈ ਨੇਚਰ ਦੂਜੀ ਵਾਰੀ ਪੁੱਛਣਾ ਹੀ। ਸੋ ਦੋਨਾਂ ਧਿਰਾਂ ਨੂੰ ਸਪਸ਼ਟ ਹੋਣਾ ਪੈਂਦਾ। ਬਿਲਕੁਲ ਜੀ। ਦੂਸਰੀ ਗੱਲ, ਜੇ ਮੈਂ ਨਹੀਂ ਸਪਸ਼ਟ ਤੇ ਜਿਹੜਾ ਗੈਸਟ ਆਇਆ ਹੋਇਆ ਉਹ ਸਪਸ਼ਟ ਹੈ, ਫਿਰ ਸਿਚੁਏਸ਼ਨ ਬਿਲਕੁਲ ਉਲਟ ਹੋ ਜਾਂਦਾ। ਸੋ ਦੋਨਾਂ ਧਿਰਾਂ ਨੂੰ ਸਾਨੂੰ ਬੜਾ ਸਪਸ਼ਟ ਹੋਣਾ। ਡਾਕਟਰ ਹਰਜੋਤ, ਤੁਸੀਂ ਬੀ ਸੀ ਐਂਡ ਪੀ ਦੀ ਗੱਲ ਕਰ ਰਹੇ ਸੀ ਨਾ, ਇਹ ਇੱਕ ਵਾਰੀ ਹੋਰ ਰਿਮਾਈਂਡ ਕਰਵਾਇਆ ਸਾਡੇ। ਹਾਂਜੀ ਜ਼ਰੂਰ ਜੀ। ਜਿਸ ਤਰ੍ਹਾਂ ਅਸੀਂ ਕਿਹਾ ਨਾ ਕਿ ਬੋਇਲ ਇਟ ਪੀਲ ਇਟ, ਕੁੱਕ ਬੋਇਲ ਇਟ ਕੁੱਕ ਇਟ ਪੀਲ ਇਟ, ਮਤਲਬ ਕਿ ਜ਼ਿਆਦਾ ਤੁਸੀਂ ਬੋਇਲ ਕਰਕੇ ਪਾਣੀ ਪੀਣਾ, ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਸੈਗਮੈਂਟ ਦੇ ਵਿੱਚ, ਖਾਣਾ ਉਹੀ ਖਾਣਾ ਜਿਹੜਾ ਕੁੱਕ ਕੀਤਾ ਹੋਵੇ ਕੰਪਲੀਟਲੀ। ਅਸੀਂ ਜਿਸ ਤਰ੍ਹਾਂ ਕਿਹਾ ਸਬਜ਼ੀਆਂ ਦੀ ਗੱਲ ਕੀਤੀ ਜਾਂ ਸੈਲਡ ਦੀ ਗੱਲ ਕੀਤੀ, ਬਾਈ ਜੀ ਜੇ ਮੀਟ ਖਾਣਾ ਹੋਵੇ ਆਪਾਂ ਜਿਹੜੇ ਜਿਹੜੇ ਨੋਨ ਵੈਜੀਟੇਰੀਅਨ ਨੇ, ਮੀਟ ਵੀ ਪੂਰੇ ਤਰੀਕੇ ਦੇ ਨਾਲ ਕੁੱਕ ਹੋਣਾ ਚਾਹੀਦਾ ਤਾਂ ਕਿ ਜਿਹੜਾ ਉਹਦੇ ਤੋਂ ਵੀ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ। ਫਿਰ ਆਪਣੇ ਕੋਲ ਆਉਂਦੇ ਪੀਲ ਇਟ, ਕਿ ਫਰੂਟ ਅਤੇ ਵੈਜੀਟੇਬਲਸ, ਜਿਸ ਤਰ੍ਹਾਂ ਆਪਾਂ ਕਹਿੰਦੇ ਫਰੂਟ ਸਪੈਸੀਫਿਕਲੀ ਉਹ ਖਾਣੇ ਜਿਹੜੇ ਤੁਸੀਂ ਪੀਲ ਕਰ ਸਕਦੇ ਹੋ, ਐਂਡ ਨਹੀਂ ਤਾਂ ਫਿਰ ਲੀਵ ਇਟ। ਓਕੇ। ਫਿਰ ਨਹੀਂ ਕੁਛ ਵੀ ਨਹੀਂ ਕਰਨਾ ਤਾਂ ਫਿਰ ਕੁਛ ਵੀ ਨਾ ਖਾਓ, ਫਿਰ ਫਾਸਟਿੰਗ ਕਰੋ, ਇਸ ਤਰ੍ਹਾਂ। ਮਤਲਬ ਕਿ ਇਸ ਵੈਰੀ ਈਜ਼ੀ ਟੂ ਰਿਮੈਂਬਰ, ਤਾਂ ਕਿ ਬੱਚਿਆਂ ਨੂੰ ਅਸੀਂ ਜਿਹੜੇ ਸਾਡੇ ਯੰਗ ਜਨਰੇਸ਼ਨ ਨੈਕਸਟ ਆ ਉਹਨਾਂ ਨੂੰ ਵੀ ਸੌਖਾ ਸਾਨੂੰ ਸਮਝਾਉਣਾ, ਤਾਂ ਕਿ ਉਹਨਾਂ ਨੂੰ ਇਸ ਗੱਲ ਦੀ ਨੌਲੇਜ ਹੋ ਸਕੇ ਕਿ ਉਹ ਆਪਣੀ ਕੇਅਰ ਕਿਸ ਤਰੀਕੇ ਦੇ ਨਾਲ ਕਰ ਸਕਦੇ ਨੇ। ਦੇਖੋ ਇਹ ਤਾਂ ਗੱਲ ਹੋ ਗਈ ਜਿਹੜੇ ਹੈਲਥੀ ਲੋਕ ਨੇ, ਤੰਦਰੁਸਤ ਲੋਕ ਨੇ, ਨੋਰਮਲ ਜਿਹੜਾ ਬੰਦਾ ਵਿਜ਼ਿਟ ਕਰਨ ਜਾਂਦਾ ਉਹਨਾਂ ਦੇ। ਹਾਂਜੀ। ਜਿਹੜੇ ਲੋਕ ਬਿਮਾਰ ਨੇ, ਮੰਨ ਲਓ ਕਿਸੇ ਨੂੰ ਹਾਰਟ ਦੀ ਸਮੱਸਿਆ, ਮੰਨ ਲਓ ਕਿਸੇ ਨੂੰ ਕਿਸੇ ਕਿਸਮ ਦੀ ਇਨਫੈਕਸ਼ਨ ਹੈ, ਜਾਂ ਵੱਡੀ ਉਮਰ ਦੇ ਲੋਕ ਜਾਂਦੇ ਆ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜਾਂ ਹੋਰ ਕੋਈ ਸਿਹਤ ਸਮੱਸਿਆ, ਉਹਨਾਂ ਲਈ ਕੀ ਨੁਕਤੇ ਨੇ ਜਿਹੜੇ ਖਿਆਲ ਰੱਖੇ ਜਾਣ? ਠੀਕ ਹੈ ਜੀ, ਜ਼ਰੂਰ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਆਪਣੀ ਲੈਂਗੁਏਜ ਦੇ ਵਿੱਚ ਆਪਾਂ ਜੇ ਆਪਾਂ ਪ੍ਰੋਫੈਸ਼ਨਲ ਲੈਂਗੁਏਜ, ਜੇ ਸਾਡੇ ਡਾਕਟਰ ਕਹਿੰਦੇ ਨੇ, ਉਹ ਕਹਿੰਦੇ ਐਟ ਰਿਸਕ ਕਿਹੜੇ ਪੇਸ਼ੈਂਟ ਅਸੀਂ। ਹਾਂਜੀ, ਜਿਹੜੇ ਜਿਹੜੇ ਰੈਗੂਲਰ ਜਿਸ ਤਰ੍ਹਾਂ ਆਪਣੇ ਯੰਗ ਪੇਸ਼ੈਂਟ ਵਿਦਾਊਟ ਕਿਸੇ ਡਿਜ਼ੀਜ਼ ਤੋਂ, ਤਾਂ ਚਲੋ ਫਿਰ ਵੀ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਪ੍ਰੀਕੋਸ਼ਨਸ ਲਓ, ਤੁਹਾਨੂੰ ਜਾਣਾ ਚਾਹੀਦਾ। ਬਟ ਜਿਹੜੇ ਐਟ ਰਿਸਕ ਨੇ, ਸਭ ਤੋਂ ਪਹਿਲੇ ਅਸੀਂ ਕਹਿੰਦੇ ਹਾਂ ਜਿਹੜੀਆਂ ਮੇਰੀਆਂ ਭੈਣਾਂ ਪ੍ਰੈਗਨੈਂਟ ਨੇ, ਭਾਈ ਜੀ ਉਹ ਵੀ ਇੱਕ ਰਿਸਕ ਫੈਕਟਰ ਹੋ ਜਾਂਦਾ ਜਦੋਂ ਤੁਸੀਂ ਟਰੈਵਲ ਕਰਦੇ ਹੋ, ਸਪੈਸੀਫਿਕਲੀ ਜਦੋਂ ਤੁਸੀਂ ਇੰਟਰਨੈਸ਼ਨਲ ਜਾਂਦੇ ਹੋ, ਉਸ ਟਾਈਮ ਦੇ ਉੱਤੇ ਉਹਨਾਂ ਦੀ ਉਹਨਾਂ ਨੂੰ ਆਪਣੀ ਸਿਹਤ ਦਾ ਕੇਅਰ ਕਰਨੀ ਬੜੀ ਜ਼ਰੂਰੀ ਆ। ਫਿਰ ਆਪਣੇ ਕੋਲ ਜਿਸ ਤਰ੍ਹਾਂ ਤੁਸੀਂ ਕਿਹਾ ਜਿਹੜੇ ਪੇਸ਼ੈਂਟ ਡਾਇਬੈਟਿਕ ਨੇ, ਉਹਨਾਂ ਨੂੰ ਬੜਾ ਜ਼ਰੂਰੀ ਹੈ। ਕਈ ਸਾਡੇ ਪੇਸ਼ੈਂਟ ਨੇ ਜਿਹੜੇ ਇੰਸੂਲਿਨ ਦੇ ਇੰਜੈਕਸ਼ਨ ਲਗਾਉਂਦੇ ਨੇ, ਹੁਣ ਇੰਸੂਲਿਨ ਫਰਿੱਜ 'ਚ ਲੈ ਕੇ ਜਾਣੀ ਜਾਂ ਪਲੇਨ ਦੇ ਵਿੱਚ ਲੱਗ ਜਾਣੀ, ਇੰਡੀਆ ਜਾ ਕੇ ਉਹ ਇੰਜੈਕਸ਼ਨ ਲਗਵਾਉਣੇ, ਉਹ ਵੀ ਹਾਈ ਰਿਸਕ ਦੇ ਉੱਤੇ ਹੋ ਜਾਂਦੇ ਨੇ। ਇਮਿਊਨੋ ਕੰਪਰੋਮਾਈਜ਼ਡ ਪੇਸ਼ੈਂਟਸ ਨੇ ਕਿ ਕੋਈ ਏਡਸ ਦਾ ਪੇਸ਼ੈਂਟ ਆ, ਜਾਂ ਕੋਈ ਪੇਸ਼ੈਂਟ ਜਿਹਨਾਂ ਨੂੰ ਰਿਮਟੋਇਡ ਆਰਥਰਾਈਟਿਸ ਹੈ, ਇੱਕ ਤਰੀਕੇ ਦਾ ਗਠੀਆ ਆ ਜਿਹਦੇ ਵਿੱਚ ਡਿਫਰੈਂਟ ਤਰੀਕੇ ਦੀਆਂ ਦਵਾਈਆਂ ਖਾਣੀਆਂ ਪੈਂਦੀਆਂ ਨੇ। ਫਿਰ ਆਪਣੇ ਕੋਲ ਜਿਹੜੇ ਪੇਸ਼ੈਂਟ ਨੇ ਜਿਹੜੇ ਕਿਡਨੀ ਡਾਇਲਸਿਸ ਦੇ ਪੇਸ਼ੈਂਟ ਨੇ, ਜਿਹੜੇ ਇੱਥੇ ਵੀ ਡਾਇਲਸਿਸ ਕਰਾ ਰਹੇ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਇੰਡੀਆ ਟਰੈਵਲ ਕਰਨਾ ਪੈਂਦਾ। ਫਿਰ ਆਪਣੇ ਕੋਲ ਜਿਹੜੇ ਕਿਸੇ ਨੂੰ ਹਾਰਟ ਅਟੈਕ ਜਾਂ ਸਟ੍ਰੋਕ ਹੋਇਆ ਹੋਵੇ, ਜਿਹੜੇ ਪੇਸ਼ੈਂਟਸ ਆਲਰੇਡੀ ਐਟ ਰਿਸਕ ਨੇ, ਕਿਸੇ ਨੂੰ ਮਿਰਗੀ ਦੇ ਦੌਰੇ ਪੈਂਦੇ ਹੋਣ, ਉਹ ਵੀ ਬਾਈ ਜੀ ਉਹ ਵੀ ਪੇਸ਼ੈਂਟ ਕਾਫੀ ਉਹਨਾਂ ਨੂੰ ਕੇਅਰ ਦੀ ਲੋੜ ਆ। ਫਿਰ ਕੋਈ ਵੀਲ ਚੇਅਰ ਦੇ ਪੇਸ਼ੈਂਟ ਸਾਡਾ, ਜਿਹੜਾ ਕੋਈ ਮੇਰਾ ਵੀਰ ਜਾਂ ਕੋਈ ਭੈਣ ਜਿਹੜੇ ਤੁਰ ਨਹੀਂ ਸਕਦੇ, ਜਾਂ ਮਾਤਾਵਾਂ ਸਾਡੀਆਂ ਨੇ ਜਿਨ੍ਹਾਂ ਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ, ਉਹ ਵੀ ਹਾਈ ਰਿਸਕ 'ਤੇ ਹੋ ਜਾਂਦੇ ਨੇ। ਸੋ ਛੋਟੇ ਬੱਚੇ ਜਿਹੜੇ 6 ਸਾਲਾਂ ਤੋਂ ਛੋਟੇ ਨੇ ਉਹ ਵੀ ਹਾਈ ਰਿਸਕ 'ਤੇ ਨੇ, ਅਤੇ ਬਜ਼ੁਰਗ ਜਿਹੜੇ 65 ਈਅਰਸ ਤੋਂ ਉੱਪਰ ਨੇ ਉਹ ਵੀ ਹਾਈ ਰਿਸਕ 'ਤੇ ਨੇ। ਇੱਕ ਇਹ ਸਾਰੇ ਲੋਕ ਆਪਾਂ ਜਿਵੇਂ ਲਿਸਟ ਕਰਤੇ, ਹਾਂਜੀ ਇਹ ਲੋਕ ਹਾਈ ਰਿਸਕ, ਬਿਲਕੁਲ ਜੀ। ਹਾਂਜੀ, ਇਹਨਾਂ ਨੂੰ ਕੀ ਵੱਖਰਾ ਕਰਨਾ ਚਾਹੀਦਾ ਹੈ ਜੋ ਅਸੀਂ ਅਸੀਂ ਵਿਜ਼ਿਟਰਸ ਨਾਲ? ਡੈਫੀਨੇਟਲੀ, ਜਿਸ ਤਰ੍ਹਾਂ ਅਸੀਂ ਇਹ ਸੀਕੁਐਂਸ ਦੇ ਵਿੱਚ ਕੱਲ ਤੋਰੀ ਕਿ ਹਾਂ ਇਹ ਹਾਈ ਰਿਸਕ ਦਾ ਪੇਸ਼ੈਂਟ ਆ, ਹੁਣ ਇਹ ਹਾਈ ਰਿਸਕ ਦੇ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਟਰੈਵਲ ਕਲੀਨਿਕ ਜਾਣ, ਆਪਣੇ ਡਾਕਟਰ ਨੂੰ ਵੀ ਮਿਲ ਸਕਦੇ ਨੇ, ਉਹ ਟਰੈਵਲ ਕਲੀਨਿਕ ਵੀ ਜਾ ਸਕਦੇ ਨੇ ਜਾਣ ਤੋਂ, ਪਹਿਲਾਂ ਐਟਲੀਸਟ 2 ਮਹੀਨੇ ਪਹਿਲਾਂ ਜੀ। ਇੱਦਾਂ ਨਹੀਂ ਵੀ ਮੈਂ ਕੱਲ੍ਹ, ਚਲੋ ਐਮਰਜੈਂਸੀ ਵਿਜ਼ਿਟ ਕੋਈ ਹੋਵੇ ਉਹ ਤਾਂ ਡਿਫਰੈਂਟ ਆ, ਪਰ ਜੇ ਤੁਸੀਂ ਇੱਕ ਰੂਟੀਨ ਵਿਜ਼ਿਟ, ਇੱਕ ਰੂਟੀਨ ਆਪਣੀ ਵਿਜ਼ਿਟ ਕਰਨੀ, ਇੰਡੀਆ ਨੂੰ ਮਿਲਣ ਜਾਣਾ ਜਾਂ ਕਿਤੇ ਵੀ ਜਾਣਾ, ਤੁਸੀਂ 2 ਮਹੀਨੇ ਪਹਿਲਾਂ ਤੁਹਾਨੂੰ ਇਹ ਤਿਆਰੀ ਕਰਨੀ ਸ਼ੁਰੂ ਕਰਨੀ ਪੈਣੀ ਆ। ਸੋ ਉਹਦੇ ਵਿੱਚ ਆਪਣੇ ਕੋਲ ਆਪਣੇ ਫੈਮਿਲੀ ਡਾਕਟਰ ਨੂੰ ਮਿਲ ਸਕਦੇ ਹੋ, ਤੁਹਾਡਾ ਡਾਕਟਰ ਰੈਕਮੈਂਡ ਕਰ ਸਕਦਾ। ਇਹ ਜਿਹੜੇ ਬਾਈ ਜੀ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੁਛ ਕੰਟਰੀਜ਼ ਨੂੰ ਉਹਨਾਂ ਨੇ ਐਗਜ਼ੈਂਪਟ ਕਰਤਾ ਹੋਇਆ, ਜਿਹੜੇ ਪੇਸ਼ੈਂਟ ਨੇ ਚਲੋ ਹਾਈ ਰਿਸਕ ਤਾਂ ਹੈਗੇ ਨੇ, ਪਰ ਜਿਹਨਾਂ ਕੰਟਰੀਜ਼ ਦੇ ਵਿੱਚ ਤੁਹਾਨੂੰ ਟਰੈਵਲ ਕਲੀਨਿਕਸ ਜਾਣ ਦੀ ਜ਼ਰੂਰਤ ਨਹੀਂ,
ਓਕੇ ਉਦਾਹਰਨ ਤੌਰ ਤੇ ਮੈਂ ਆਸਟ੍ਰੇਲੀਆ ਚੱਲਿਆ ਹਾਂਜੀ ਉੱਥੇ ਤੁਹਾਨੂੰ ਨਹੀਂ ਜ਼ਰੂਰਤ ਉਹ ਡਿਵੈਲਪਡ ਉਹ ਤੁਹਾਡੇ ਆਪਣੇ ਇੰਡੀਆ ਦੇ ਨਾਲੋਂ ਕਾਫੀ ਹੱਦ ਤੱਕ ਡਿਵੈਲਪਡ ਹੈ ਨਿਊਜ਼ੀਲੈਂਡ ਜਾ ਰਹੇ ਹੋ ਤੁਸੀਂ ਉਹ ਵੀ ਨਹੀਂ ਮਤਲਬ ਮੈਂ ਇੰਗਲੈਂਡ ਜਾ ਰਿਹਾ ਆਇਰਲੈਂਡ ਜਾ ਰਿਹਾ ਠੀਕ ਹੈ ਇਹਦਾ ਮਤਲਬ ਕਿ ਇਹਨਾਂ ਮੁਲਕਾਂ 'ਚ ਜਾਣ ਲਈ ਜਾਂ ਮੈਂ USA ਜਾ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਜਾਣ ਲਈ ਮੈਨੂੰ ਆਪਣੇ ਡਾਕਟਰ ਨੂੰ ਜਾਣ ਤੋਂ ਪਹਿਲਾਂ ਮਿਲਣ ਦੀ ਜ਼ਰੂਰਤ ਨਹੀਂ ਹਾਂਜੀ ਤੁਸੀਂ ਪ੍ਰੀਕਾਸ਼ਨਸ ਲੈ ਸਕਦੇ ਹੋ ਜਿਸ ਤਰ੍ਹਾਂ ਆਪਾਂ ਆਪਣੇ ਕੋਲ ਦੋ ਮੇਜਰ ਵੈਬਸਾਈਟਸ ਨੇ ਇੱਕ CDC ਆ ਜਿਹੜੀ ਆਪਣੇ US ਦੀ ਸਾਈਟ ਹੈ ਜਿੱਥੇ ਉਹ ਕਾਫੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ ਤੇ ਜਾਂ ਫਿਰ travel.gc.ca ਆ ਜਿੱਥੇ ਕੈਨੇਡੀਅਨ ਟਰੈਵਲ ਵੈਬਸਾਈਟਸ ਨੇ ਤੁਸੀਂ ਉੱਥੇ ਜਾ ਸਕਦੇ ਹੋ ਤੁਸੀਂ ਕਾਫੀ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਦਿੰਦੇ ਨੇ ਪਰ ਇੱਕ ਆਪਣੇ ਕੋਲ US ਹੋ ਗਿਆ ਜਪਾਨ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਵੈਸਟਰਨ ਯੂਰਪ ਹੋ ਗਿਆ ਇਹਨਾਂ ਕੰਟਰੀਆਂ ਦੇ ਵਿੱਚ ਤੁਹਾਨੂੰ ਲੋੜ ਨਹੀਂ ਟਰੈਵਲ ਦੇ ਦਾ ਫਿਕਰ ਕਰਨ ਦੀ ਪਰ ਜੇ ਤੁਸੀਂ ਨਾ ਡੈਫੀਨੇਟਲੀ ਏਸ਼ੀਆ ਆ ਬੰਗਲਾਦੇਸ਼ ਆਪਣਾ ਹੋ ਗਿਆ ਚਾਈਨਾ ਹੋ ਗਿਆ ਇੰਡੀਆ ਪਾਕਿਸਤਾਨ ਅਫਗਾਨਿਸਤਾਨ ਫਿਰ ਅਫਰੀਕਾ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਸੈਗਮੈਂਟ ਉਹਨਾਂ ਦੇਸ਼ਾਂ ਦੇ ਵਿੱਚ ਤੁਹਾਨੂੰ ਜ਼ਰੂਰਤ ਆ ਹੁਣ ਹਾਈ ਰਿਸਕ ਪੇਸ਼ੈਂਟ ਉਹਦਾ ਜਿਹੜਾ ਰਿਸਕ ਉਹ ਮੱਚ ਹਾਈ ਆ ਜੇ ਆਪਾਂ ਇੱਕ ਰੈਗੂਲਰ ਪੇਸ਼ੈਂਟ ਜਾ ਰਿਹਾ ਇੱਕ ਤਾਂ ਅਸੀਂ ਰੈਕਮੈਂਡ ਕਰਦੇ ਹਾਂ ਕਿ 2 ਮਹੀਨੇ ਪਹਿਲਾਂ ਤੁਸੀਂ ਟਰੈਵਲ ਜਿਹੜਾ ਕਲੀਨਿਕ ਦੇ ਵਿੱਚ ਜਾਓ ਆਪਣੇ ਡਾਕਟਰ ਨੂੰ ਮਿਲੋ ਸਾਡੇ ਅਤੇ ਦੂਸਰੀ ਗੱਲ ਇਹ ਆਪਣੀ ਕੁਛ ਵੈਕਸੀਨੇਸ਼ਨਸ ਨੇ ਬਾਈ ਜੀ ਜਿਹੜੀਆਂ ਲਗਵਾਉਣੀਆਂ ਜ਼ਰੂਰੀ ਨੇ ਉਹ ਟ੍ਰੀਟਮੈਂਟ ਨਹੀਂ ਉਹ ਪ੍ਰੀਵੈਂਸ਼ਨ ਦੇ ਲਈ ਨੇ ਡਾਇਰੀਆ ਜਿਹੜਾ ਜਿਹੜਾ ਆਪਾਂ ਜੇ ਆਪਾਂ ਕਹਿੰਦੇ ਜੇ ਉੱਥੇ ਜਾ ਕੇ ਪੇਟ ਖਰਾਬ ਹੋਣਾ ਟਿੱਟੀਆਂ ਲੱਗਣੀਆਂ ਇਹਦੇ ਵਿੱਚ ਇੱਕ ਟਾਈਫਾਇਡ ਫੀਵਰ ਆਉਂਦਾ ਉਹ ਵੀ ਹੋ ਸਕਦਾ ਜਿਹੜਾ ਕਿ ਫੂਡ ਰਿਲੇਟਡ ਆ ਫੂਡ ਅਤੇ ਵਾਟਰ ਦੇ ਨਾਲ ਰਿਲੇਟਡ ਆ ਹੈਪੇਟਾਈਟਸ ਆ ਹੈਪੇਟਾਈਟਸ ਏ ਜਿਹੜਾ ਉਹ ਲਿਵਰ ਦੀ ਇਨਫਲਮੇਸ਼ਨ ਆ ਜਿਹਦੇ ਵਿੱਚ ਲਿਵਰ ਤੁਹਾਡਾ ਖਰਾਬ ਹੋਣ ਲੱਗ ਪੈਂਦਾ ਜੁਆਇੰਟਸ ਹੋਣ ਲੱਗ ਪੈਂਦਾ ਉਹ ਸਾਲ ਉਹਨੂੰ ਪ੍ਰੀਵੈਂਟ ਕਰਨ ਦੇ ਲਈ ਸਾਡੇ ਕੋਲ ਇੰਜੈਕਸ਼ਨਸ ਆਉਂਦੇ ਨੇ ਜਿਹੜੇ ਤੁਹਾਨੂੰ ਐਟਲੀਸਟ 1 ਜਾਂ 2 ਮਹੀਨੇ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਉੱਤੋਂ ਲਗਵਾਉਣੇ ਚਾਹੀਦੇ ਨੇ ਕੋਰਸ ਆਉਂਦਾ ਉਹਨਾਂ ਟਰੈਵਲ ਵੈਕਸੀਨਸ ਦਾ ਜਿਹੜੇ ਕੁਛ ਰੈਪਿਡ ਟ੍ਰੀਟਮੈਂਟ ਕੋਰਸਿਸ ਨੇ ਜਿਹੜੇ ਤੁਸੀਂ 1 ਮਹੀਨੇ ਦੇ ਵਿੱਚ ਵੀ ਫਿਨਿਸ਼ ਕਰ ਸਕਦੇ ਹੋ ਪਰ ਕੁਛ ਇੱਦਾਂ ਦੇ ਟ੍ਰੀਟਮੈਂਟ ਕੋਰਸਿਸ ਨੇ ਜਿਹੜੇ ਤੁਹਾਨੂੰ ਬਾਡੀ ਦੇ ਵਿੱਚ ਐਟਲੀਸਟ 2 ਤੋਂ ਲੈ ਕੇ 3 ਮਹੀਨੇ ਤੱਕ ਇਮਿਊਨਿਟੀ ਆਊਗੀ ਕਈ ਵਾਰ ਤੁਸੀਂ ਜਦੋਂ ਕੈਨੇਡਾ ਵਾਪਸ ਆਉਂਦੇ ਹੋ ਤੇ ਉਹਦੇ ਕੋਰਸਿਸ ਕੈਨੇਡਾ ਵਾਪਸ ਆ ਕੇ ਵੀ ਫਿਨਿਸ਼ ਕਰਨੇ ਪੈਂਦੇ ਇੱਥੇ ਹੁਣ ਇੱਕ ਬੜੀ ਮਹੱਤਵਪੂਰਨ ਗੱਲ ਹੈ ਤੁਸੀਂ ਕਹਿੰਦੇ ਵੀ ਟਰੈਵਲ ਕਲੀਨਿਕ ਜਾਣਾ ਹਾਂਜੀ ਮੈਂ ਜਾ ਰਿਹਾ ਆਪਣੀ ਫੈਮਿਲੀ ਨਾਲ ਮੈਂ ਟਰੈਵਲ ਕਲੀਨਿਕ ਜਾਣਾ ਉਹਨਾਂ ਨੇ ਮੈਨੂੰ ਰეკਮੈਂਡ ਕਰਤਾ ਕਿ ਵੈਕਸੀਨਸ ਤੁਸੀਂ ਹਾਂਜੀ ਲਵਾਓ ਬਿਲਕੁਲ ਜੀ ਕੀ ਉਹ ਮੈਨੀਟੋਬਾ ਹੈਲਥ ਕਵਰ ਕਰਦਾ ਬਹੁਤ ਸੋਹਣਾ ਤੁਸੀਂ ਮੈਨੂੰ ਇਹ ਕੁਐਸਚਨ ਪੁੱਛਿਆ ਬਿਕਾਜ਼ ਇਹ ਜਿੰਨੀ ਮਰਜ਼ੀ ਅਸੀਂ ਮਿਹਨਤ ਕਰਦੇ ਹਾਂ ਅਸੀਂ ਪੈਸੇ ਕਮਾ ਰਹੇ ਹਾਂ ਇਸ ਕੰਟਰੀ 'ਚ ਰਹਿ ਰਹੇ ਹਾਂ ਸਾਰੇ ਮੇਰੇ ਵੀਰ ਮੇਰੀਆਂ ਭੈਣਾਂ ਕਾਫੀ ਮਿਹਨਤ ਕਰਦੇ ਨੇ ਅਸੀਂ ਪਰ ਜਦੋਂ ਹੈਲਥ ਕੇਅਰ ਕਿਉਂਕਿ ਇੱਥੇ ਕਵਰਡ ਆ ਸਾਰਾ ਕੁਛ ਭਾਈ ਬਹੁਤ ਸਾਰੇ ਬਹੁਤ ਕੈਨੇਡਾ ਸਾਨੂੰ ਆਪਾਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਇਸ ਕੰਟਰੀ ਨੇ ਸਾਨੂੰ ਬੜਾ ਕੁਛ ਦਿੱਤਾ ਕੈਨੇਡਾ ਦੇ ਵਿੱਚ ਸਾਡੀਆਂ ਸਾਰੀਆਂ ਟੈਸਟ ਕਵਰਡ ਨੇ ਪਰ ਟਰੈਵਲ ਵਿਜ਼ਿਟ ਇੱਕ ਇੱਦਾਂ ਦੀ ਵਿਜ਼ਿਟ ਹੈ ਜਿਹੜੀ ਮੈਨੀਟੋਬਾ ਹੈਲਥ ਕਵਰ ਨਹੀਂ ਕਰਦੀ ਅੱਛਾ ਇਹ ਵੈਕਸੀਨਸ ਜਿਹੜੀਆਂ ਤੁਸੀਂ ਲਵਾਉਣੀਆਂ ਨੇ ਇਹ ਜੇਬ ਚੋਂ ਲਵਾਉਣੀਆਂ ਪੈਣੀਆਂ ਹਾਂਜੀ ਮੈਨੀਟੋਬਾ ਹੈਲਥ ਇਹਨਾਂ ਵੈਕਸੀਨਸ ਨੂੰ ਜੇ ਤੁਸੀਂ ਟਰੈਵਲ ਪਰਪਸਸ ਦੇ ਲਈ ਯੂਜ਼ ਕਰ ਰਹੇ ਹੋ ਹੁਣ ਦੇਖੋ ਹੈਪੇਟਾਈਟਸ ਦੇ ਜਿਹੜੇ ਇੰਜੈਕਸ਼ਨਸ ਨੇ ਬਾਈ ਜੀ ਕਈ ਵਾਰੀ ਉਹ ਇੰਜੈਕਸ਼ਨਸ ਅਸੀਂ ਜੰਗ ਨਿਆਣਾ ਜਿਹੜੇ ਸਕੂਲ ਜਾਂਦੇ ਨੇ ਜਾਂ ਕੁਛ ਕੁਛ ਸਕੂਲ ਦੇ ਕੈਰੀਕੁਲਮ ਦੇ ਵਿੱਚ ਨੇ ਉੱਥੇ ਕਵਰ ਕਰ ਰਹੇ ਨੇ ਉਹ ਜੀ ਪਰ ਜਦੋਂ ਇਹ ਟਰੈਵਲ ਵਿਜ਼ਿਟ ਦੇ ਲਈ ਜਾ ਰਹੇ ਨੇ ਉਸ ਉਹਦੇ ਵਿੱਚ ਇਹ ਨਹੀਂ ਨਹੀਂ ਕਵਰ ਕਰਦੇ ਹੁਣ ਜੇ ਆਪਾਂ ਹਲਕਾ ਜਿਹਾ ਉਦਾਂ ਖਰਚਾ ਲਾ ਕੇ ਦੇਖੀਏ ਵੀ ਹਾਂ ਮੈਨੂੰ ਕਿੰਨਾ ਕੁ ਖਰਚਾ ਹੋਣਾ ਚਾਹੀਦਾ ਜਿਹੜੀ ਟਰੈਵਲ ਈਵਨ ਡਾਕਟਰ ਜਿਹੜਾ ਜੇ ਤੁਸੀਂ ਡਾਕਟਰ ਨੂੰ ਮਿਲ ਜਾਂਦੇ ਹੋ ਨਾ ਜੇ ਤੁਸੀਂ ਕਹਿੰਦੇ ਹੋ ਰਿਸੈਪਸ਼ਨਿਸਟ ਨੂੰ ਜਾ ਕੇ ਕਿ ਮੈਨੂੰ ਮੈਂ ਟਰੈਵਲ ਕਰਨਾ ਮੈਂ ਆਪਣੀ ਟਰੈਵਲ ਕੰਸਲਟੇਸ਼ਨ ਦੇ ਲਈ ਆਇਆ ਹੁਣ ਐਜ਼ ਏ ਫਾਰਮਾਸਿਸਟ ਤਾਂ ਮੈਂ ਕਾਫੀ ਕੁਛ ਰੈਕਮੈਂਡ ਕਰ ਸਕਦੀ ਹਾਂ ਆਪਣੇ ਪੇਸ਼ੈਂਟਸ ਨੂੰ ਕਿ ਤੁਸੀਂ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਇੰਜੈਕਸ਼ਨਾਂ ਦੀ ਲਿਸਟ ਹੈ ਜਿਹੜੀ ਤੁਸੀਂ ਆਪਣੇ ਡਾਕਟਰ ਦੇ ਨਾਲ ਡਿਸਕਸ ਕਰਨੀ ਹੈ ਜੀ 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 ਪਰ ਹੁਣ ਡਾਕਟਰ ਨੂੰ ਤੁਹਾਨੂੰ ਪਹਿਲਾਂ ਦੱਸਣਾ ਪੈਣਾ ਨਾਰਮਲੀ ਡਾਕਟਰ ਅਰਾਊਂਡ $100 ਚਾਰਜ ਕਰਦੇ ਨੇ ਉਸ ਟਰੈਵਲ ਵਿਜ਼ਿਟ ਲਈ ਕਿਉਂਕਿ ਮੈਨੀਟੋਬਾ ਹੈਲਥ ਇਹਨੂੰ ਕਵਰ ਨਹੀਂ ਕਰਦੀ ਸੋ ਡਾਕਟਰਸ ਦੇ ਹਰ ਇੱਕ ਡਾਕਟਰ ਦੇ ਆਪਣੇ ਚਾਰਜਸ ਨੇ ਅੱਛਾ ਉਹ ਵਾਕਨ ਜਿਹੜੀ ਤੁਹਾਡੀ ਉਹ ਮੀਟਿੰਗ ਹੈ ਡਾਕਟਰ ਨਾਲ ਉਹ ਵੀ ਨਹੀਂ ਕਵਰਡ ਉਹ ਵੀ ਨਹੀਂ ਕਵਰਡ ਤੁਹਾਡੀ ਟਰੈਵਲ ਕੰਸਲਟੇਸ਼ਨ ਤੁਹਾਡੇ ਉਸ ਤੋਂ ਬਾਅਦ ਡਾਕਟਰ ਡਿਸਾਈਡ ਕਰੂਗਾ ਵੀ ਤੁਹਾਡੇ ਜਿਹੜੀਆਂ ਤੁਹਾਡੀ ਬਾਡੀ ਦੇ ਵਿੱਚ ਹੁਣ ਦੇਖੋ ਪਹਿਲਾਂ ਜੇ ਟਾਈਫਾਇਡ ਦੇ ਇੰਜੈਕਸ਼ਨ ਲੱਗਿਆ ਹੋਇਆ ਤੁਸੀਂ ਕਦੋਂ ਲਾਸਟ ਲਗਵਾਏ ਆਪਣੇ ਤੁਸੀਂ ਆਪਣਾ ਹੈਪੇਟਾਈਟਸ ਏ ਜਾਂ ਹੈਪੇਟਾਈਟਸ ਬੀ ਦੇ ਇੰਜੈਕਸ਼ਨ ਤੁਹਾਡੇ ਪਹਿਲਾਂ ਕਿੰਨੇ ਸੀ ਹੁਣ ਬਲੱਡ ਟੈਸਟ ਤੋਂ ਬਾਅਦ ਤੁਹਾਡੀ ਬਾਡੀ 'ਚ ਕਿੰਨੀ ਇਮਿਊਨਿਟੀ ਆ ਇਹ ਡਾਕਟਰ ਦੱਸਿਆ ਕਈ ਵਾਰ ਇਸ ਤਰ੍ਹਾਂ ਹੁੰਦਾ ਬਾਈ ਜੀ ਕਿ ਤੁਸੀਂ ਅੱਜ ਟਰੈਵਲ ਕਰ ਰਹੇ ਹੋ ਇੰਡੀਆ ਨੂੰ ਤੇ ਪਰ ਤੁਸੀਂ ਪਿਛਲੇ 5 ਸਾਲ ਵੀ ਟਰੈਵਲ ਕੀਤਾ ਸੀ ਉਦੋਂ ਤੁਸੀਂ ਟਰੈਵਲ ਕਲੀਨਿਕ ਜਾ ਕੇ ਆਪਣੇ ਜਿਹੜੇ ਵੈਕਸੀਨਸ ਲਗਵਾਏ ਸੀ ਹੁਣ ਤੁਹਾਡੀ ਬਾਡੀ ਦੇ ਵਿੱਚ ਅਜੇ ਤੱਕ ਵੀ ਬਹੁਤ ਇਮਿਊਨਿਟੀ ਆ ਸੋ ਮੇ ਬੀ ਤੁਹਾਨੂੰ ਸਿਰਫ ਇੱਕ ਹੀ ਬੂਸਟਰ ਡੋਜ਼ ਦੀ ਲੋੜ ਪਵੇ ਸੋ ਇੱਕ ਟਰੈਵਲ ਵਿਜ਼ਿਟ ਜਦੋਂ ਅਸੀਂ ਇਨੀਸ਼ੀਅਲ ਜਿਹੜੇ ਪੇਸ਼ੈਂਟ ਨੇ ਬਿਲਕੁਲ ਨਾ ਕੀਤੀ ਹੋਵੇ ਟੋਟਲ ਇੰਜੈਕਸ਼ਨ ਲਗਾ ਕੇ $300 ਦੇ ਕਰੀਬ ਉਹ ਵਿਜ਼ਿਟ ਪੈਂਦੀ ਆ ਹੋ ਸਕਦਾ ਮੈਂ ਗਲਤ ਵੀ ਹੋ ਸਕਦਾ ਪਰ ਹੋ ਸਕਦਾ ਕੋਈ ਇੰਪਲੋਇਰ ਜਿਹੜੇ ਤੁਹਾਡੇ ਹੈਗੇ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਕਵਰ ਕਰਦੇ ਹੋ ਹਾਂਜੀ ਕੁਝ ਕੁਝ ਇੰਸ਼ੋਰੈਂਸ ਕੰਪਨੀਜ਼ ਨੇ ਜਿਨ੍ਹਾਂ ਨੂੰ ਤੁਸੀਂ ਡਾਇਰੈਕਟਲੀ ਪੇ ਕਰਦੇ ਅਪ ਫਰੰਟ ਤੁਹਾਨੂੰ ਪੇ ਕਰਨਾ ਪੈਂਦਾ ਪਰ ਐਕਸਟੈਂਡਡ ਹੈਲਥ ਦੇ ਵਿੱਚ ਕਵਰੇਜ ਆਉਂਦੀ ਆ
ਕਿ ਤੁਸੀਂ ਉਹਨਾਂ ਨੂੰ ਆਪਣੀਆਂ ਰਸੀਦਾਂ ਭੇਜ ਸਕਦੇ ਹੋ ਕਿ ਮੈਂ ਇਹੋ ਇਹੋ ਇੰਜੈਕਸ਼ਨ ਆਪਣੇ ਟਰੈਵਲ ਦੇ ਲਈ ਲਗਵਾਏ ਨੇ ਅਤੇ ਉਹ ਰੀਇੰਬਰਸ ਕਰ ਦਿੰਦੇ ਨੇ। ਇਹ ਹੈ ਕੁਛ ਉਹ ਤੁਸੀਂ ਕਰਨ ਤੋਂ ਪਹਿਲਾਂ, ਇਸ ਕਰਕੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਟਰੈਵਲ ਪਲਾਨ ਕਰਨੀ। ਸਾਡਾ ਅੱਜ ਸੈਗਮੈਂਟ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਆਪਣਾ ਬੈਗ ਪੈਕ ਕਰ ਲਿਆ ਅਤੇ ਚੱਲ ਜਾਣਾ, ਇੱਦਾਂ ਨਹੀਂ ਕਰਨਾ। ਅਸੀਂ ਆਪਣਾ ਟਰੈਵਲ ਦੀ ਪਲੈਨਿੰਗ ਕਰਨੀ ਹੈ, ਇਹ ਉਹ ਪਲੈਨਿੰਗ ਚਾਹੁੰਦਾ ਸਿਹਤ ਨਾਲ ਸੰਬੰਧਿਤ, ਸਿਹਤ ਨਾਲ ਸੰਬੰਧਿਤ। ਠੀਕ ਹੈ ਜੀ, ਹੁਣ ਅਸੀਂ ਉਸ ਤੋਂ ਬਾਅਦ ਅਸੀਂ ਗੱਲ ਕਰਦੀ ਸੀ ਕਿ ਜਿਸ ਤਰ੍ਹਾਂ ਤੁਹਾਡੇ ਇਹ ਇੰਜੈਕਸ਼ਨ ਹੋ ਗਏ, ਫਿਰ ਕੁਛ ਇੰਜੈਕਸ਼ਨ ਇਸ ਤਰ੍ਹਾਂ ਦੇ ਨੇ ਜਿਹੜੇ ਅਸੀਂ ਓਰਲ ਦਿੰਦੇ ਹਾਂ, ਵੈਕਸੀਨ ਜਿਹੜੇ ਕਹਿੰਦੇ ਤਾਂ ਉਹਨਾਂ ਨੂੰ ਵੀ ਵੈਕਸੀਨ ਨੇ ਪਰ ਉਹ ਨੀਡਲਸ ਨਹੀਂ ਲੱਗਦੀਆਂ। ਉਹ ਐਟਲੀਸਟ ਤੁਹਾਨੂੰ 2 ਤੋਂ ਲੈ ਕੇ 4 ਹਫ਼ਤੇ ਪਹਿਲਾਂ ਆਪਣੇ ਉਹਨਾਂ ਦਾ ਤੁਹਾਡੀ ਜਿਹੜੇ ਡਾਇਟ, ਤੁਹਾਨੂੰ ਹੋ ਸਕਦਾ, ਇਹ ਨਹੀਂ ਹੈਗਾ ਕਿ ਤੁਸੀਂ ਇੰਡੀਆ ਜਾ ਕੇ ਪ੍ਰੀਕੋਸ਼ਨਸ ਲਈਆਂ ਨੇ ਅਤੇ ਤੁਹਾਨੂੰ ਤੁਸੀਂ ਹੱਥ ਨਹੀਂ ਵਾਸ਼ ਕੀਤੇ ਜਾਂ ਕੁਛ ਨਹੀਂ ਕੀਤਾ ਅਤੇ ਤੁਹਾਨੂੰ ਇਨਫੈਕਸ਼ਨ, ਪਰ ਉਸ ਐਕਸਟ੍ਰੀਮ ਤੱਕ ਨਹੀਂ। ਕੁਛ ਕੁਛ ਹੱਦ ਤੱਕ ਤਾਂ ਫਰਕ ਹੋ ਗਿਆ। ਠੀਕ ਹੈ ਜੀ, ਆਪਣਾ ਕੰਮ ਕਰ। ਹੁਣ ਇੰਡੀਆ ਦੇ ਵਿੱਚ ਤੁਸੀਂ ਜਾ ਰਹੇ ਹੋ, ਮਲੇਰੀਆ ਬਾਈ ਜੀ ਬਹੁਤ ਜੇ ਮਸਕੀਟੋ ਬਾਈਟ ਹੈ। ਹੁਣ ਜਦੋਂ ਅਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਗੱਲ ਕਰਦੇ ਸੀ ਨਾ ਕਿ ਕਨੀਨ ਦੀਆਂ ਗੋਲੀਆਂ ਖਾ ਲਓ, ਇੰਡੀਆ ਸਾਰਾ ਹੀ ਰੈਜ਼ਿਸਟੈਂਟ ਹੋ ਗਿਆ ਕਲੋਰੋਕੁਇਨ ਦੇ। ਸੋ ਹੁਣ ਡਿਫਰੈਂਟ ਦਵਾਈਆਂ ਆਉਂਦੀਆਂ ਨੇ ਜਿਹੜੀਆਂ ਡਾਕਟਰ ਤੁਹਾਨੂੰ ਚੈੱਕ ਕਰਕੇ ਦੇ ਸਕਦੇ ਨੇ। ਡਿਫਰੈਂਟ ਡਿਫਰੈਂਟ ਪਾਰਟਸ ਜਿੱਥੇ ਜਿੱਥੇ ਤੁਸੀਂ ਟਰੈਵਲ ਕਰਦੇ ਹੋ, ਨੋਰਮਲੀ ਜਦੋਂ ਡਾਕਟਰ ਚੈੱਕ ਕਰਦੇ ਨੇ ਉਹ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਕਿਹੜੇ ਕਿਹੜੇ ਪਾਰਟ ਦੇ ਵਿੱਚ ਕਿਹੜੇ ਕਿਹੜੀ ਹਾਈ ਰਿਸਕ ਨੇ। ਹੁਣ ਸਾਡੇ ਕਈ ਜਿਹੜੇ, ਜੇ ਤੁਸੀਂ ਪਾਕਿਸਤਾਨ ਨੂੰ ਜਾ ਰਹੇ ਹੋ, ਜੇ ਤੁਸੀਂ ਟਰੈਵਲ ਵੈਬਸਾਈਟ 'ਤੇ ਜਾ ਕੇ ਦੇਖੋ ਤਾਂ ਕੁਛ ਉਹਨਾਂ ਦੇ ਵਿੱਚ ਟਾਈਫਾਇਡ ਦੀਆਂ ਇੱਦਾਂ ਦੀਆਂ ਸਟ੍ਰੇਨਸ ਉਹਨਾਂ ਨੇ ਜਨਵਰੀ 2019 'ਚ ਦੇਖੀਆਂ ਨੇ ਜਿਹੜੀਆਂ ਰੈਜ਼ਿਸਟੈਂਟ ਨੇ, ਐਂਟੀਬਾਇਓਟਿਕਸ ਨੂੰ ਵੀ ਰੈਜ਼ਿਸਟੈਂਟ ਨੇ। ਸੋ ਬਹੁਤ ਜਿਸ ਤਰ੍ਹਾਂ ਪੜ੍ਹਾਈ ਕਰਨੀ ਹੁੰਦੀ ਨਾ, ਟਰੈਵਲ ਵਿਜ਼ਿਟ ਵੀ ਇਸ ਤਰੀਕੇ ਦੇ ਨਾਲ ਡਾਕਟਰ ਕਰਦਾ ਵੀ ਤੁਹਾਡੇ ਨਾਲ ਪੂਰਾ ਟਾਈਮ ਸਪੈਂਡ ਕਰਕੇ ਅਤੇ ਤੁਹਾਨੂੰ ਆਪ ਵੀ ਇਹਨਾਂ ਸਾਈਟਸ 'ਤੇ ਜਾ ਕੇ ਨੌਲੇਜ ਆ। ਸੋ ਅਸੀਂ ਗੱਲ ਕਰਦੇ ਸੀ ਕਿ ਜਿਹੜੇ ਹਾਈ ਰਿਸਕ ਪੇਸ਼ੈਂਟ, ਇੱਕ ਨਾ ਇਹ ਹੋ ਗਿਆ ਜਿਹੜੇ ਅਸੀਂ ਡਾਇਰੀਆ ਦੀ ਗੱਲ ਕੀਤੀ ਕਿ ਉਹਨਾਂ ਨੂੰ ਇਹ ਜ਼ਰੂਰੀ ਆ ਕਿ ਇੱਕ ਉਹਨਾਂ ਨੂੰ ਆਪਣੀ ਮੈਡੀਕੇਸ਼ਨ ਦੀ ਲਿਸਟ ਬਹੁਤ ਜ਼ਰੂਰੀ ਨਾਲ ਲਿਸਟ ਹੋਣੀ ਚਾਹੀਦੀ। ਬਿਲਕੁਲ ਜੀ, ਲਿਸਟ ਹੋਣੀ ਚਾਹੀਦੀ। ਜਿਹੜੇ ਹਾਈ ਰਿਸਕ ਪੇਸ਼ੈਂਟਸ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੀਆਂ ਕਿਹੜੀਆਂ ਮੈਡੀਕੇਸ਼ਨਸ ਖਾ ਰਿਹਾ। ਜਿਹੜਾ ਕੋਈ ਮੇਰਾ ਪੇਸ਼ੈਂਟ ਬਲਿਸਟਰ ਪੈਕ 'ਤੇ ਆ, ਉਹ ਬਲਿਸਟਰ ਪੈਕ ਦੀ ਲਿਸਟ ਆਪਣੀਆਂ ਮੈਡੀਕੇਸ਼ਨ ਦੀ ਲਿਸਟ ਆਪਣੇ ਨਾਲ ਹੋਵੇ। ਹੁਣ ਕਈ ਵਾਰੀ ਅਸੀਂ ਇਸ ਤਰ੍ਹਾਂ ਕਹਿੰਦੇ, ਜਿਸ ਤਰ੍ਹਾਂ ਅਸੀਂ ਪਹਿਲਾਂ ਸੈਗਮੈਂਟ 'ਚ ਗੱਲ ਕੀਤੀ ਆਪਣੇ ਐਲਰਜੀ ਬਰੇਸਲੈਟ ਜਿਹੜੇ ਤੁਸੀਂ ਪਾਉਂਦੇ ਉਹ ਵੀ ਪਾ ਕੇ ਰੱਖੋ, ਜਾਂ ਤੁਸੀਂ ਲਿਖ ਕੇ ਰੱਖੋ। ਕੋਈ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਫਰੈਂਡ ਨਾਲ ਜਾ ਰਿਹਾ, ਉਹਦੇ ਕੋਲ ਵੀ ਉਹਦੀ ਇੱਕ ਕਾਪੀ ਹੋਣੀ ਚਾਹੀਦੀ ਹੈ। ਨਹੀਂ ਤਾਂ ਜੇ ਮੰਨ ਲਓ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਜਾਂ ਤੁਹਾਨੂੰ ਤੁਸੀਂ ਬਿਮਾਰ ਹੋ ਗਏ, ਨਿਟਾਲ ਹੋ ਗਏ, ਤੁਹਾਨੂੰ ਹਸਪਤਾਲ ਲਿਜਾਣਾ ਪੈ ਗਿਆ, ਤਾਂ ਜਿਹੜਾ ਤੁਹਾਡਾ ਕੇਅਰ ਟੇਕਰ ਹੈ ਉਹਨੂੰ ਕੁਛ ਤਾਂ ਪਤਾ ਹੋਵੇ ਨਾ ਵੀ ਇਸ ਬੰਦੇ ਨੂੰ ਕੀ ਕੀ ਸਮੱਸਿਆਵਾਂ ਨੇ, ਕਿਉਂਕਿ ਤੁਹਾਡਾ ਮੈਡੀਕਲ ਰੈਕਰਡ ਉਸ ਡਾਕਟਰ ਕੋਲ ਹੈ ਨਹੀਂ ਲੁਧਿਆਣਾ। ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਠੀਕ ਹੈ ਨਾ। ਇਸ ਗੱਲ ਕਰਕੇ ਇੱਕ ਤਾਂ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਉੱਥੇ ਜਾ ਕੇ ਆਪਣੇ ਸਾਰੀ ਤਿਆਰੀ, ਇਹ ਆਪਣੀਆਂ ਤਿਆਰੀਆਂ ਜਿਹੜੀਆਂ ਤੁਸੀਂ ਕਹਿੰਦੇ ਵੀ ਆਪਾਂ ਇੰਜੈਕਸ਼ਨ 2 ਮਹੀਨੇ ਪਹਿਲਾਂ ਪੂਰੀ ਤਿਆਰੀ ਦੇ ਨਾਲ ਜਿਹੜੀਆਂ ਵੀ ਅਸੀਂ, ਫਿਰ ਐਂਟੀਬਾਇਓਟਿਕਸ ਨੇ ਕੁਛ ਇਸ ਤਰੀਕੇ ਦੀਆਂ ਦਵਾਈਆਂ ਨੇ ਜਿਹੜੀਆਂ ਤੁਸੀਂ ਨਾਲ ਲੈ ਕੇ ਜਾ ਸਕਦੇ। ਕਈ ਵਾਰੀ ਡਾਕਟਰ ਇਸ ਤਰ੍ਹਾਂ ਕਹਿੰਦਾ ਉਹਨੂੰ ਅਸੀਂ ਟਰੈਵਲਰਸ ਇੰਡਿਊਸਡ ਡਾਇਰੀਆ, ਡਾਕਟਰਾਂ ਨੂੰ ਪਤਾ ਹੈ ਕਿ ਕਿਸ ਕਿਹੜਾ ਕਿਹੜਾ ਹੋ ਸਕਦਾ। ਨੋਰਮਲੀ ਉਹ ਐਂਟੀਬਾਇਓਟਿਕ ਲਿਖ ਕੇ ਦਿੰਦੇ ਨੇ, ਉਹ ਉਹਦੇ ਤੁਸੀਂ ਯੂਜ਼ ਕਰਨੀ ਹੈ ਜੇ ਤੁਹਾਨੂੰ ਲੱਗੇ ਕਿ ਡਾਇਰੀਆ ਹੋ ਸਕਦਾ। ਤੇ ਕੁਛ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਬੁਖਾਰ ਚੜ੍ਹਦਾ ਹੋਵੇ ਜਾਂ ਕਿਸੇ ਨੂੰ ਮੋਸ਼ਨ ਸਿਕਨੈਸ ਹੋਣ ਲੱਗ ਪਵੇ ਪਲੇਨ ਦੇ ਵਿੱਚ। ਹਾਂ, ਇਹ ਗੱਲ ਮੈਂ ਕਰਨੀ ਚਾਹੁੰਦਾ ਸੀਗਾ। ਕਈਆਂ ਨੂੰ ਸਫ਼ਰ ਦੇ ਵਿੱਚ ਸਿਕਨੈਸ ਹੋ ਜਾਂਦੀ ਹੈ, ਕਈਆਂ ਨੂੰ ਟ੍ਰੇਨ ਦੇ ਵਿੱਚ ਸਿਕਨੈਸ ਹੋ ਜਾਂਦੀ ਹੈ, ਕਾਰ ਚਲਾਉਂਦਿਆਂ ਹੋਇਆਂ, ਕਾਰ ਦੇ ਵਿੱਚ ਟਰੈਵਲ ਕਰਦਿਆਂ, ਬੱਸ ਦੇ ਵਿੱਚ ਟਰੈਵਲ ਕਰਦਿਆਂ ਚਿੱਤ ਖਰਾਬ ਹੋਣਾ, ਉਹਦੇ ਲਈ ਕੀ? ਹਾਂਜੀ, ਜੇ ਤੁਸੀਂ ਬਿਲਕੁਲ ਤੁਹਾਡੇ ਨਾਲ ਮੈਂ ਸਹਿਮਤ ਹਾਂ। ਹੁਣ ਤੁਸੀਂ ਦੇਖੋ ਗੱਲ ਕੀਤੀ ਆਪਾਂ ਵੀ ਹਾਈ ਰਿਸਕ ਪੇਸ਼ੈਂਟ ਜਿਹੜੇ ਸੀ ਉਹਨਾਂ ਦੇ ਨਾਲ ਅਸੀਂ ਡੀਲ ਕਰ ਲਿਆ, ਪਰ ਨੋਰਮਲੀ ਜਿਹੜਾ ਜਿਹੜੇ ਜਦੋਂ ਟਰੈਵਲ ਇੱਕ ਇਨ ਜਨਰਲ ਜਦੋਂ ਅਸੀਂ ਟਰੈਵਲ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਉਹਦਾ ਪੇਸ਼ੈਂਟਸ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਤਾਂ ਟਰੈਵਲ ਕਲੀਨਿਕ ਵਿਜ਼ਿਟ ਕਰਨ ਦੀ ਲੋੜ ਹੈ, ਪਰ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਅਸੀਂ ਪ੍ਰੀਵੈਂਟ ਕਰ ਸਕਦੇ। ਉਹਨਾਂ ਦੇ ਵਿੱਚ ਮੋਸ਼ਨ ਸਿਕਨੈਸ ਸਭ ਤੋਂ ਉੱਪਰ ਆਉਂਦੀ ਹੈ। ਹੁਣ ਦੇਖੋ ਤੁਸੀਂ ਪਲੇਨ ਦੇ ਵਿੱਚ ਟਰੈਵਲ ਕਰ ਰਹੇ ਹੋ, ਮੇਰੀ ਜਿਹੜੀ ਸੁਜੈਸ਼ਨ ਹੈ ਕਿ ਤੁਸੀਂ ਵਿੰਡੋ ਸਾਈਡ ਵਾਲਾ ਸੀਟ ਬੈਠੋ। ਜੇ ਤੁਸੀਂ 4-5 ਆਪਣੇ ਪਰਿਵਾਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਪਲੇਨ 'ਚ ਤੁਹਾਨੂੰ ਉਲਟੀਆਂ ਆਉਣ ਲੱਗ ਪੈਣੀਆਂ ਨੇ ਜਾਂ ਤੁਹਾਨੂੰ ਸਾਰੀਆਂ ਚੀਜ਼ਾਂ ਮੂਵ ਕਰਨੀਆਂ, ਤਾਂ ਤੁਸੀਂ ਵਿੰਡੋ ਸੀਟ ਵਾਲਾ ਬੈਠੋ ਤਾਂ ਉਹ ਘੱਟ ਹੁੰਦੀ ਹੈ ਉਸ ਹਾਲਤ ਦੇ ਵਿੱਚ। ਉਹਦਾ ਕੋਈ ਖਾਸ ਕਾਰਨ ਹੈ ਜਾਂ ਉਹਨਾਂ ਦਾ? ਆਈ ਥਿੰਕ ਮੂਵਮੈਂਟ ਜਦੋਂ ਹੁੰਦੀ ਹੈ ਨਾ ਆਪਣੇ ਮੋਸ਼ਨ ਦੇ ਨਾਲ, ਉਹ ਘੱਟ ਮੋਸ਼ਨ ਉਸ ਪਾਸੇ ਹੁੰਦੀ ਹੈ। ਤੇ ਜੇ ਤੁਸੀਂ ਇੰਡੀਆ ਜਾ ਕੇ ਜਿਹੜੇ ਮੇਰੇ ਵੀਰ ਨੇ ਜਿਹਨਾਂ ਨੂੰ ਜ਼ਿਆਦਾ ਹੁੰਦੀ ਹੈ, ਜੇ ਉਹ ਡਰਾਈਵ ਕਰ ਸਕਦੇ ਹੋਣ ਤੇ ਜੇ ਤੁਸੀਂ ਕਾਰ ਖੁਦ ਡਰਾਈਵ ਕਰੋ ਬਾਈ ਜੀ ਤਾਂ ਤੁਹਾਨੂੰ ਘੱਟ ਹੁੰਦੀ ਹੈ। ਜੇ ਤੁਸੀਂ ਕਾਰ ਦੇ ਵਿੱਚ ਪੈਸੈਂਜਰ ਦੀ ਤਰ੍ਹਾਂ ਟਰੈਵਲ ਕਰਨ ਵਾਲੇ ਨਾਲ ਦੀ ਸੀਟ ਤੇ ਬੈਠੇ ਹੋ ਤਾਂ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ। ਇੱਥੇ ਆਪਾਂ ਨੂੰ ਜਿਹੜੇ ਦਰਸ਼ਕਾਂ ਨੂੰ ਮਤਲਬ ਬੜਾ ਕੇਅਰਫੁਲ ਕਰ ਦੇਣਾ ਚਾਹੀਦਾ ਕਿ ਇੰਡੀਆ ਦੇ ਵਿੱਚ ਜਾ ਕੇ ਡਰਾਈਵ ਕਰਨਾ ਉਦੋਂ ਵੱਡਾ ਰਿਸਕ ਹੈ। ਹਾਂ, ਇਹ ਤਾਂ ਗੱਲ ਹੈਗੀ ਹੈ, ਪਰ ਆਪਣੇ ਚੀਜ਼ਾਂ ਦਾ ਬੈਲੈਂਸ ਹੋਣਾ ਚਾਹੀਦਾ। ਡੈਫੀਨੇਟਲੀ ਤੁਸੀਂ ਇਹ ਗੱਲ ਕਹਿ ਰਹੇ ਸੀਗੇ ਕਿ ਇਹਦਾ ਮਤਲਬ ਕਿ ਕਾਰ ਦੇ ਵਿੱਚ ਜਦੋਂ ਤੁਸੀਂ ਜਿਹੜੇ ਬੰਦੇ ਨੂੰ ਮੋਸ਼ਨ
ਸੋ ਉਹਦੇ ਵਿੱਚ ਵੀ ਤੁਸੀਂ ਕੁਝ ਪ੍ਰੀਕਾਸ਼ਨਸ ਲੈ ਸਕਦੇ ਹੋ, ਕੁਝ ਮੈਡੀਕੇਸ਼ਨਸ ਨੇ, ਓਵਰ ਦੀ ਕਾਊਂਟਰ ਪ੍ਰੋਡਕਟਸ ਵੀ ਬਹੁਤ ਜ਼ਿਆਦਾ ਨੇ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਮੈਨੂੰ ਮਿਲ ਸਕਦੇ ਹੋ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਆਪਣੀ ਮੈਡੀਕੇਸ਼ਨ ਦੀ ਲਿਸਟ ਨਾਲ ਲੈ ਕੇ, ਕਈ ਵਾਰੀ ਇਸ ਤਰ੍ਹਾਂ ਲੱਗਦਾ ਨਾ ਕਿ ਕਈ ਕੋਈ ਅਸੀਂ ਪ੍ਰੋਡਕਟ ਚੱਕਿਆ ਸ਼ੈਲਫ ਤੋਂ ਚੱਕ ਲਿਆ ਤੇ ਉਹ ਮੇ ਵੀ ਤੁਹਾਡੀਆਂ ਦਵਾਈਆਂ ਦੇ ਨਾਲ ਇੰਟਰੈਕਟ ਕਰਦਾ ਹੋ ਉਸ ਹਾਂਜੀ ਹਾਲਤ ਦੇ ਵਿੱਚ। ਤੁਹਾਨੂੰ ਇਹ ਬਹੁਤ ਜ਼ਰੂਰੀ ਹੈ ਕਿ ਮੈਂ ਕਿਹੜੀ ਕਿਹੜੀ ਮੈਡੀਕੇਸ਼ਨ ਆਪਣੇ ਨਾਲ ਲੈ ਕੇ ਜਾਵਾਂ। ਜਿਹੜੀ ਟਰੈਵਲ ਕਿੱਟ ਆ ਨਾ ਉਹ ਆਪਣੇ ਨਾਲ ਜਿਹੜੀ ਰੱਖਣੀ, ਉਹਦੇ ਵਿੱਚ ਤੁਸੀਂ ਸਾਰੀਆਂ ਮੈਡੀਕੇਸ਼ਨਸ ਉਸ ਟਾਈਮ ਦੇ ਵਿੱਚ ਜੇ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਵੇ ਤਾਂ ਉਹ ਯੂਜ਼ ਕਰ ਸਕਦੇ ਹੋ। ਇਹ ਦੱਸੋ ਕਿ ਜਿਹੜੀ ਮੋਸ਼ਨ ਸਿਕਨੈਸ ਦੀ ਤੁਸੀਂ ਕਿਹਾ ਵੀ ਕੋਈ ਟੈਬਲੇਟਸ ਆਉਂਦੀਆਂ ਨੇ, ਦਵਾਈ ਹਾਂਜੀ, ਆਉਂਦੀ ਹੈ, ਉਹ ਪ੍ਰੀਵੈਂਟਿਵ ਹੈ? ਪ੍ਰੀਵੈਂਟਿਵ ਹੈ, ਹੋਊਗੀ ਉਦੋਂ ਬਾਅਦ ਕਰਨਾ? ਨਹੀਂ ਜੀ, ਕੁਝ ਇਸ ਤਰ੍ਹਾਂ ਦੀਆਂ ਮੈਡੀਕੇਸ਼ਨ ਜਿਹੜੀਆਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਅੱਧਾ ਘੰਟਾ ਟਰੈਵਲ ਕਰਨ ਤੋਂ ਪਹਿਲਾਂ ਲਓ। ਓਕੇ, ਸੋ 30 ਮਿੰਟਸ ਜੇ ਤੁਹਾਨੂੰ ਤੁਸੀਂ ਪਹਿਲਾਂ ਲਓਗੇ ਤਾਂ ਤੁਹਾਨੂੰ ਟਰੈਵਲ ਦੀ ਸਿਕਨੈਸ ਨਹੀਂ ਆਊਗੀ। ਦੂਜੀ ਗੱਲ ਜਿਹੜੀ ਟਰੈਵਲ ਦੇ ਨਾਲ ਹੀ ਰਿਲੇਟਡ ਆ ਉਹ ਹੈਗਾ ਜੈਟ ਲੈਗ। ਬਾਈ ਜੀ, ਜਦੋਂ ਤੁਸੀਂ ਇੰਡੀਆ ਜਾਂਦੇ ਹੋ ਟਾਈਮ ਪੀਰੀਅਡ ਚੇਂਜ ਹੋ ਰਿਹਾ। ਹੁਣ ਜੇ ਤੁਸੀਂ ਕਿਹਾ ਨਾ ਕਿ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ, ਉਹ ਤਾਂ ਫਿਰ ਬਿਲਕੁਲ ਹੀ ਤੁਹਾਡਾ ਟਾਈਮ ਸਾਰਾ ਇਸ ਜ਼ੋਨ ਹੀ ਚੇਂਜ ਹੋ ਗਿਆ, ਦਿਨ ਦੀ ਰਾਤ ਦਿਨ ਦੀ ਰਾਤ। ਸੋ ਉਹਦੇ ਨਾਲ ਜਿਹੜਾ ਉਹਦੇ ਵਿੱਚ ਵੀ ਅਸੀਂ ਇਹ ਕਹਿੰਦੇ ਹਾਂ ਕਿ ਆਪਣੀ ਤੁਸੀਂ ਕੁਛ ਆਪਣੇ ਕੋਲ ਮੈਡੀਕੇਸ਼ਨ ਨੇ ਜਿਹਨਾਂ ਵਿੱਚ ਮੈਲਾਟੋਨਿਨ ਆਉਂਦੀ ਆ, ਜਿਹੜਾ ਤੁਹਾਡਾ ਸਾਈਕਲ ਮੁੜ ਕੇ ਰੂਟੀਨ ਦੇ ਵਿੱਚ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਸੋ ਇਹ ਜਿਹੜੀਆਂ ਟਰੈਵਲ ਦੇ ਨਾਲ ਇਹ ਡੀਲ ਕਰਨ ਦੀਆਂ ਚੀਜ਼ਾਂ ਨੇ ਇਹ ਵੀ ਇੰਪੋਰਟੈਂਟ ਨੇ। ਜਿੰਨਾ ਇੰਪੋਰਟੈਂਟ ਅਸੀਂ ਮੈਡੀਕੇਸ਼ਨਸ ਦੀ ਗੱਲ ਕਰਦੇ ਹਾਂ ਜਾਂ ਜਿੰਨਾ ਇੰਪੋਰਟੈਂਟ ਅਸੀਂ ਇੰਜੈਕਸ਼ਨਸ ਦੀ ਗੱਲ ਕਰਦੇ ਹਾਂ ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਇਹ ਚੀਜ਼ਾਂ ਵੀ ਨੇ। ਸੋ ਇਹ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਵੀ ਜੇ ਜੈਟ ਲੈ ਗਿਆ ਤਾਂ ਤੁਸੀਂ ਮੇਰੇ ਆਪਣੇ ਫਾਰਮਾਸਿਸਟ ਦੇ ਨਾਲ ਆਪਣੇ ਡਾਕਟਰ ਦੇ ਨਾਲ ਇਹ ਵੀ ਕੰਸਲਟ ਕਰਕੇ ਜਾਓ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਵੀ ਤੁਸੀਂ ਕਿਸ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੀਵੈਂਟ ਕਰ ਸਕਦੇ, ਡੀਲ ਕਰ ਸਕਦੇ। ਬਿਲਕੁਲ। ਸੋ ਇਹ ਜਿਹੜੇ ਇਹ ਪੁਆਇੰਟਸ ਜਿਸ ਤਰ੍ਹਾਂ ਅਸੀਂ ਡਿਸਕਸ ਕਰਦੇ ਹਾਂ ਤੇ ਇਹ ਬਹੁਤ ਵੱਡੇ ਪੁਆਇੰਟਸ ਨਹੀਂ ਹੈਗੇ, ਛੋਟੀਆਂ ਛੋਟੀਆਂ ਚੀਜ਼ਾਂ ਨੇ। ਜਿਸ ਤਰ੍ਹਾਂ ਅਸੀਂ ਉੱਥੇ ਜਾਣਾ ਇੰਡੀਆ ਦੇ ਵਿੱਚ ਜਾਣ ਤੋਂ ਬਾਅਦ ਜਾਂ ਜਿੱਦਾਂ ਹੁਣ ਮਲੇਰੀਆ ਦੀ ਗੱਲ ਜਿਸ ਤਰ੍ਹਾਂ ਅਸੀਂ ਕੀਤੀ, ਜਾਂ ਇੱਕ ਹੋਰ ਗੱਲ ਜਿਹੜੀ ਅਸੀਂ ਹਲਕੇ ਹੋਏ ਕੁੱਤਿਆਂ ਦੇ ਨਾਲ, ਹੁਣ ਰੇਬੀਜ਼ ਆ, ਜਿਹੜੀ ਰੇਬੀਜ਼ ਆ ਕਈ ਵਾਰੀ ਸਾਡੇ ਇੰਡੀਆ ਦੇ ਵਿੱਚ ਹੁਣ ਇਸ ਗੱਲ ਤੇ ਉੱਤੇ ਬਹੁਤ ਘੱਟ ਕੰਟਰੋਲ ਆ। ਕੁਛ ਕਈ ਵਾਰੀ ਕੋਈ ਕੁੱਤਾ ਤੁਹਾਨੂੰ ਕੱਟ ਗਿਆ ਉਹਦੇ ਸਲਾਈਵੇ ਦੇ ਨਾਲ ਹੋ ਗਿਆ, ਜਾਂ ਕੋਈ ਅਸੀਂ ਕੋਈ ਹਿਲ ਸਟੇਸ਼ਨ ਤੇ ਜਾਣ ਲੱਗੇ ਕਿਸੇ ਮੰਕੀ ਨੂੰ, ਕਿਸੇ ਬਾਂਦਰ ਨੂੰ ਰੋਟੀ ਪਾਈ, ਜਾਂ ਕਿਸੇ ਨੇ ਤੁਹਾਨੂੰ ਬਾਈਟ ਕਰ ਲਿਆ ਜਾਂ ਸਕਰੈਚ ਕਰ ਲਿਆ, ਇਹ ਬਾਈ ਜੀ ਬਹੁਤ ਇੰਪੋਰਟੈਂਟ ਹੈ, ਇਹਨਾਂ ਚੀਜ਼ਾਂ ਨੂੰ ਲੁਕਾਉਣ ਦੀ ਲੋੜ ਨਹੀਂ। ਮੈਂ ਬਹੁਤ ਵਾਰੀ ਪ੍ਰੈਕਟਿਸ ਦੇ ਵਿੱਚ ਆਪਣੇ 'ਚ ਦੇਖਦੀ ਹਾਂ ਜਦੋਂ ਤੁਸੀਂ ਟਰੈਵਲ ਕਰਕੇ ਇੰਡੀਆ ਤੋਂ ਵਾਪਸ ਜਾਂ ਕਿਤੇ ਵੀ ਜਾ ਕੇ ਕੈਨੇਡਾ ਆਉਂਦੇ ਹੋ, ਕਹਿੰਦੇ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ, ਹੁਣ ਮੈਨੂੰ ਕੁਛ ਨਹੀਂ ਹੋਣਾ। ਹੁਣ ਜਿੱਦਾਂ ਜਿਸ ਤਰ੍ਹਾਂ ਅਸੀਂ ਕਿਹਾ ਕਿ ਟਾਈਫਾਇਡ ਫੀਵਰ ਆ, 28 ਡੇਜ਼ ਤੋਂ ਬਾਅਦ ਵੀ ਹੋ ਸਕਦਾ ਜਦੋਂ ਤੁਸੀਂ ਵਾਪਸ ਆਉਂਦੇ ਹੋ। ਹੈਪੇਟਾਈਟਸ ਆ, ਉਹਦਾ ਵੀ ਇੱਕ ਸਕੈਜੂਲ ਲੈ ਕੇ ਵਾਪਸ ਆ ਕੇ ਮੈਨੂੰ ਜੇ ਫਿਰ ਬੁਖਾਰ ਚੜ੍ਹਨ ਲੱਗ ਪਿਆ ਜਾਂ ਮੈਨੂੰ ਜੁਆਇੰਟਸ ਹੋਣ ਲੱਗ ਪਿਆ ਮੈਨੂੰ ਕੀ ਪ੍ਰੋਬਲਮ ਆ। ਮਲੇਰੀਆ ਆ, ਜੇ ਤੁਹਾਨੂੰ ਮੁੜ ਕੇ ਆ ਕੇ ਹੋ ਰਿਹਾ ਹੋਵੇ, ਇਹ 3 ਮਹੀਨਿਆਂ ਦੇ ਵਿੱਚ ਵਿੱਚ ਬੁਖਾਰ ਚੜ੍ਹਦਾ, ਡਾਕਟਰ ਚੈੱਕ ਕਰ ਰਿਹਾ। ਹੁਣ ਰੇਬੀਜ਼ ਆ, ਜਾਂ ਕੋਈ ਤਾਂ ਤੁਸੀਂ ਕਿਸੇ ਨੇ ਤੁਹਾਨੂੰ ਕੱਟ ਲਿਆ ਇੰਡੀਆ ਦੇ ਵਿੱਚ, ਜਾਂ ਕੋਈ ਵੀ ਤੁਹਾਨੂੰ ਉੱਥੇ ਪ੍ਰੋਬਲਮ ਆਉਗੀ, ਵਾਪਸ ਆ ਕੇ ਤੁਸੀਂ ਕਿਸ ਤਰੀਕੇ ਦੇ ਨਾਲ ਡਾਕਟਰ ਆਪਣੇ ਨੂੰ ਨੂੰ ਮਿਲਣਾ ਜ਼ਰੂਰੀ ਆ। ਸੋ ਇਹਨਾਂ ਗੱਲਾਂ ਦੇ ਵਿੱਚ ਡਰਨ ਦੀ ਜ਼ਰੂਰਤ ਨਹੀਂ ਕਿ ਮੈਂ ਹੁਣ ਟਰੈਵਲ ਹੀ ਨਹੀਂ ਕਰਨਾ। ਹੁਣ ਇਹ ਸੈਗਮੈਂਟ ਅਸੀਂ ਇਸ ਕਰਕੇ ਨਹੀਂ ਕਰ ਰਹੇ ਕਿ ਅਸੀਂ ਆਪਣੇ ਸੁਣਨ ਆਪਣੇ ਵਿਊਅਰਸ ਨੂੰ ਇਹ ਕਹੀਏ ਵੀ ਹੁਣ ਮੈਂ ਟਰੈਵਲ ਨਹੀਂ ਕਰਨਾ, ਮੈਂ ਸਿਰਫ ਆਪਣੇ ਦੇਸ਼ ਹੀ ਰਹਿਣਾ। ਸੋ ਪਿਆਰੇ ਦਰਸ਼ਕੋ, ਅਸੀਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡਾਕਟਰ ਹਰਜੋਤ ਹੋਣਾ ਨਾਲ, ਉਹਦਾ ਮੰਤਵ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨਾ, ਤੁਹਾਨੂੰ ਆਗਾਹ ਕਰਨਾ, ਤੁਹਾਨੂੰ ਜਾਗਰੂਕ ਕਰਨਾ ਹੈ ਕਿ ਜਦੋਂ ਤੁਸੀਂ ਸਫ਼ਰ ਕਰਨਾ ਤਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ। ਪਰ ਤੁਹਾਨੂੰ ਡਰਾਉਣਾ ਇਹਦਾ ਮਤਲਬ ਹਰਗਿਜ਼ ਨਹੀਂ। ਜੇ ਅਸੀਂ ਇਹਨਾਂ ਗੱਲਾਂ ਤੋਂ ਇਹ ਮਤਲਬ ਲੈ ਲਈਏ ਜਾਂ ਆਪਣੇ ਟਰੈਵਲ ਪਲਾਨ ਹੀ ਕੈਂਸਲ ਕਰਨੇ ਸ਼ੁਰੂ ਕਰ ਦਈਏ ਕਿ ਉੱਥੇ ਤਾਂ ਅਸੀਂ ਬਿਮਾਰ ਹੋ ਕੇ ਆਵਾਂਗੇ, ਸ਼ਾਇਦ ਉਹ ਸਹੀ ਨਹੀਂ ਹੋਵੇਗਾ। ਅਸੀਂ ਇੱਦਾਂ ਕਰੀਏ ਕਿ ਇਸ ਜਾਣਕਾਰੀ ਨੂੰ ਚੰਗੇ ਪਾਸੇ ਸੋਹਣੇ ਢੰਗ ਨਾਲ ਵਰਤ ਕੇ ਆਪਣੇ ਟਰੈਵਲ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੀਏ। ਡਾਕਟਰ ਹਰਜੋਤ, ਇੱਕ ਬੜਾ ਰਲਦਾ ਮਿਲਦਾ ਕੁਐਸਚਨ ਹੈ। ਮੈਂ 5 ਸਾਲਾਂ ਬਾਅਦ ਮੰਨ ਲਓ ਇੰਡੀਆ ਜਾ ਰਿਹਾ, ਜਾਂ ਮੇਰਾ ਕੋਈ ਮਿੱਤਰ ਪਿਆਰਾ ਇੰਡੀਆ ਜਾ ਰਿਹਾ ਕੈਨੇਡਾ ਤੋਂ, ਉੱਥੇ ਅਸੀਂ ਮਿੱਟੀ ਘੱਟੇ 'ਚ ਰਹੇ ਹਾਂ, ਖੇਤਾਂ 'ਚ ਰਹੇ ਹਾਂ, ਅਸੀਂ ਨਾ ਕਦੇ ਸੂਰਜ ਦੀ ਪਰਵਾਹ ਕੀਤੀ, ਨਾ ਕਦੇ ਠੰਡ ਦੀ ਬੱਦਲਵਾਈ ਦੀ ਮੀਂਹ 'ਚ ਨਹਾਉਂਦੇ ਰਹੇ ਹਾਂ। ਹੁਣ ਜੇ ਮੈਂ ਪਿੰਡ ਜਾ ਕੇ ਕਹਿੰਦਾ ਵੀ ਖੇਤ ਗੇੜਾ ਮਾਰਨ ਜਾਣਾ ਮੋਟਰ 'ਤੇ, ਅਤੇ ਮੈਂ ਕਹਿੰਦਾ ਵੀ ਸਨਸਕ੍ਰੀਨ ਚੱਕੋ ਨਾਲ, ਮੇਰੇ ਤਾਂ ਲੋਕ ਹੱਸਣਗੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਮੈਨੂੰ ਲੋਕ ਹਸਾਉਣੇ ਚਾਹੀਦੇ ਜਾਂ ਉਹਦੀ ਸਕਿਨ ਬਚਾਉਣੀ ਚਾਹੀਦੀ ਹੈ? ਹਾਂਜੀ, ਜਿਸ ਤਰ੍ਹਾਂ ਅਸੀਂ ਬਾਈ ਜੀ ਤੁਸੀਂ ਇਹ ਪੁਆਇੰਟ ਬਹੁਤ ਇੰਪੋਰਟੈਂਟ ਜਿਹੜਾ ਤੁਸੀਂ ਟੱਚ ਕੀਤਾ, ਇਹ ਬਹੁਤ ਇਹ ਸਾਡੇ ਜਿਹੜੇ ਧਾਰਨਾ ਪਾਈ ਜਾਂਦੀ ਆ, ਜਦੋਂ ਮੈਂ ਕਈ ਵਾਰੀ ਕਿਸੇ ਨੂੰ ਆਪਣੇ ਸਨਸਕ੍ਰੀਨ ਦੀ ਬੋਟਲ ਦਵਾਂ ਨਾ ਕਿ ਆਪਣੇ ਸਪੈਸ਼ਲੀ ਆਪਣੇ ਵੀਰ ਨੂੰ, ਚਲੋ ਭੈਣਾਂ ਤਾਂ ਆਪਣੀ ਸਿਹਤ ਦਾ ਕਾਫੀ ਆਪਣੇ ਫੇਸ ਦਾ ਜਾਂ ਆਪਣੇ ਦਾ ਧਿਆਨ ਰੱਖਦੀਆਂ ਨੇ, ਪਰ ਵੀਰ ਕਿਸੇ ਨੂੰ ਕਵਾਂ ਨਾ ਕਿ ਵੀਰੇ ਤੂੰ ਸਨਸਕ੍ਰੀਨ ਲਾਇਆ ਕਰ, ਤੇਰਾ ਫੇਸ ਖਰਾਬ ਹੋਣ ਲੱਗ ਪਿਆ ਜਾਂ ਤੇਰੀ ਬਾਡੀ ਦੇ ਵਿੱਚ ਤੈਨੂੰ ਲੱਗਦਾ ਤੇਰੀ ਸਕਿਨ ਨੂੰ ਪ੍ਰੋਬਲਮ ਆ। ਸਾਡੇ ਕਹਿੰਦੇ ਮੈਂ ਇੰਡੀਆ ਤੋਂ ਆਈ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਇਹ ਗੱਲ ਬਿਲਕੁਲ ਗਲਤ ਹੈ ਜੀ।
ਇਹ ਸਾਨੂੰ ਸਾਰਿਆਂ ਨੂੰ ਪਤਾ। ਹੁਣ ਤੁਸੀਂ ਜਦੋਂ ਉਹਨਾਂ ਦੇਸ਼ਾਂ ਤੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਹੋ, ਈਵਨ ਦੋ ਧੁੱਪ ਦੇ ਵਿੱਚ ਵੀ, ਜਾਂ ਈਵਨ ਬੱਦਲਬਾਈ ਵੀ ਹੈ ਨਾ ਜਦੋਂ ਬਾਈ ਜੀ, ਉਹਦੇ ਵਿੱਚ ਵੀ ਜਿਹੜੀਆਂ ਸੂਰਜ ਦੀਆਂ ਕਿਰਨਾਂ ਉਹ ਸਕਿਨ ਤੱਕ ਪਹੁੰਚ ਰਹੀਆਂ ਨੇ। ਸੋ ਨੋਟ ਓਨਲੀ ਧੁੱਪ ਵਾਲੇ ਦਿਨਾਂ ਦੇ ਵਿੱਚ ਸਨਸਕ੍ਰੀਨ ਦਾ ਲਾਉਣਾ ਜ਼ਰੂਰੀ ਆ, ਜਿਹੜੇ ਦਿਨਾਂ ਦੇ ਵਿੱਚ ਕਲਾਉਡੀ ਜਾਂ ਬੱਦਲਬਾਈ ਆ ਉਹਨਾਂ ਦੇ ਵਿੱਚ ਵੀ ਸਨਸਕ੍ਰੀਨ ਦਾ ਲਾਉਣਾ ਜ਼ਰੂਰੀ ਆ। ਹੁਣ ਸਨਸਕ੍ਰੀਨ ਦੀ ਅੱਗੇ ਡਿਫਰੈਂਟ ਡਿਫਰੈਂਟ ਟਾਈਪਸ ਨੇ, ਕੋਈ ਸਨਸਕ੍ਰੀਨ ਤੁਹਾਡੇ ਕੋਲ SPF ਜਿਹੜਾ ਸਨ ਪ੍ਰੋਟੈਕਸ਼ਨ ਫੈਕਟਰ 15, ਕੋਈ ਸਨ ਪ੍ਰੋਟੈਕਸ਼ਨ ਫੈਕਟਰ 30 ਆ, ਕੋਈ 60 ਆ, ਉਹ ਅਸੀਂ ਬਾਈ ਜੀ ਕਦੀ ਡਿਟੇਲ ਦੇ ਵਿੱਚ ਕਿਸੇ ਹੋਰ ਸੈਗਮੈਂਟ 'ਚ ਡਿਸਕਸ ਕਰਾਂਗੇ। ਉਹ ਤੁਸੀਂ ਮੈਨੂੂੰ ਫੋਨ ਵੀ ਕਰ ਸਕਦੇ ਨੇ ਮੇਰੇ ਜਿਹੜੇ ਤੁਹਾਡੇ ਸੁਣਨ ਵਾਲੇ ਜਾਂ ਦੇਖਣ ਵਾਲੇ ਵਿਊਅਰਸ ਨੇ। ਪਰ ਇੱਕ ਗੱਲ ਜਿਹੜੀ ਹੈਗੀ ਆ ਕਿ ਲਾਉਣਾ ਬਹੁਤ ਜ਼ਰੂਰੀ ਆ। ਹੁਣ ਇੱਦਾਂ ਨਹੀਂ ਹੈਗਾ ਕਿ ਤੁਸੀਂ 15 ਮਿੰਟਾਂ 'ਚ ਖੇਤਾਂ ਨੂੰ ਨਿਕਲਣ ਲੱਗੇ ਅਤੇ ਬੋਟਲ ਫੜੀ ਅਤੇ ਲਾ ਕੇ ਤਾਂ ਚੱਲ ਗਏ, ਨਹੀਂ, ਐਟਲੀਸਟ 20 ਤੋਂ ਲੈ ਕੇ 25 ਮਿੰਟ ਪਹਿਲਾਂ ਪਹਿਲਾਂ ਅੱਛਾ ਬਾਹਰ ਜਾਣ ਤੋਂ ਪਹਿਲਾਂ ਬਾਹਰ ਜਾਣ ਤੋਂ ਪਹਿਲਾਂ ਹੁਣ ਜਦੋਂ ਗਰਮੀਆਂ ਦੇ ਵਿੱਚ ਤੁਸੀਂ ਟਰੈਵਲ ਕਰਦੇ ਹੋ, ਇਹ ਜ਼ਰੂਰੀ ਨਹੀਂ ਕਿ ਅਸੀਂ ਹਮੇਸ਼ਾ ਬਾਈ ਜੀ ਇਹ ਸਾਰੀਆਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਣੇ ਬੱਚਿਆਂ 'ਤੇ ਇੰਪਲੀਮੈਂਟ ਕਰਦੇ ਹਾਂ ਕਿ ਮੇਰਾ ਛੋਟਾ ਬੱਚਾ ਨਾਲ ਜਾ ਰਿਹਾ ਵੀ ਇਹਨੂੰ ਇਹਦੇ ਲਈ ਸਨਸਕ੍ਰੀਨ ਰੱਖ ਲਓ, ਨਹੀਂ, ਅਸੀਂ ਇਹ ਧਾਰਨਾ ਚੇਂਜ ਕਰਨੀ, ਅਸੀਂ ਜੋ ਬੱਚੇ ਦੀ ਕੇਅਰ ਕਰਨੀ ਅਸੀਂ ਆਪਣੀ ਕੇਅਰ ਵੀ ਓਨੀ ਕਰਨੀ। ਸੋ ਅਸੀਂ ਮੇਕ ਸ਼ੋਰ ਕਰਨਾ ਕਿ ਮੈਂ ਬਾਹਰ ਨਿਕਲਣ ਲੱਗਿਆ ਨਾ ਤੇ ਮੈਨੂੰ 20-25 ਮਿੰਟ ਪਹਿਲਾਂ ਤਾਂ ਕਿ ਉਹ ਸਕਿਨ ਦੇ ਵਿੱਚ ਅਬਜ਼ੋਰਬ ਹੋ ਜਾਵੇ। ਇੱਕ ਹੋਰ ਚੀਜ਼ ਦੱਸੋ, ਸਨਸਕ੍ਰੀਨ ਦੋ ਤਰ੍ਹਾਂ ਦੇ ਹੁੰਦੇ ਨੇ, ਹਾਂਜੀ, ਇੱਕ ਸਪਰੇਅ ਵਾਲਾ ਆਉਂਦਾ, ਹਾਂਜੀ, ਇੱਕ ਲੋਸ਼ਨ ਆਉਂਦਾ, ਹਾਂਜੀ, ਉਹ ਇਕੁਅਲੀ ਗੁੱਡ ਨੇ? ਇਹ ਇਕੁਅਲੀ ਗੁੱਡ ਨੇ, ਪਰ ਗੱਲ ਇਸ ਗੱਲ ਦੀ ਹੈਗੀ ਆ ਕਿ ਸਨਸਕ੍ਰੀਨ ਦੇਖੋ ਬਾਈ ਜੀ, ਇੱਦਾਂ ਨਹੀਂ ਕਹਿਣਾ ਕਿ ਮੈਂ ਸਵੇਰ ਦਾ ਸਨਸਕ੍ਰੀਨ ਲਾ ਲਿਆ ਮੇਰਾ ਸਾਰਾ ਦਿਨ ਨਿਕਲ ਜੂਗਾ, ਇਸ ਤਰ੍ਹਾਂ ਨਹੀਂ। ਸਨਸਕ੍ਰੀਨ ਹਰ 3 ਤੋਂ 4 ਘੰਟਿਆਂ ਬਾਅਦ ਰੀਅਪਲਾਈ ਕਰਨਾ ਪੈਂਦਾ ਕਿਉਂਕਿ ਨਿਕਲ ਜਾਂਦੇ। ਕਈ ਜਿਹੜੇ ਸਪੋਰਟਸ ਵਾਲੇ ਸਨਸਕ੍ਰੀਨ ਨੇ ਉਹਨਾਂ 'ਤੇ ਲਿਖਿਆ ਹੋਇਆ ਕਿ ਉਹ ਕਾਫੀ ਟਾਈਮ ਤੱਕ ਸਕਿਨ 'ਤੇ ਰਹਿੰਦੇ ਨੇ, ਪਰ ਜੇ ਤੁਸੀਂ ਧੁੱਪ ਦੇ ਵਿੱਚ ਜ਼ਿਆਦਾ ਟਾਈਮ ਤੱਕ ਰਹੋ ਤਾਂ ਇਹ ਕੋਸ਼ਿਸ਼ ਕਰਨੀ ਚਾਹੀਦੀ ਰੀਅਪਲਾਈ ਕਰਨਾ, ਮੁੜ ਕੇ ਬਾਰ ਬਾਰ ਅਪਲਾਈ ਕਰਨਾ ਜ਼ਰੂਰੀ ਆ। ਹੁਣ ਇੱਕ ਮੈਂ ਐਗਜ਼ਾਮਪਲ ਆਪਣੇ ਤੁਹਾਨੂੰ ਦਿੰਦੀ ਹਾਂ, ਤੁਸੀਂ ਮੈਨੂੰ ਇਹ ਦੱਸੋ ਕਿ 90% ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਦੀਆਂ ਸ਼ੈਲਫਾਂ 'ਤੇ ਸਨਸਕ੍ਰੀਨ ਪਿਛਲੇ ਸਾਲ ਦੇ ਪਏ ਹੋਏ ਨੇ, ਹਜੇ ਤੱਕ ਇੱਕ ਬੋਟਲ ਉਹਨਾਂ ਨੇ ਸਨਸਕ੍ਰੀਨ ਦੀ ਲਿਆਂਦੀ ਆ ਅਤੇ ਉਹ ਉੱਥੇ 1-2 ਵਾਰੀ ਲਗਾ ਕੇ ਅਤੇ ਉੱਥੇ ਰੱਖੀ ਹੋਈ ਆ। ਭਾਅ ਜੀ ਇੱਕ ਬੋਟਲ ਸਿਰਫ 1 ਹਫ਼ਤਾ ਕੱਢਣੀ ਚਾਹੀਦੀ ਆ, ਦੈਟਸ ਹਾਊ ਮਚ ਸਨਸਕ੍ਰੀਨ ਤੁਹਾਨੂੰ ਯੂਜ਼ ਕਰਨਾ ਚਾਹੀਦਾ। ਅੱਛਾ ਅੱਛਾ, ਉਹਦੀ ਵਰਤੋਂ ਤੁਸੀਂ ਐਕਸਪਾਇਰੀ ਡੇਟ ਦੀ ਗੱਲ ਨਹੀਂ ਕਰ ਰਹੇ? ਨਹੀਂ ਨਹੀਂ, ਵਰਤੋਂ ਦੀ ਗੱਲ ਕਰ ਰਹੇ ਹਾਂ। ਅੱਛਾ, ਵਰਤੋਂ ਦੀ ਗੱਲ ਕਰ ਰਹੇ ਹਾਂ, ਇੰਨਾ ਜ਼ਿਆਦਾ ਵਰਤਣਾ ਚਾਹੀਦਾ, ਇੰਨਾ ਜ਼ਿਆਦਾ ਹਰ ਜਦੋਂ ਤੁਸੀਂ ਬੀਚ 'ਤੇ, ਚਲੋ ਅਸੀਂ ਹੁਣ ਤਾਂ ਟਰੈਵਲ ਦੀ ਗੱਲ ਕਰਾਂ, ਜੇ ਤੁਸੀਂ ਬੀਚ 'ਤੇ ਵੀ ਜਾ ਰਹੇ ਹੋ ਨਾ, ਹਰ 3-4 ਘੰਟਿਆਂ ਬਾਅਦ ਉਹ ਸਨਸਕ੍ਰੀਨ ਦੁਬਾਰਾ ਅਪਲਾਈ ਹੋਣਾ ਚਾਹੀਦਾ। 20 ਮਿੰਟ ਪਹਿਲਾਂ ਤੁਹਾਨੂੰ 20-25 ਮਿੰਟ ਪਹਿਲਾਂ ਲਾਉਣਾ, ਫਿਰ ਲਾਉਣਾ 4 ਘੰਟਿਆਂ ਬਾਅਦ ਫਿਰ ਲਗਾਉਣਾ, ਮਤਲਬ ਇੰਨੀ ਜ਼ਿਆਦਾ ਪ੍ਰੋਟੈਕਸ਼ਨ ਦੀ ਲੋੜ ਹੈ ਸਕਿਨ। ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਕਹਿ ਸਕਦੇ ਹਾਂ ਜਿਵੇਂ ਸੁਪਰ ਸਟੋਰ ਤੋਂ ਆਪਾਂ ਦੁੱਧ ਦੀਆਂ ਢੋਲੀਆਂ ਚੱਕ ਕੇ ਲਿਆਉਣੇ ਕਿ ਨਹੀਂ, ਇੰਨੀ ਭਾਰੀ ਮਾਤਰਾ ਦੇ ਵਿੱਚ ਸਨਸਕ੍ਰੀਨ ਲਾਉਣਾ। ਪਰ ਚਲੋ ਜੇ ਤੁਸੀਂ ਕੰਜ਼ਪਸ਼ਨ, ਹਾਂਜੀ, ਹੁਣ ਇਹ ਜੇ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਫਿਰ ਜ਼ਰੂਰ ਕਰਨਾ ਚਾਹੀਦਾ। ਕਈ ਵਾਰੀ ਸਕਿਨ ਬਰਨ ਹੋ ਜਾਵੇ ਜਾਂ ਸਕਿਨ ਦੇ ਉੱਤੇ ਕੋਈ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਮੇਰੀ ਸਕਿਨ ਵੈਰੀ ਸੈਂਸਿਟਿਵ, ਕੋਈ ਇਸ ਤਰ੍ਹਾਂ ਦੇ ਮੈਡੀਕੇਸ਼ਨਸ ਖਾਂਦੇ ਨੇ ਬਾਈ ਜੀ, ਕਈ ਵਾਰੀ ਅਸੀਂ ਜਿਹੜੀਆਂ ਸਾਡੀ ਸਕਿਨ ਨੂੰ ਕਾਫੀ ਸੈਂਸਿਟਿਵ ਕਰ ਦਿੰਦੀਆਂ ਨੇ। ਇਹਦੇ ਵਿੱਚ ਬੜਾ ਇੰਟਰਸਟਿੰਗ ਫੈਕਟ ਹੈ, ਜਿਸ ਤਰ੍ਹਾਂ ਅਸੀਂ ਐਂਟੀਬਾਇਓਟਿਕਸ ਦੀ ਗੱਲ ਕੀਤੀ ਨਾ ਬਾਈ ਜੀ, ਕਈ ਵਾਰੀ ਟਰੈਵਲ ਕਰਦੇ ਹੋ ਤੁਸੀਂ ਅਤੇ ਅਸੀਂ ਕਿਹਾ ਬਈ ਸੈਗਮੈਂਟ ਦੇ ਸ਼ੁਰੂ ਦੇ ਵਿੱਚ ਕਿ ਕੁਛ ਐਂਟੀਬਾਇਓਟਿਕਸ ਜਿਹੜੀਆਂ ਤੁਸੀਂ ਨਾਲ ਲੈ ਕੇ ਜਾਂਦੇ ਹੋ, ਜਿਹਨੂੰ ਬਾਈ ਜੀ ਕੁਛ ਦਵਾਈਆਂ ਇੱਦਾਂ ਦੀਆਂ ਜਿਹਨਾਂ ਦਾ ਸਾਈਡ ਇਫੈਕਟ ਇਹ ਆ ਕਿ ਉਹ ਤੁਹਾਡੀ ਸਕਿਨ ਦੀ ਸੈਂਸਿਟਿਵਿਟੀ ਇਨਕਰੀਜ਼ ਕਰ ਦੇਣਗੇ ਸਾਨੂੰ। ਅੱਛਾ, ਹਾਂਜੀ, ਉਹਨਾਂ ਦੇ ਵਿੱਚ ਇੱਕ ਐਂਟੀਬਾਇਓਟਿਕ ਆਉਂਦੀ ਜਿਸ ਤਰ੍ਹਾਂ ਡੋਕਸੀਸਾਈਕਲਿਨ ਹੈ, ਜਾਂ ਕਈ ਡਾਕਟਰ ਤੁਹਾਨੂੰ ਡਿਸਕਸ ਕਰ ਸਕਦੇ ਤੁਸੀਂ ਆਪਣੇ ਨਾਲ, ਉਹਦਾ ਸਾਈਡ ਇਫੈਕਟ ਹੈ ਕਿ ਉਹਨੇ ਤੁਹਾਡੀ ਤੁਹਾਡੀ ਜਿਹੜੀ ਸੈਂਸਿਟਿਵਿਟੀ ਆ ਨਾ ਸਾਨੂੰ ਇਨਕਰੀਜ਼ ਕਰ ਦੇਣੀ। ਉਦੋਂ ਤਾਂ ਹੋਰ ਵੀ ਜ਼ਰੂਰੀ ਹੋ ਗਿਆ ਫਿਰ ਸੈਂਸ, ਹੁਣ ਤਾਂ ਬਹੁਤ ਹੀ ਜ਼ਰੂਰੀ ਹੋ ਗਿਆ, ਬਿਕਾਜ਼ ਹੁਣ ਤੁਸੀਂ ਗਏ ਇੰਡੀਆ ਨੂੰ ਤਾਂ ਤੁਸੀਂ ਆਪਣੇ ਲਈ ਤਾਂ ਤੁਸੀਂ ਟਰੈਵਲਰਸ ਡਾਇਰੀਆ ਤੁਹਾਨੂੰ ਨਾਲ ਹੋ ਗਿਆ, ਤੁਸੀਂ ਤਾਂ ਆਪਣੇ ਕੋਲੋਂ ਐਂਟੀਬਾਇਓਟਿਕ ਖਾਣੀ ਸ਼ੁਰੂ ਕਰਤੀ, ਔਨ ਦੀ ਟੋਪ ਆਫ ਇਟ ਤੁਹਾਡੀ ਸਾਰੀ ਸਕਿਨ ਸੜਦੀ ਜੀ। ਸੋ ਉਸ ਹਾਲਤ ਦੇ ਵਿੱਚ ਜਿਹੜਾ ਸਨਸਕ੍ਰੀਨ ਕਾਫੀ ਜ਼ਰੂਰੀ ਆ। ਕੁਛ ਇਦਾਂ ਦੀਆਂ ਮੈਡੀਕੇਸ਼ਨਸ ਤੁਸੀਂ ਖਾਂਦੇ ਹੋ ਆਪਣੀ ਰੂਟੀਨ ਦੇ ਵਿੱਚ, ਜਿਸ ਤਰ੍ਹਾਂ ਅਸੀਂ ਹਾਈ ਰਿਸਕ ਪੇਸ਼ੈਂਟਸ ਦੀ ਗੱਲ ਕੀਤੀ, ਉਹਨਾਂ ਦੀਆਂ ਦਵਾਈਆਂ ਆਲਰੇਡੀ ਉਹਨਾਂ ਦੀ ਸੈਂਸਿਟਿਵਿਟੀ ਸਕਿਨ ਦੀ ਆਪਣੀ ਸੂਰਜ ਨੂੰ ਕਾਫੀ ਇਨਕਰੀਜ਼ ਕਰਦੀਆਂ। ਉਸ ਹਾਲਤ ਦੇ ਵਿੱਚ ਬਹੁਤ ਜ਼ਰੂਰੀ ਆ ਪ੍ਰੀ ਟਰੈਵਲ ਵਿਜ਼ਿਟ ਅਤੇ ਮੈਡੀਕੇਸ਼ਨ ਰਿਵਿਊ, ਜਿਹੜੇ ਤੁਸੀਂ ਫਾਰਮਾਸਿਸਟ ਦੇ ਤੌਰ 'ਤੇ ਮੈਂ ਵੀ ਕਰ ਸਕਦੀ ਹਾਂ, ਤੁਸੀਂ ਆਪਣੇ ਡਾਕਟਰ ਦੇ ਨਾਲ ਸਲਾਹ ਕਰਦੇ ਹੋ, ਉਹ ਬਹੁਤ ਜ਼ਰੂਰੀ ਆ। ਇਹ ਸਾਰੀਆਂ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਬਾਈ ਜੀ, ਮਹੱਤਵਪੂਰਨ ਨੇ, ਬਹੁਤ ਮਹੱਤਵਪੂਰਨ ਨੇ। ਸੋ ਸਨਸਕ੍ਰੀਨ ਜਿਹੜਾ ਹੈਗਾ ਆ ਉਹਦੀ ਬੋਟਲ ਇੱਕ ਗੁੱਡ ਸਨਸਕ੍ਰੀਨ, ਜਿਹਦੇ ਵਿੱਚ ਕਈ ਵਾਰੀ ਸਾਡੇ ਮੇਰੇ ਵੀਰ ਇਹ ਕਹਿੰਦੇ ਨੇ ਕਿ ਜੀ ਮੈਂ ਫੇਸ 'ਤੇ ਸਨਸਕ੍ਰੀਨ ਨਹੀਂ ਲਾਉਣਾ, ਇਹ ਸਾਰਾ ਫੇਸ ਹੀ ਚਿੱਟਾ ਹੋ ਜਾਣਾ। ਸੋ ਉਹਦੇ ਵਿੱਚ ਜਿਹੜੇ ਪ੍ਰੋਡਕਟਸ ਨੇ ਉਹ ਡਿਫਰੈਂਟ ਤਰੀਕੇ ਦੇ ਨੇ, ਕੁਛ ਵਧੀਆ ਸਨਸਕ੍ਰੀਨ ਕਹਿ ਲਓ ਜਾਂ ਕੁਛ ਇਸ ਤਰ੍ਹਾਂ ਦੇ ਸਨ ਜਿਹੜੇ ਫੇਸ ਦੇ ਲਈ ਹੀ ਆਉਂਦੇ ਨੇ, ਸੋ ਫੇਸ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਕਿ ਉਹ ਤੁਹਾਨੂੰ ਲਾਉਣ ਤੋਂ ਬਾਅਦ ਚਿੱਟਾ ਹੋ ਜਾਵੇ ਫੇਸ ਜਾਂ ਤੁਹਾਡੇ ਕੱਪੜਿਆਂ 'ਤੇ ਲੱਗ ਜਾਵੇ, ਉਹ ਸਕਿਨ ਦੇ ਵਿੱਚ ਬਹੁਤ ਕੁਇਕਲੀ ਅਬਜ਼ੋਰਬ ਹੋ ਜਾਂਦਾ। ਇੱਕ ਹੋਰ ਗੱਲ ਦੱਸੋ, ਬੜੀ ਇੰਪੋਰਟੈਂਟ
ਹੁਣ ਤੁਸੀਂ ਦੋਨੋਂ ਚੀਜ਼ਾਂ ਲਾਉਣੀਆਂ ਨੇ, ਮਸਕੀਟੋ ਸਪਰੇਅ ਵੀ ਲਾਉਣੀ ਹੈ ਤੇ ਸਨਸਕ੍ਰੀਨ ਵੀ ਲਾਉਣਾ, ਹਾਂਜੀ ਦੋਨੋਂ ਕਿਹੜਾ ਪਹਿਲਾਂ ਲਾਇਆ ਜਾਵੇ? ਬਹੁਤ ਬਹੁਤ ਸੋਹਣਾ ਪੁਆਇੰਟ ਹੈ। ਹੁਣ ਇਸ ਤਰ੍ਹਾਂ ਨਾ ਹੋਵੇ ਕਿ ਮਸਕੀਟੋ ਵੀ ਸਪਰੇ ਲਾ ਲਿਆ ਤੇ ਸਨਸਕ੍ਰੀਨ ਦੋਨਾਂ ਨੂੰ ਮਿਕਸ ਕਰਕੇ ਲਗਾ ਲਿਆ ਤੇ ਦੇਖੋ ਵੀ ਕਿਹੜੀ ਚੀਜ਼ ਕਿਦੋਂ ਇਫੈਕਟ ਕਰਦੀ। ਨਹੀਂ ਬਾਈ ਜੀ, ਜਿਹੜਾ ਪਹਿਲਾਂ ਤੁਸੀਂ ਜਿਸ ਤਰ੍ਹਾਂ ਸੀ ਕਿਹਾ 20 ਤੋਂ ਲੈ ਕੇ 25 ਮਿੰਟ ਪਹਿਲਾਂ ਸਨਸਕ੍ਰੀਨ ਲਾਉਣਾ ਤਾਂ ਕਿ ਉਹ ਸਕਿਨ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਅਬਜ਼ਾਰਬ ਕਰ ਜਾਵੇ। ਹੁਣ ਉਹਦੇ ਤੋਂ ਬਾਅਦ ਤੁਸੀਂ ਮਸਕੀਟੋ ਰੈਪਲੈਂਟ ਲਾਉਣਾ ਜੀ, ਠੀਕ ਹੈ ਜੀ। ਹੁਣ ਗੱਲ ਗੱਲ ਕੀਤੀ ਤੁਸੀਂ ਕਿ ਮੱਛਰ ਕੈਨੇਡਾ ਦੇ ਵਿੱਚ ਮੋਟੇ ਨੇ, ਬਾਈ ਜੀ ਅਸੀਂ ਸੈਗਮੈਂਟ 'ਚ ਪਹਿਲਾਂ ਗੱਲ ਕੀਤੀ, ਇੰਡੀਆ ਵੀ ਇੰਡੀਆ ਦੇ ਮੱਛਰ ਰੈਜ਼ਿਸਟੈਂਟ ਹੀ ਹੋ ਗਏ ਨੇ ਸਾਰੀਆਂ ਚੀਜ਼ਾਂ ਦੇ ਲਈ, ਐਂਟੀਬਾਇਓਟਿਕਸ ਦੇ ਲਈ ਰੈਜ਼ਿਸਟੈਂਟ ਹੋ ਗਏ। ਸੋ ਜੇ ਤੁਸੀਂ ਇੰਡੀਆ ਜਾ ਰਹੇ ਹੋ ਗਰਮੀਆਂ ਦੇ ਸੀਜ਼ਨ ਦੇ ਵਿੱਚ, ਉੱਥੇ ਜਾ ਕੇ ਵੀ ਤੁਹਾਨੂੰ ਆਪਣਾ ਮਸਕੀਟੋ ਰੈਪਲੈਂਟ ਜਿਹੜਾ ਯੂਜ਼ ਕਰਨਾ ਹੁਣ ਜ਼ਰੂਰੀ ਹੋ ਗਿਆ। ਇਸ ਤਰ੍ਹਾਂ ਕਹਿ ਲਓ ਕਿ ਜੋ ਚੀਜ਼ਾਂ 15-20 ਸਾਲ ਪਹਿਲਾਂ ਇੰਡੀਆ ਨਹੀਂ ਸੀ ਜਾਂ ਆਪਣੇ ਦੇਸ਼ਾਂ ਦੇ ਵਿੱਚ ਅਸੀਂ ਬਿਮਾਰੀਆਂ, ਉੱਥੇ ਵੀ ਰੈਜ਼ਿਸਟੈਂਟ ਵਧੀਆ ਜਾ ਰਹੀਆਂ ਨੇ, ਐਂਟੀਬਾਇਓਟਿਕਸ ਲਈ ਰੈਜ਼ਿਸਟੈਂਟ ਹੋਈ ਜਾ ਰਹੀ ਹੈ। ਈਵਨ ਇੱਦਾਂ ਕਹਿ ਲਓ ਕਿ ਜਿਹੜੀਆਂ ਮਸਕੀਟੋ ਨੇ, ਹੁਣ ਦੇਖੋ ਡੇਂਗੂ ਕਿੰਨਾ ਪ੍ਰੋਬਲਮੈਟਿਕ ਹੋ ਗਿਆ ਸੀ, ਪਹਿਲਾਂ ਕਦੀ ਸੁਣਿਆ ਨਹੀਂ ਸੀ। ਸੋ ਇਸ ਕਰਕੇ ਜਦੋਂ ਅਸੀਂ ਟਰੈਵਲ ਕਰਦੇ ਹਾਂ ਨਾ, ਕਿ ਜਾਂ ਟਰੈਵਲ ਹੀ ਨਹੀਂ ਜਦੋਂ ਅਸੀਂ ਇੱਥੇ ਰਹਿ ਰਹੇ ਹਾਂ ਜਾਂ ਇੰਡੀਆ ਦੇ ਵਿੱਚ ਜਦੋਂ ਤੁਸੀਂ 6 ਮਹੀਨੇ ਤੱਕ ਰਹਿੰਦੇ ਹੋ, ਕਈ ਵਾਰੀ ਤੁਸੀਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਕਹਿ ਲਓ ਜਾਂ ਜਾਂ ਇਸ ਤਰ੍ਹਾਂ ਦੇ ਦੀਆਂ ਚੀਜ਼ਾਂ ਕਹਿ ਲਓ ਜਿਨ੍ਹਾਂ ਦੇ ਤੁਸੀਂ ਕੰਟੈਕਟ ਦੇ ਵਿੱਚ ਆਉਂਦੇ, ਜਿਹੜੀ ਪ੍ਰਿਵੈਂਟੇਬਲ ਹੈ ਬਾਈ ਜੀ, ਅਸੀਂ ਕਿੰਨੀ ਸੌਖੀ ਹੈ ਇਹ ਉਦਾਹਰਨ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਨਸਕ੍ਰੀਨ ਤੇ ਮਸਕੀਟੋ ਰੈਪਲੈਂਟ, ਹੁਣ ਜੇ ਤੁਸੀਂ ਇਹ ਇਹ ਨਾਰਮਲ ਜਿਹੀ ਤਰੀਕੇ ਦੇ ਨਾਲ ਯੂਜ਼ ਕਰੀ ਜਾਓ ਤਾਂ ਕੋਈ ਪ੍ਰੋਬਲਮ ਹੀ ਨਹੀਂ, ਇਟਸ ਸੋ ਈਜ਼ੀ, ਆਦਤ ਬਣਾ ਲਓ, ਆਦਤ ਪੈ ਜਾਂਦੀ। ਸੋ ਪਹਿਲਾਂ ਸਨਸਕ੍ਰੀਨ ਲੋਸ਼ਨ ਲਾਉਣਾ, ਫਿਰ 20 ਮਿੰਟ 20-25 ਮਿੰਟ ਵੇਟ ਕਰਕੇ ਫਿਰ ਮਸਕੀਟੋ ਰੈਪਲੈਂਟ। ਤੁਸੀਂ ਦੇਖੋ ਹੁਣ ਆਪਾਂ ਲੇਡੀਜ਼ ਦੀ ਗੱਲ ਕਰਦੇ ਨਾ, ਹਾਂਜੀ ਡੇਲੀ ਮੇਕਅਪ ਕਰਦੀਆਂ, ਹਾਂਜੀ ਬਿਲਕੁਲ, ਉਹ ਵੀ ਤਾਂ ਕਰਦੀਆਂ ਨਾ, ਆਦਤ ਬਣੀ ਆ। ਉਸੇ ਤਰ੍ਹਾਂ ਅਸੀਂ ਡੇਲੀ ਸਨਸਕ੍ਰੀਨ ਲਾ ਸਕਦੇ ਹਾਂ, ਡੇਲੀ ਅਸੀਂ ਮਸਕੀਟੋ ਜਿਹੜਾ ਮਸਕੀਟੋ ਰਿਪੈਲੈਂਟ ਅਸੀਂ ਲਾ ਸਕਦੇ ਹਾਂ। ਹੁਣ ਇੱਥੇ ਇੱਕ ਸਵਾਲ ਹੋਰ ਬਣਦਾ ਵੀ ਇੱਕ ਲੇਡੀ ਆ ਉਹ ਮੋਗੇ ਵਿਆਹ ਤੇ ਜਾ ਰਹੀ ਹੈ, ਹਾਂਜੀ ਬਿਲਕੁਲ, ਮੈਰਿਜ ਪੈਲੇਸ ਦੇ ਵਿੱਚ ਸਾਰਾ ਦਿਨ ਧੁੱਪੇ ਕੁਰਸੀ ਲਾ ਕੇ ਬਹਿਣਾ ਨੱਚਣਾ, ਮੇਕਅਪ ਤਾਂ ਉਹਦੇ ਲੱਗੀ ਹੋਈ ਹੈ, ਹਾਂਜੀ ਉਹ ਸਨਸਕ੍ਰੀਨ ਮੇਕਅਪ ਦੇ ਉੱਤੋਂ ਦੀ ਲਾਵੇ, ਹਾਂਜੀ ਹਾਂਜੀ, ਜਾਂ ਉਹ ਮਸਕੀਟੋ ਰਿਪੈਲੈਂਟ ਉਹਦੇ ਉੱਤੋਂ ਦੀ ਲਾਵੇ, ਪਹਿਲਾਂ ਲਾਵੇ, ਲਾਵੇ ਜਾਂ ਨਾ ਲਾਵੇ, ਆਪਣੀ ਮੇਕਅਪ ਨੂੰ ਪਹਿਲ ਦੇਵੇ, ਵਿਆਹ ਨੂੰ ਪਹਿਲ ਦੇਵੇ ਜਾਂ ਸਿਹਤ ਨੂੰ ਪਹਿਲ ਦੇਵੇ, ਇਹ ਸਵਾਲ ਐਡਰੈਸ ਕਰੋ। ਜਿਸ ਤਰ੍ਹਾਂ ਤੁਸੀਂ ਬਹੁਤ ਸੋਹਣਾ ਕਹਿ ਕੇ ਆਪਣਾ ਸਾਡੇ ਵੀਰ ਪਿੱਛੇ ਰਹਿ ਜਾਂਦੇ ਨੇ ਕਿਉਂਕਿ ਸਕਿਨ ਦੀ ਕੇਅਰ ਬਹੁਤ ਘੱਟ ਕਰਦੇ ਨੇ, ਪਰ ਮੇਰੀਆਂ ਭੈਣਾਂ ਇਸ ਗੱਲ ਦੇ ਵਿੱਚ ਕਾਫੀ ਅੱਗੇ ਨੇ, ਸਕਿਨ ਦੀ ਕੇਅਰ ਵੀ ਕਾਫੀ ਕਰਦੀਆਂ ਨੇ। ਸੋ ਇਸ ਕਰਕੇ ਪਹਿਲਾਂ ਤੁਸੀਂ ਸਨਸਕ੍ਰੀਨ ਲਾਉਣਾ, ਸਭ ਤੋਂ ਪਹਿਲੀ ਲੇਅਰ ਸਨਸਕ੍ਰੀਨ ਦੀ ਜਾਣੀ ਚਾਹੀਦੀ। ਹੁਣ ਜਿਹੜੀਆਂ ਮੇਰੀਆਂ ਭੈਣਾਂ ਫਾਊਂਡੇਸ਼ਨ ਯੂਜ ਕਰਦੀਆਂ ਨੇ ਬਾਈ ਜੀ, ਅਸੀਂ ਗੱਲ ਅੱਜ ਟਰੈਵਲ ਦੀ ਕਰ ਰਹੇ ਹਾਂ, ਚਲੋ ਥੋੜ੍ਹਾ ਜਿਹਾ ਆਫ ਟੋਪਿਕ ਹੋ ਗਿਆ, ਪਰ ਕਈ ਬਹੁਤ ਸਾਰੀਆਂ ਫਾਊਂਡੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਇਟ ਸੈਲਫ ਸਨਸਕ੍ਰੀਨ ਹੈ ਜੀ, ਪਰ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਕਿ ਜੇ ਤੁਹਾਡੀ ਫਾਊਂਡੇਸ਼ਨ ਦੇ ਵਿੱਚ ਸਨਸਕ੍ਰੀਨ ਹੈਗਾ ਤੇ ਤੁਸੀਂ ਸਨਸਕ੍ਰੀਨ ਐਕਸਟਰਾ ਨਹੀਂ ਲਾ ਸਕਦੇ, ਪਰ ਸਨਸਕ੍ਰੀਨ ਪਹਿਲਾਂ ਪਹਿਲੀ ਲੇਅਰ ਸਨਸਕ੍ਰੀਨ ਦੀ, ਉਸ ਤੋਂ ਬਾਅਦ ਤੁਸੀਂ ਆਪਣੀ ਫਾਊਂਡੇਸ਼ਨ, ਉਸ ਤੋਂ ਬਾਅਦ ਜੇ ਤੁਸੀਂ ਜੋ ਵੀ ਆਪਣਾ ਬਲੱਸ਼ ਵਗੈਰਾ ਲਗਾਉਣਾ ਹੋਵੇ ਉਹ ਲਗਾ ਸਕਦੇ ਹੋ। ਹੁਣ ਜੇ ਤੁਸੀਂ ਸਾਰਾ ਦਿਨ ਮੋਗੇ ਵਿਆਹ ਤੇ ਰਹਿਣਾ ਤਾਂ ਫਿਰ ਤੁਸੀਂ ਕੋਸ਼ਿਸ਼ ਕਰਨੀ ਜੇ ਤੁਸੀਂ ਆਪਣਾ ਮੇਕਅਪ ਵਾਰ ਵਾਰ ਲਾ ਕੇ ਸਾਫ਼ ਕਰਨਾ ਤੇ ਪਹਿਲਾਂ ਫਿਰ ਸਨਸਕ੍ਰੀਨ ਵੀ ਲਾ ਕੇ ਤੇ ਫਿਰ ਮੇਕਅਪ ਲਾਉਣਾ, ਇਹ ਕੋਸ਼ਿਸ਼ ਕਰਨੀ, ਤਾਂ ਕਿ ਅਸੀਂ ਕਹਿ ਰਹੇ ਹਾਂ ਕਿ ਇਹ ਸਵੇਰ ਦੀ ਲਾਈ ਹੋਈ ਚੀਜ਼ ਕਈ ਵਾਰੀ ਜੇ ਧੁੱਪ ਜ਼ਿਆਦਾ ਆ ਤਾਂ ਫਿਰ ਲਗਾਈ ਜਾ ਸਕਦੀ ਆ ਮੁੜ ਮੁੜ ਕੇ ਵੀ, ਪਰ ਇਹ ਪ੍ਰੋਸੈਸ ਜਾਂ ਜਿਹੜੀ ਰੁਟੀਨ ਆ ਇਹ ਹਮੇਸ਼ਾ ਫੋਲੋ ਕਰਨੀ ਆ। ਹੁਣ ਇੱਕ ਗੱਲ ਅਸੀਂ ਉੱਥੇ ਕਹੀ ਤੇ ਇੱਕ ਗੱਲ ਮੈਂ ਇੱਥੇ ਵੀ ਕਹਿਣਾ ਚਾਹੁੰਦੀ ਹਾਂ, ਮੈਂ ਆਪਣੀਆਂ ਸੁਣਨ ਵਾਲੀਆਂ ਭੈਣਾਂ ਜਿਹੜੀਆਂ ਮੇਰੀਆਂ ਉਹਨਾਂ ਨੂੰ ਤੇ ਬੀਬੀਆਂ ਮੇਰੀਆਂ ਸਪੈਸ਼ਲੀ, ਸਾਡੀਆਂ ਬੀਜੀਆਂ ਕੁਛ ਨਹੀਂ ਲਾਉਂਦੀਆਂ ਫੇਸਾਂ ਤੇ, ਹੁਣ ਆਪਾਂ ਕਦੀ ਵਾਕ ਕਰਨ ਜਾਂਦੇ ਹਾਂ ਜਾਂ ਕਦੀ ਬਾਹਰ ਧੁੱਪੇ ਬੈਠਣਾ ਲਾਈਕ ਕਰਦੇ ਨੇ, ਤੇ ਮੈਂ ਆਪਣੀਆਂ ਮਾਤਾਵਾਂ ਜਿਹੜੀਆਂ ਤੇ ਜਿਹੜੀਆਂ ਮੇਰੀਆਂ ਭੈਣਾਂ ਘਰੇ ਵੀ ਰਹਿੰਦੀਆਂ ਨੇ, ਬਾਈ ਜੀ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਬਾਹਰ ਬਾਹਰ ਰਹਿੰਦੇ ਹੋ, ਕਈ ਵਾਰ ਘਰੇ ਤੁਸੀਂ ਬੈਠੇ ਧੁੱਪ ਦੇ ਵਿੱਚ ਉਹ ਵੀ ਆਪਣਾ ਜਿਹੜਾ ਸਨਸਕ੍ਰੀਨ ਲੋਸ਼ਨ ਆ ਉਹ ਜ਼ਰੂਰ ਲਾਉਣ। ਮੈਂ ਤਾਂ ਇਹ ਰੈਕਮੈਂਡ ਕਰਦੀ ਹਾਂ ਕਿ ਉਹ ਜਿਹੜੀ ਬੋਟਲ ਆ ਉਹ ਸਾਡੇ ਘਰ ਦੇ ਵਿੱਚ ਉੱਥੇ ਹੁੰਦੀ ਹੈ ਜੇ ਤੁਸੀਂ ਆਪਣਾ ਮੋਇਸਚਰਾਈਜ਼ਿੰਗ ਲੋਸ਼ਨ ਰੱਖਦੇ ਹੋ, ਸੋ ਇਹ ਪਾਰਟ ਆਫ ਤੁਹਾਡੀ ਜਿਹੜੀ ਹੈਗੀ ਨਾ ਰੁਟੀਨ ਦੇ ਵਿੱਚ ਹੋਣਾ ਚਾਹੀਦਾ। ਮੈਨੂੰ ਇਹ ਲੱਗਦਾ ਜਿਹੜੇ ਜਿਹੜੇ ਬਜ਼ੁਰਗ ਨੇ ਨਾ, ਜਿਹੜੇ ਮਤਲਬ ਸਾਡੇ ਮਾਤਾ ਪਿਤਾ ਦੀ ਉਮਰ ਦੇ ਲੋਕ ਨੇ, ਉਹਨਾਂ ਦਾ ਇੱਕ ਲਾਈਫ ਸਟਾਈਲ ਪਿਛਲੇ ਜਿਹੜੇ ਹੁਣ ਲੇਟ 60s ਦੇ ਵਿੱਚ ਨੇ, ਉਹਨਾਂ ਦਾ ਇੱਕ ਲਾਈਫ ਸਟਾਈਲ ਬਣ ਚੁੱਕਾ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਕੋਈ ਕਰੀਮ ਕਦੇ ਕੋਈ ਆਰਟੀਫਿਸ਼ੀਅਲ ਚੀਜ਼ ਨਹੀਂ ਲਾਈ, ਤੇ ਉਦੋਂ ਮੌਸਮ ਵੀ ਬੜਾ ਇੰਡੀਆ ਦੇ ਵਿੱਚ ਵਧੀਆ ਸੀ, ਉਦੋਂ ਰਿਵਾਜ਼ ਵੀ ਉਦਾਂ ਦੇ ਸੀਗੇ, ਠੀਕ ਹੈ ਜੀ, ਸਰੋਂ ਦਾ ਤੇਲ ਲਾ ਲਿਆ, ਘਿਓ ਲਾ ਲਿਆ ਫੇਸ ਤੇ, ਇਹ ਚੀਜ਼ਾਂ ਕਰਦੇ ਸੀ, ਖੋਪੇ ਦਾ ਤੇਲ ਲਾ ਲਿਆ, ਉਹਨਾਂ ਨੂੰ ਇਹਦਾ ਮਤਲਬ ਲਾਈਫ ਸਟਾਈਲ ਚੇਂਜ ਕਰਨ ਦੀ ਲੋੜ ਹੈ, ਬਦਲਦੇ ਸਿਨੈਰੀਓ ਦੇ ਵਿੱਚ, ਕਿਉਂਕਿ ਦੇਸ਼ ਬਦਲ ਗਿਆ, ਮੌਸਮ ਬਦਲ ਗਿਆ, ਹਾਲਾਤ ਬਦਲ ਗਏ, ਬਿਮਾਰੀਆਂ ਬਦਲ ਗਈ, ਬਿਲਕੁਲ ਜੀ, ਨਾਲੇ ਟਾਈਮ ਬਦਲ ਗਿਆ, ਥੋੜ੍ਹਾ ਜਿਹਾ ਅਸੀਂ ਕੋਸ਼ਿਸ਼ ਕਰਦੇ ਹਾਂ, ਇੱਦਾਂ ਕਹਿ ਲਓ ਅਵੇਅਰਨੈਸ ਹੋ ਗਈ ਭਾਈ ਜੀ, ਸੂਰਜ ਤਾਂ ਉਦੋਂ ਵੀ ਉਹ ਹੀ ਸੀ ਜੀ ਤੇ ਸੂਰਜ ਹੁਣ ਵੀ ਇਹੋ ਹੀ ਆ, ਪਰ ਜਿਹੜੀ ਅਵੇਅਰਨੈਸ ਹੋ ਗਈ ਕਿ ਸਾਨੂੰ ਹੁਣ ਪਤਾ ਲੱਗਣ ਲੱਗ ਪਿਆ ਅਸੀਂ ਕਿਉਂ ਸਕਿਨ ਕੈਂਸਰ ਕਰਵਾਈ, ਅਸੀਂ ਹੋਰ ਅਸੀਂ ਕੈਂਸਰ ਸਾਨੂੰ ਹੋ ਸਕਦੇ, ਹੁਣ ਸਾਨੂੰ ਸਕਿਨ ਕੈਂਸਰ ਵੀ ਹੋਣ ਲੱਗ ਪਿਆ।
नहीं जे बेटे कोई इदा दी चीज है जिहड़ी तू लाउनी है ते मेरी स्किन लई यूजफुल है मैनू भी दस वेरी गुड। ताकि असी अवेयर होइए। मेरिया भैणा मेरिया माताओं जिहड़ियां घरे बैठदियां ने उहनां नूं भी पूरी इनफॉर्मेशन होनी। ते फिर बाई जी एक गल जरूर होनी चाहीदी है ते फिर कमेंट किसे ने नहीं करना कि बीबी अज कल तां वी तू क्रीमां लाउण लग पई। नहीं फिर वो भी मजाक जिहड़ा हैगा ना वो नहीं होना चाहीदा ताकि असी इस चीज नूं सीरियसली लईए। ਦੇਖੋ ਹੈਲਥ ਕੇਅਰ ਹੋਰ ਚੀਜ਼ ਹੈ, ਫੈਸ਼ਨ ਹੋਰ ਚੀਜ਼ ਹੈ। ਬਿਲਕੁਲ ਜੀ ਤੇ ਫੈਸ਼ਨ ਵੀ ਕਿਉਂ ਬਣਾ? ਫੈਸ਼ਨ ਵੀ ਬਹੁਤ ਜੇ ਜੇ ਤੁਹਾਡੀ ਰੂਹ ਚਾਹੁੰਦੀ ਹੈ ਫੈਸ਼ਨ, ਜੇ ਇੱਕ ਬੇਬੇ ਚਾਹੁੰਦੀ ਹੈ 65 ਸਾਲਾਂ ਦੀ, ਹਾਂਜੀ ਵਾਲ ਰੰਗਾਉਣੇ ਆ ਬੇਬੇ ਨੇ, ਸੰਤਰੀ ਵਾਲ ਰੰਗਾਉਣੇ ਆ, ਨੀਲੇ ਵਾਲ ਰੰਗਾਉਣੇ ਆ, ਰੰਗਾਵੇ, ਬਿਲਕੁਲ ਜੀ ਉਹਦੀ ਰੂਹ ਖੁਸ਼ ਹੁੰਦੀ ਹੈ। ਹਾਂਜੀ ਬਿਲਕੁਲ। ਪਰ ਸਾਡੇ ਲੋਕ ਲਾਜਾ ਜਿਹੜੀ ਉਹ ਨਹੀਂ ਜਾਣ ਦਿੰਦੀ। ਬਿਲਕੁਲ ਉਹੀ ਅਸੀਂ ਗੱਲ ਕਹਿਣਾ ਚਾਹੁੰਦੇ ਹਾਂ ਕਿ ਜ਼ਰੂਰ ਆਪਣੇ ਆਪ ਨੂੰ ਪ੍ਰੈਫਰੈਂਸ ਦੇਣੀ ਬਹੁਤ ਜ਼ਰੂਰੀ ਹੈ। ਆਪਣਾ ਸੈਲਫ ਕੌਨਫੀਡੈਂਸ, ਆਪਣੀ ਸਿਹਤ ਦਾ ਜਿਹੜਾ ਧਿਆਨ ਆ ਉਹ ਆਪ ਰੱਖਣਾ ਇਹ ਬਹੁਤ ਜ਼ਰੂਰੀ ਹੈ। ਤੁਹਾਡੀ ਉਹ ਗੱਲ ਮੈਨੂੰ ਬੜੀ ਪਿਆਰੀ ਲੱਗੀ ਜਿਹੜੀ ਤੁਸੀਂ ਮਿਡਲ ਦੇ ਵਿੱਚ ਕੀਤੀ ਸੀ ਪਹਿਲਾਂ ਇਸ ਗੱਲਬਾਤ ਦੇ, ਕਿ ਆਪਣੀ ਸਿਹਤ ਦਾ ਕੰਟਰੋਲ ਆਪਣੇ ਹੱਥ ਚ ਲਓ। ਬਿਲਕੁਲ ਜੀ ਬਿਲਕੁਲ। ਤੁਸੀਂ ਤੁਸੀਂ ਆਪਣੀ ਚਾਹ 'ਚ ਕਿੰਨਾ ਮਿੱਠਾ ਪਾਉਣਾ, ਹਾਂਜੀ ਤੁਸੀਂ ਕਿਹੜੀ ਚੀਜ਼ ਹੈਵੀ ਖਾਣੀ ਹੈ, ਕਿਹੜੀ ਨਹੀਂ ਖਾਣੀ, ਕਿੰਨਾ ਘਿਓ ਪਾਉਣਾ, ਇਹ ਤੁਹਾਡਾ ਕੰਟਰੋਲ ਹੋਣਾ ਚਾਹੀਦਾ, ਬਿਲਕੁਲ, ਨਾ ਕਿ ਤੁਹਾਡੇ ਪਾਰਟਨਰ ਦਾ, ਨਾ ਤੁਹਾਡੀ ਨੂੰਹ ਦਾ, ਨਾ ਤੁਹਾਡੀ ਮਾਂ ਦਾ। ਬਿਲਕੁਲ, ਕਿਉਂਕਿ ਸਿਹਤ ਸਿਹਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਬਿਲਕੁਲ ਜੀ, ਸਿਹਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਅਸੀਂ ਅੱਜ ਜਿਹੜਾ ਸੈਗਮੈਂਟ ਬਾਈ ਜੀ ਇਹੀ ਗੱਲ ਮੈਂ ਕਹਿਣਾ ਚਾਹੁੰਦੀ ਹਾਂ, ਬਹੁਤ ਇਨਫੋਰਮੇਸ਼ਨ ਹੋ ਗਈ, ਅਸੀਂ ਬਹੁਤ ਸਾਰੇ ਟੌਪਿਕਸ ਦੇ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ। ਜਿਹੜਾ ਇਸ ਮੰਚ ਤੋਂ ਸਾਡੇ ਵਿਊਅਰਸ ਤੱਕ ਪਹੁੰਚਣ ਦਾ ਸਾਡਾ ਜਿਹੜਾ ਮਕਸਦ ਆ, ਅਸੀਂ ਇਹ ਚਾਹੁੰਦੇ ਹਾਂ ਕਿ ਜੇ ਬਾਕੀ ਕਮਿਊਨਿਟੀਜ਼ ਦੇ ਵਿੱਚ, ਜੇ ਆਪਾਂ ਕੈਨੇਡੀਅਨ ਜਿਹੜੇ ਗੋਰੇ ਇੱਥੇ ਰਹਿ ਰਹੇ ਨੇ, ਜੇ ਉਹ ਅਵੇਅਰ ਨੇ ਤਾਂ ਅਸੀਂ ਕਿਉਂ ਨਾ ਅਵੇਅਰ ਨਹੀਂ, ਸਾਨੂੰ ਵੀ ਪਤਾ ਹੋਵੇ ਕਿ ਇੱਥੇ ਇਹ ਵਾਲੀ ਸਾਈਟ ਆ, ਇੱਥੇ ਇਹ ਵਾਲੀ। ਹੁਣ ਦੇਖੋ ਜਦੋਂ ਜੇ ਆਪਾਂ ਆਪਣੀ ਟੈਕਨੋਲੋਜੀ ਦੀ ਗੱਲ ਕਰੀਏ, ਵਟਸਐਪ ਹੁਣ ਸਾਡੇ ਸਾਰਿਆਂ ਕੋਲ ਹੈ, ਸਾਡੇ ਸਾਰਿਆਂ ਕੋਲ ਮੋਬਾਈਲ ਹੈ, ਸਾਡੇ ਸਾਰਿਆਂ ਕੋਲ ਫੇਸਬੁੱਕ ਹੈ। ਸੋ ਅਸੀਂ ਅਸੀਂ ਇਕੁਅਲੀ ਉਹਨੇ ਸਟੈਂਡਰਡ ਤੱਕ ਪਹੁੰਚੀਏ, ਸਾਡੀ ਨੌਲੇਜ ਵੀ ਉਨੀ ਹੋਣੀ ਚਾਹੀਦੀ ਆ ਜਿੰਨੀ ਬਾਕੀ ਇੱਕ ਨੋਰਮਲ ਕੈਨੇਡੀਅਨ ਦੀ ਆ ਜੀ। ਸੋ ਇੱਕ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ, ਦੂਜੀ ਗੱਲ ਇਹ ਹੈ ਕਿ ਇਨਫੋਰਮੇਸ਼ਨ ਜ਼ਿਆਦਾ ਹੋਵੇ ਬਾਈ ਜੀ। ਸੋ ਇਸ ਕਰਕੇ ਜੇ ਕੋਈ ਵੀ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ ਮੇਰੇ ਸੈੱਲ ਨੰਬਰ ਤੇ 204-997-4740 ਤੇ ਫੋਨ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਅਸੀਂ ਅਲਵਿਦਾ ਆਖੀਏ, ਤੁਹਾਨੂੰ ਮੈਂ ਔਨ ਸਕਰੀਨ ਮੁਬਾਰਕਾਂ ਦੇਣਾ ਚਾਹੁੰਦਾ ਤੁਹਾਡੀ ਹਾਰਬਰ ਵਿਊ ਫਾਰਮੇਸੀ ਦੀ ਨਵੀਂ ਲੋਕੇਸ਼ਨ ਜਿਹੜੀ ਕਿ ਵਾਟਰਫੋਰਡ ਗ੍ਰੀਨ ਦੇ ਵਿੱਚ ਖੁੱਲੀ ਹੈ ਜੀ, ਬਹੁਤ ਬਹੁਤ ਮੁਬਾਰਕਾਂ। ਹਾਂਜੀ ਬਾਈ ਜੀ, ਉੱਥੇ ਜਿਹੜਾ ਮੈਡੀਕਲ ਕਲੀਨਿਕ ਆ ਉਹ ਰੈਡੀ ਆ, ਤੁਸੀਂ ਕਿਸੇ ਨੇ ਵੀ ਵਾਕ ਇਨ ਜਾਣਾ ਹੋਵੇ ਜਾਂ ਉਹਨਾਂ ਨੇ ਅਪੁਆਇੰਟਮੈਂਟ ਤੇ ਜਾਣਾ ਹੋਵੇ, ਡਾਕਟਰਸ ਆਰ ਐਕਸੈਪਟਿੰਗ ਨਿਊ ਪੇਸ਼ੈਂਟਸ। ਇੱਕੋ ਹੀ ਛੱਤ ਦੇ ਥੱਲੇ ਫਿਜ਼ੀਓਥੈਰੇਪੀ ਤੇ ਐਥਲੈਟਿਕ ਥੈਰੇਪੀ ਦੀਆਂ ਸੇਵਾਵਾਂ ਪ੍ਰਦਾਨ ਨੇ। ਸੋ ਜੇ ਕਿਸੇ ਨੇ ਵੀ ਫੋਨ ਕਰਨਾ ਹੋਵੇ ਉਹ ਕਲੀਨਿਕ ਦੇ ਨੰਬਰ ਤੇ ਕਾਲ ਕਰ ਸਕਦੇ ਨੇ, 204-219-3565 ਉੱਥੇ ਫੋਨ ਕਰ ਸਕਦੇ ਨੇ, ਤੇ ਜਾਂ ਫਿਰ ਤੁਸੀਂ ਮੇਰੇ ਸੈੱਲ ਤੇ, ਮੈਂ ਸਾਰਾ ਟਾਈਮ ਤੁਹਾਡੀ ਸੇਵਾ ਦੇ ਲਈ ਹਾਜ਼ਰ ਹਾਂ, ਤੁਸੀਂ 204-997-7746 ਤੇ ਫੋਨ ਕਰ ਸਕਦੇ। ਡਾਕਟਰ ਹਰਜੋਤ, ਇੰਨੀ ਸੋਹਣੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸਾਡਾ ਪਲੇਟਫਾਰਮ ਤੁਹਾਡੇ ਲਈ ਹਮੇਸ਼ਾ ਹੀ ਹਾਜ਼ਰ ਹੈ, ਵਿਨੀਪੈਗ ਹਲਚਲ ਟੀਵੀ ਚੈਨਲ। ਹਾਂਜੀ ਬਾਈ ਜੀ, ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਮੈਂ ਹਲਚਲ ਟੀਵੀ ਵਿਨੀਪੈਗ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਅਸੀਂ ਇਸ ਦੇ ਨਾਲ ਅਸੀਂ ਆਪਣੀ ਕਮਿਊਨਿਟੀ ਤੱਕ ਪਹੁੰਚ ਸਕੀਏ। ਥੈਂਕ ਯੂ ਜੀ। ਥੈਂਕ ਯੂ ਜੀ।